ਵੀ ਗੱਲਾਂ ਨਾਲ ਸਮਝੀ ਸਾਰੇ ਸੱਜੇ ਬਣ ਜਾਂਦੇ ਨੇ ਇੱਕ ਢੁੰਡੇਲੀ ਨਾਲ ਆ ਪਰ ਪਤਾ ਉਦੋਂ ਲੱਗਦਾ ਜਦੋਂ ਕਿਸੇ ਤੇ ਤਕਲੀਫ ਪਏ ਤੇ ਹੋਏ ਮੁਰਾਦ ਨਾ ਪੂਰੀ ਜੇ ਮਿਲਿਆ ਪੀਰ ਦੇ ਤੇ ਸ਼ਾਂਤ ਹੋਏ ਨਾ ਮਨ ਜੇ ਮਿਲੇ ਫਕੀਰ ਦੇ ਤੇ ਦਲਿੱਦਰ ਹੋਏ ਨਾ ਦੂਰ ਜੇ ਮਿਲੇ ਅਮੀਰ ਦੇ ਤੇ ਯਾਰ ਨਾ ਆਵੇ ਕੰਮ ਜਿਹੜਾ ਔਖੇ ਭੀੜ ਵੇਲੇ ਭੀੜ ਦੇ ਕਹਿੰਦੇ ਇਹਨਾਂ ਨੂੰ ਚਵਾਂ ਨੂੰ ਪਹਿਲਾਂ ਤੇ ਲਾਓ ਛੁੱਟਿਆ ਤੇ ਫਿਰ ਰੋੜ ਦਿਓ ਵਿੱਚ ਡੂੰਘੇ ਨੀਰ ਦੇ ਸਮਝੀ ਸੱਜਣੋ ਜਿਹੜਾ ਔਖੇ ਵੇਲੇ ਕੰਮ ਵੇਲੇ ਸੌਖੇ ਦੇ ਵੇਲੇ ਤੇ ਸਾਰੇ ਹੀ ਸੱਜਣ ਬਣ ਜਾਂਦੇ ਹਨ ਪਰ ਅੱਜ ਕੱਲ੍ਹ ਦੇ ਸੱਜਣ ਜਿਹੜੇ ਨੇ ਉਹ ਬਹੁਤੇ ਦੰਗੇਬਾਜ਼ ਹੋ ਗਏ ਨੇ ਚੁਗਲਖੋਰ ਹੋ ਗਏ ਨੇ ਇੱਧਰ ਦੀ ਇੱਧਰ ਲਾਣਗੇ ਇੱਧਰ ਦੀ ਇੱਧਰ ਲਾਣਗੇ ਇੱਕ ਦੂਜੇ ਦੇ ਦਫੇੜ ਪਾਉਣ ਵਾਸਤੇ ਇਹ ਉਸੇ ਤਰ੍ਹਾਂ ਦਾ ਸਾਡਾ ਮਨ ਬਹੁਤਾ ਬਣ ਗਿਆ ਔਰ ਕੋਈ ਵਿਰਲਾ ਸੱਜਣ ਹੁੰਦਾ ਜਿਹੜਾ ਸੰਜੀ ਕਿਸੇ ਦੇ ਨਾਲ ਦਰੋਹ ਨਹੀਂ ਕਰਦਾ ਸੱਜਣ ਉਹ ਹੀ ਹੁੰਦਾ ਜਿਹੜਾ ਕਿਸੇ ਨਾਲ ਤਾਂ ਦਰੋਹ ਨਾ ਕਰੇ ਸੋ ਮੈਂ ਅਰਜ਼ ਕਰ ਰਿਹਾ ਸਾਂ ਇਹ ਜਿਹੜਾ ਤੁਹਾਨੂੰ ਕੁੰਡਲੀਆ ਸੁਣਾਇਆ ਗਿੱਦੜ ਦਾ ਇਹਦਾ ਨਾਂ ਸੀ ਹਰੀਦਾਸ ਇਹਨਾਂ ਦੀ ਇਹਨੂੰ ਫੇਰ ਇਹਨਾਂ ਦੇ ਨਾਲ ਇਹ ਕਵਿਤਾ ਕਰਦੇ ਰਹਿ ਰਹੇ ਗੁਲਾਬਦਾਸ ਜੀ ਫੇਰ ਇਹਨਾਂ ਨਾਲੋਂ ਹਟ ਗਿਆ ਨਾ ਜਦੋਂ ਤੇ ਫੇਰ ਇੱਕ ਦੇਵਾ ਸਿੰਘ ਨਿਰਮਲਾ ਇਹਨਾਂ ਨੂੰ ਮਿਲ ਗਿਆ ਦੇਵਾ ਸਿੰਘ ਨਿਰਮਲੇ ਨੇ ਇਹਨੂੰ ਫਿਰ ਵਿਦਾਂਤ ਪੜ੍ਹਾਇਆ ਤੇ ਵਿਦਾਂਤ ਪੜ੍ਹ ਕੇ ਇਹ ਨਾਸਤਕ ਹੋ ਗਿਆ ਨਾਸਤਕ ਹੋ ਗਿਆ ਇਸ ਨੇ ਫੇਰ ਉਪਦੇਸ਼ ਵਿਲਾਸ ਇੱਕ ਗ੍ਰੰਥ ਵੀ ਲਿਖਿਆ ਇਹਨਾਂ ਦਾ ਵੱਡਾ ਡੇਰਾ ਚੱਠਿਆਂ ਵਾਲੇ ਦੇ ਵਿੱਚ ਸੀ ਚੱਠੇ ਇੱਕ ਪਿੰਡ ਸੀ ਉਸ ਇਲਾਕੇ ਦੇ ਲੋਕੀ ਜਾਣਦੇ ਹੋਣਗੇ ਚੱਠਿਆਂ ਦਾ ਹਜ਼ਾਰਾ ਸਿੰਘ ਸੀ ਹੁਣ ਚੜ੍ਹਾਈ ਕਰਕੇ ਆਇਆ ਜਿਹੜਾ ਇੱਥੇ ਸਤਿਗੁਰਾਂ ਦੀ ਸੇਵਾ ਸਾਰੀ ਉਮਰ ਕਰਦਾ ਰਿਹਾ ਇਹ ਗੁਲਾਬਦਾਸੀਆਂ ਦੀ ਫਿਰ ਸੰਪਰਦਾ ਚੱਲਦੀ ਸੀ ਇਹ ਫਿਰ ਭਾਦਰੋਂ ਸ਼ੁਦੀ 12 1930 ਨੂੰ ਇਹ ਸੰਸਾਰ ਤੋਂ ਚਲਾਣਾ ਕਰ ਗਿਆ ਸਰ ਇਹ ਗੁਲਾਬਦਾਸੀਆਂ ਦੀ ਸੰਪਰਦਾ ਦਾ ਇੱਕ ਵਧਾਵਾ ਸਿੰਘ ਸੀ ਜਿਹੜਾ ਫਿਰਦਾ ਫਿਰਦਾ ਇੱਥੇ ਸੰਜੀ ਸੇਖ ਵੀ ਆ ਗਿਆ ਇਹਨਾਂ ਨੂੰ ਫਿਰ ਉਹ ਸਮਝੋ ਸੰਤਾ ਕੇਸਰ ਸੁਰਾਂ ਦੀ ਸੰਗਤ ਹੋ ਗਈ ਜਦੋਂ ਸੰਤਾ ਕੇਸਰ ਸੁਰਾਂ ਦੀ ਸੰਗਤ ਹੋ ਗਈ ਤੇ ਕਹਿੰਦੇ ਉਹ ਮੁੜਿਆ ਕੀ ਕਰਦਾ ਤੂੰ ਮਾਲਾ ਨਾਲ ਕਹਿੰਦਾ ਜੀ ਮੈਂ ਅੱਲਾ ਅੱਲਾ ਜਾਪਣਾ ਕਹਿੰਦਾ ਕਮਲਾ ਜਮਾਨੇ ਦਾ ਹਿੰਦੂ ਹੋ ਕੇ ਤੂੰ ਅੱਲਾ ਅੱਲਾ ਜਾਪਣਾ ਇਹ ਕੰਮ ਨਹੀਂ ਕਰਨਾ ਕਹਿੰਦਾ ਜੀ ਸੱਤ ਵਚਨ ਉਹ ਫਿਰ ਵਧਾਵਾ ਸਿੰਘ ਜਿਹੜਾ ਸੀ ਨਾ ਉਹਨੂੰ ਨਾਲ ਹੀ ਲੈ ਗਿਆ ਅੱਜ ਕੱਲ੍ਹ ਬਹੁਤ ਇਸ ਤਰ੍ਹਾਂ ਦਾ ਕੰਮ ਹੁੰਦਾ ਹੈ ਫਿਰਦੇ ਰਹਿੰਦੇ ਨੇ ਮੇਰੇ ਵਰਗੇ ਬਾਹਰ ਮੁੰਡੇ ਬੱਚੇ ਅਜਾਣੇ ਹੁੰਦੇ ਨੇ ਅਜੇ ਚਾਰ ਕੁ ਦਿਨ ਸ਼ਰਦਾਈਆਂ ਪਿਆਉਣੀਆਂ ਕੜਾ ਛਕਾਉਣਾ ਦੇ ਪਾਉਂਗੇ ਪੱਟ ਕੇ ਘਰੋਂ ਲੈ ਜਾਣਾ ਨਾ ਉਧਰ ਦਾ ਰਹਿਣਾ ਨਾ ਉਧਰ ਦਾ ਰਹਿਣਾ ਤੇ ਜਦੋਂ ਉਸ ਵਕਤ ਉਹ ਮੁੰਡੇ ਦੀ ਗੱਲ ਹੁੰਦੀ ਹੈ ਖਰੇ ਮੇਰਾ ਇਸੇ ਤਰ੍ਹਾਂ ਹੀ ਕੰਮ ਚੱਲਦਾ ਰਹੇਗਾ ਪਰ ਜਦੋਂ ਗੁਣ ਕੋਈ ਨਹੀਂ ਕੋਲ ਹੁੰਦਾ ਫਿਰ ਰੋਂਦਾ ਫਿਰਦਾ ਤੇ ਫਿਰ ਕਈ ਅਯੋਗ ਕੰਮ ਕਰਦਾ ਜਿਹਦੇ ਨਾਲ ਸਮਝੋ ਦੁਨੀਆਂ ਉੱਤੇ ਬਦਨਾਮ ਇਹਨਾਂ ਨੂੰ ਪੱਟ ਕੇ ਨਾਲ ਲੈ ਗਿਆ ਸਿਰ ਮੂੰਹ ਮਨਾ ਦਿੱਤਾ ਜਦੋਂ ਜਿਉਂ ਸਿਰ ਨੂੰ ਪਤਾ ਲੱਗਾ ਹੋਏ ਮੇਰਾ ਪੁੱਤਰ ਇੱਕ ਨਾਸਤਕ ਜਿਹਾ ਲੈ ਗਿਆ ਇਹਨਾਂ ਨੇ ਫਿਰ ਜਾ ਕੇ ਤੇ ਉਹਨੂੰ ਫਿਰ ਵਾਪਸ ਲੈਣ ਦਾ ਤੇ ਫਿਰ ਕੇਸ ਰਖਾ ਦਿੱਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੁਨੀਆਂ ਨੂੰ ਤਾਰਦੇ ਸਿਆਲਕੋਟ ਦੇ ਸਿਰੇ ਦਾ ਦੌਰਾ ਕਰਦੇ ਚਾਲੀ ਚਲੇ ਗਏ ਚਾਲ ਪਿੰਡ ਜਿੱਥੇ ਸੰਤ ਪਹਿਲਾਂ ਪੜ੍ਹਦੇ ਹੁੰਦੇ ਸਨ ਇਹਨਾਂ ਦੇ ਪਿੰਡ ਦੇ ਵਿੱਚੋਂ ਦੀ ਸੇਖਮਾਂ ਦੇ ਵਿੱਚੋਂ ਦੀ ਸੰਗਤਾਂ ਜਿਸ ਵਕਤ ਲੰਘ ਕੇ ਜਾਂਦੀਆਂ ਨੇ ਨਾ ਮਾਈਆਂ ਤੇ ਬੀਬੀਆਂ ਦੇ ਟੋਲਿਆਂ ਦੇ ਟੋਲੇ ਜਦੋਂ ਇਹਨਾਂ ਲੰਘਦੇ ਵੇਖੇ ਇਹ ਪੁੱਛਦਾ ਆਪਣੇ ਪਿਓ ਨੂੰ ਪਿਤਾ ਜੀ ਲੋਕੀ ਕਿੱਧਰ ਜਾ ਰਹੇ ਨੇ ਪਿਤਾ ਜੀ ਨੇ ਆਖਿਆ ਕਾਕਾ ਗੁਰਵਾਨ ਗੁਰੂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਅੱਜ ਚਾਲੀ ਆਏ ਹਨ
ਉਹਨਾਂ ਦਾ ਦਰਸ਼ਨ ਕਰਨ ਜਾ ਰਿਹਾ ਹੈ। ਕਹਿੰਦਾ ਜੇ ਮੈਨੂੰ ਆਗਿਆ ਸੀ ਉਹ ਤੇ ਮੈਂ ਵੀ ਦਰਸ਼ਨ ਕਰਾਵਾਂ। ਕਹਿੰਦੇ ਨੇ ਪੁੱਤਰ ਮੈਂ ਤੈਨੂੰ ਆਖਣਾ ਹੀ ਸੀ ਤੇ ਜੇ ਤੇਰੇ ਅੰਦਰੋਂ ਇਹ ਚੰਗੀ ਗੱਲ ਹੋ ਗਈ ਹੈ ਤੇ ਬੜੀ ਸੋਹਣੀ ਗੱਲ ਹੈ, ਜਾ ਆਪਣਾ ਜੀਵਨ ਜਨਮ ਸਫਲ ਕਰ ਤੇ ਸਤਿਗੁਰਾਂ ਦਾ ਦਰਸ਼ਨ ਕਰ। ਇਹਨਾਂ ਦੀ ਭੂਰੀ ਜੀ ਦੇ ਉੱਤੇ ਬੁੱਕਰ ਜੀ ਤੇ ਆ ਗਿਆ ਚਾਲ। ਚਾਲੀ ਦੀਵਾਨ ਲਗਾਇਆ ਸੀ, ਅਮਰ ਸਿੰਘ ਸੀ ਜਿਹਦੇ ਘਰ ਦੀਵਾਨ ਲਗਾਇਆ ਸੀ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀਵਾਨ ਵਿੱਚ ਦਰਸ਼ਨ ਦੇ ਰਿਹਾ ਹੈ। ਸਤਿਗੁਰਾਂ ਦੀ ਛੋਟੀ ਬੀਬੀ ਦਇਆ ਕੌਰ, ਵੱਡੀ ਬੀਬੀ ਬੀਬੀ ਨੱਡਾ ਜੀ ਸਨ ਜਿਹੜੀ ਖੱਟੜੀ ਵਿਆਹੇ ਸਨ, ਛੋਟੀ ਬੀਬੀ ਬੀਬੀ ਦਇਆ ਕੌਰ ਸੀ ਜਿਹੜੀ ਹਰਦੁਆਰ ਵਿਆਹੀ ਸੀ। ਇਹ ਬੀਬੀ ਉਸ ਵਕਤ ਦੀਵਾਨ ਦੇ ਵਿੱਚ ਸੀ, ਇਹ ਮਸਤਾਨੀ ਹੋਈ ਹੋਈ ਹੈ ਦੀਵਾਨ ਦੇ ਵਿੱਚ ਤੇ ਰਾਗੀ ਸ਼ਬਦ ਪੜ ਰਹੇ ਸਨ ਬੜੇ ਪ੍ਰੇਮ ਨਾਲ। ਇਹ ਬੀਬੀ ਮਸਤਾਨੀ ਹੋਈ ਹੈ ਤੇ ਸੰਤ ਕੇਸਰ ਸੁਰੀਨਾ ਦੂਰ ਖਲੋਤੇ ਸਨ ਆਤਰਾ ਝੁੰਬਲੀਆਂ ਮਾਰ ਕੇ। ਤੇ ਬੀਬੀ ਕਹਿੰਦੀ ਹੈ ਜੀ ਉਹ ਸੱਚੇ ਪਾਤਸ਼ਾਹ ਹੁਕਮ ਕਰੋ, ਜੋ ਹੁਕਮ ਕਰੋ ਮੈਂ ਉਹ ਕੰਮ ਕਰਾਂ, ਦੱਸੋ ਮੈਨੂੰ ਕੀ ਆਖਿਆ। ਸੱਚੇ ਪਾਤਸ਼ਾਹ ਕਹਿੰਦੇ ਨੇ ਬੀਬੀ ਆ ਜਿਹੜਾ ਝੁੰਬੀ ਮਾਰ ਕੇ ਖਲੋਤਾ ਉਹਨੂੰ ਫੜ ਕੇ ਸਾਡੇ ਕੋਲ ਲੈ ਆ। ਉਹਨੇ ਜਾ ਕੇ ਆਖਿਆ ਭਾਈ ਝੁੰਬੀ ਵਾਲਿਆ, ਤੈਨੂੰ ਸਤਿਗੁਰਾਂ ਨੇ ਯਾਦ ਕੀਤਾ ਹੋਇਆ, ਤੇਰੇ ਬੜੇ ਚੰਗੇ ਕਰਮ, ਖੁਰੇ ਤੇਰੇ ਕਿਹੜੇ ਕਰਮਾਂ ਦਾ ਫਲ ਜਿਹੜਾ ਜਾ ਗਿਆ, ਇੰਨੇ ਲੋਕੀ ਖਲੋਤੇ ਨੇ ਕਿਸੇ ਵੱਲੋਂ ਰੰਗਾਈ ਨਹੀਂ ਕੀਤੀ ਤੇ ਤੈਨੂੰ ਆਪ ਬੁਲਾਇਆ ਨੇ। ਹਾਂਜੀ ਸਾਰਿਆਂ ਦਾ ਜੀ ਕਰਦਾ ਸਤਿਗੁਰ ਮੇਰੇ ਨਾਲ ਬੋਲ, ਪਰ ਜਿਹਨੂੰ ਆਪ ਬੁਲਾਉਣ ਸਤਿਗੁਰੂ ਦੇ ਬੜੇ ਭਾਗਾਂ ਵਾਲਾ ਹੁੰਦਾ ਨਾ। ਕਹਿੰਦੇ ਨੇ ਤੇਰੇ ਬੜੇ ਭਾਗ ਚੰਗੇ ਨੇ। ਉਹ ਬਚਨ ਸੁਣ ਕੇ ਬੀਬੀ ਜੀ ਦਾ ਸਤਿਗੁਰਾਂ ਦੇ ਚਰਨਾਂ 'ਚ ਆ ਨਮਸਕਾਰ। ਜਦੋਂ ਨਮਸਕਾਰ ਕੀਤੀ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਇਹਦੇ ਭਾਈ ਬੜਾ ਤਪੱਸਵੀ ਹੈ, ਇਹਦੇ ਕਈਆਂ ਪਿਛਲੀਆਂ ਜਨਮਾਂ ਤੋਂ ਤਪੱਸਵੀ ਤੁਰਿਆ ਹੁੰਦਾ, ਇਹਦੇ ਬੜਾ ਸਾਧੂ ਹੈ। ਕੇਸਰ ਸਿਆ ਭਜਨ ਪੁੱਛ ਲਿਆ ਆਪਣਾ ਜੀਵਨ ਸਫਲਾ ਕਰ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕੇਸਰ ਸਿਰ ਦੇ ਕੰਨ ਵਿੱਚ ਭਜਨ ਦੇ ਦਿੱਤਾ, ਰੰਗਣ ਚਾੜ ਦਿੱਤੀ, ਸਿੱਖਿਆ ਦਿੱਤੀ। ਸਿੱਖਿਆ ਕੀ ਦਿੱਤੀ? ਕਿੰਨੇ ਸਿੱਖਿਆ ਨੇ ਸਤਿਗੁਰਾਂ ਦੀਆਂ। ਸਿੱਖ ਪੰਥ ਦਾ ਸਾਰਾ ਜਿੰਨੀ ਫਲਾਸਫੀ ਹੈ, ਜਿੰਨੀਆਂ ਹੀ ਚੰਗੀਆਂ ਗੱਲਾਂ ਹਨ, ਇਹਨਾਂ ਤਿੰਨਾਂ ਵਿੱਚ ਆ ਜਾਂਦੀਆਂ ਨੇ। ਕਿਹੜੀ? ਜੋ ਭਾਈ ਜੀ ਨੇ ਲਿਖਿਆ ਗੁਰਾਂ ਨਾਮ ਦਾਨ ਇਸ਼ਨਾਨ ਦਿੜਾਇਆ, ਇਹਨਾਂ ਤਿੰਨਾਂ ਚੀਜ਼ਾਂ ਵਿੱਚ ਹੀ ਇਸੇ ਤਰ੍ਹਾਂ ਸਾਰਾ ਕੁਝ ਲੁਕਿਆ ਜਿਸ ਤਰ੍ਹਾਂ ਬੀਜ ਦੇ ਵਿੱਚ ਦਰਖਤ ਦਾ ਆਕਾਰ ਲੁਕਿਆ ਹੁੰਦਾ। ਇਹਨਾਂ ਤਿੰਨਾਂ 'ਤੇ ਫਿਰ ਮੈਂ ਕਦੀ ਅਰਜ਼ ਕਰਾਂਗਾ ਵੀ ਨਾਮ ਅਤੇ ਦਾਨ ਅਤੇ ਇਸ਼ਨਾਨ ਕੀ ਚੀਜ਼ਾਂ ਹੈ। ਨਾਮ ਤੇ ਦਾਨ ਇਸ਼ਨਾਨ ਭਾਈ ਕਰਿਆ ਕਰ, ਸਿਮਰਨ ਕਰਿਆ ਕਰ, ਸਵੇਰੇ ਉੱਠ ਕੇ ਇਸ਼ਨਾਨ ਕਰਨਾ, ਪ੍ਰਾਣੀ ਮਾਤਰ ਨਾਲ ਪਿਆਰ ਕਰਨਾ, ਸਿਮਰਨ ਕਰਨਾ, ਇਹ ਮਨੁੱਖਾ ਜੇ ਹੈ, ਇਹ ਬੜੇ ਭਾਗਾਂ ਨਾਲ ਮਿਲੀ ਹੈ, ਇਹਨੂੰ ਐਵੇਂ ਅਜਾਈ ਨਾ ਗਵਾਈ। ਇਹਨਾਂ ਦੇ ਪਿਤਾ ਜੀ ਦੀ ਗੋਲ ਸਨ, ਉਹਨਾਂ ਨੇ ਆਖਿਆ ਪਿਤਾ ਉਹਦਾ ਪਿਤਾ ਜੀ ਆਉਂਦੇ ਨੇ ਗਰੀਬ ਨਿਵਾਜ, ਇਹ ਕੋਈ ਕਰਦਾ ਕੰਮ ਨਹੀਂ ਕਰਦਾ, ਬਿਲਕੁਲ ਕੋਈ ਕੰਮ ਕਰਦਾ ਇਹ ਨਹੀਂ ਕਰਦਾ। ਸੱਚੇ ਪਾਤਸ਼ਾਹ ਆਖਿਆ ਜੀਉਣ ਸਿਆ ਇਸ ਤੁਹਾਡਾ ਘਰ ਦਾ ਕੰਮ ਨਹੀਂ ਕਰਦਾ, ਇਸ ਨੇ ਬੜਿਆਂ ਪਾਪੀਆਂ ਨੂੰ ਰਾਹ ਪਾ, ਇਹ ਹੋਰ ਦਾ ਪਾਰ ਤਾਰਾ ਕਰੇਗਾ, ਇਸ ਲੋਕਾਂ ਨੂੰ ਸਿੱਧੇ ਰਾਹ ਪਾਏਗਾ। ਹਜ਼ਰਤ ਯਸੂ ਮਸੀਹ ਖਾਨਾ ਉਹਨਾਂ ਦਾ ਚੇਲਾ ਸੀ, ਉਹ ਸ਼ਿਕਾਰ ਖੇਡਿਆ ਕਰਦਾ ਸੀ, ਮੱਛੀਆਂ ਦਾ ਸ਼ਿਕਾਰ, ਫੜਨੀਆਂ ਮੱਛੀਆਂ ਕਿਤੇ ਹਜ਼ਰਤ ਉੱਧਰ ਚਲੇਗਾ ਤਿੰਦੇ ਫਰਾਉਂਦੇ। ਉਹਨਾਂ ਨੇ ਵੇਖਿਆ ਵੀ ਕਰਮ ਕਰ ਰਿਹਾ ਹੈ, ਮੱਛੀਆਂ ਫੜਦਾ ਹੈ, ਉਹਦੇ ਕੋਲ ਜਾ ਕੇ ਆਉਂਦੇ ਨੇ, ਉਹ ਕੀ ਕਰ ਰਿਹਾ ਜਿਵੇਂ ਮੱਛੀਆਂ ਫੜਦਾ, ਇਹ ਨਾ ਕਰਿਆ ਕਰ,
ਅਜੀ ਸ਼ਿਕਾਰ ਖੇਡਣ ਦੀ ਮੇਰੀ ਆਦਤ ਬਣ ਗਈ, ਇਹਦੇ ਬਗੈਰ ਮੈਂ ਰਹਿ ਨਹੀਂ ਸਕਦਾ। ਕਹਿੰਦੇ ਨੇ ਤੈਨੂੰ ਕੰਮ ਲਾ ਦਈਏ, ਸ਼ਿਕਾਰ ਹੀ ਕਰਿਆ ਕਰੇਗਾ ਤੇ ਸ਼ਿਕਾਰੀ ਸ਼ਿਕਾਰ ਪੁਣਾ ਵੀ ਤੇਰਾ ਹਟਾਉਂਦੇ ਤੇ ਤੈਨੂੰ ਚੰਗੇ ਪਾਸੇ ਲਾ ਦਈਏ। ਹਾਂਜੀ ਤੁਹਾਡੀ ਮਰਜ਼ੀ, ਠੀਕ ਤਰ੍ਹਾਂ ਕਰੋ। ਉਹਨਾਂ ਆਖਿਆ ਚੰਗਾ ਫਿਰ ਮੱਛੀਆਂ ਦਾ ਸ਼ਿਕਾਰ ਨਾ ਕਰਿਆ ਕਰ ਤੇ ਬੰਦਿਆਂ ਦਾ ਸ਼ਿਕਾਰ ਕਰਿਆ ਕਰ। ਭਾਵ ਜਿਹੜੇ ਭੈੜੇ ਬੰਦੇ ਨੇ ਉਹਨਾਂ ਨੂੰ ਉਪਦੇਸ਼ ਦੇ ਕੇ ਚੰਗੇ ਪਾਸੇ ਲਾਇਆ ਕਰ, ਕੁਕਰਮੀਆਂ ਨੂੰ ਭਗਵਾਨ ਦੇ ਪਾਸੇ ਲਾਇਆ ਕਰ, ਰੱਬ ਵਾਲੇ ਪਾਸੇ ਉਹਨਾਂ ਨੂੰ ਲਾਇਆ ਕਰ। ਉਹ ਕਹਿੰਦੇ ਨੇ ਇਹ ਤੁਹਾਡਾ ਕਰਦਾ ਨਹੀਂ ਕੰਮ ਕਰਦਾ, ਇਹ ਕਈ ਜੀਵਾਂ ਜਿਹਨਾਂ ਨੂੰ ਸਮਝੋ ਸੰਸਾਰ ਦੇ ਵਿੱਚ ਆ ਕੇ ਗੁਰੂ ਵਾਲੇ ਪਾਸੇ ਲਾਏ। ਇਹ ਫਿਰ ਬੜੀ ਬੰਦਗੀ ਕਰਨ ਲੱਗੇ, ਬੰਦੀ ਕਰਦਿਆਂ ਕਰਦਿਆਂ ਇਹਨਾਂ ਦੀ ਵਾਰੀ ਵਾਹਵਾ ਉਮਰ ਅਵਸਥਾ ਵੀ ਵਾਹਵਾ ਹੋ ਗਈ। ਅਸੀਂ ਹੁਣ ਸਾਰੇ ਆਨੇ ਆ, ਬੜੇ ਪੁੱਛਦੇ ਨੇ ਕਿ ਸਵਾਦ ਨਹੀਂ ਆਉਂਦਾ ਨਾਮ ਦਾ। ਯਾਰ ਉਹ ਹੈਰਾਨੀ ਤੇ ਮੈਨੂੰ ਇਸ ਗੱਲ ਦੀ ਹੈ ਭਈ ਗੁਲਾਬ ਜਾਮੁਨ ਨੂੰ ਤੈਨੇ ਜਿਹੜਾ ਫੜ ਕੇ ਮੂੰਹ ਵਿੱਚ ਪਾ ਲੈਣਾ, ਇਹ ਗੁਲਾਬ ਜਾਮੁਨ ਨੂੰ ਨਹੀਂ ਜਿਹੜਾ ਮੂੰਹ ਵਿੱਚ ਪਾ ਲੈਣਾ। ਕਿੰਨਾ ਚਿਰ ਭਜਨ ਕਰਦੇ ਹੋ ਆਪਣੇ ਆਪਣੇ ਹਿੰਦਰ ਜਾਤੀ ਮਾਰੀਏ, ਔਰ ਫਿਰ ਜੇ ਕਰਦੇ ਆ ਤੇ ਕਿੰਨਾ ਕੁ ਬਹਿ ਕੇ ਅਸੀਂ ਇਹ ਠੀਕ ਹੈ ਮਨ ਉੱਡਦਾ। ਕਹਿੰਦਾ ਨਹੀਂ ਤਾਂ ਭਜਨ ਕਰਦੇ ਆ ਤੇ ਮਨ ਉੱਡਦਾ, ਮੈਂ ਉੱਡਣ ਦੀ ਉੱਡਦਾ ਤੇ ਤਾਂ ਕੀ ਆ। ਮੈਂ ਕਿਹਾ ਜਦੋਂ ਭਜਨ ਕਰਦੇ ਹੋ ਮਨ ਉਦੋਂ ਹੀ ਉੱਡਦਾ ਨਾ ਜੀ। ਆਹੋ ਤੇ ਮੈਂ ਜਦੋਂ ਕਿਸੇ ਨਾਲ ਲੜਦੇ ਹੋ ਅਸੀਂ ਉਦੋਂ ਤੇ ਨਹੀਂ ਉੱਡਦਾ, ਜਦੋਂ ਕਿਸੇ ਨੂੰ ਗਾਲਾਂ ਕੱਢੀਆਂ ਟਕਾ ਦੇ ਗਾਲਾਂ ਕੱਢੀਆਂ ਨੇ, ਮੁੱਕੀ ਮਾਰੀ ਉਹਦੇ ਉਹਦੇ ਨੱਕ ਤੇ ਮਾਰੀ ਜੇ ਸਮਝੋ ਉਦੋਂ ਕੋਈ ਮਨ ਨਹੀਂ ਉੱਡਦਾ। ਨਾਮ ਜੇ ਬਣ ਲੱਗਿਆ ਕਿਉਂ ਕਿਉਂ ਉੱਡਦਾ? ਇਸ ਵਾਸਤੇ ਉੱਡਦਾ ਵੀ ਭਜਨ ਨਾਲੋਂ ਨਾਮ ਮਾੜਾ ਇਹ ਉੱਡਦਾ। ਕਹਿੰਦਾ ਜੇ ਮੈਨੂੰ ਇਸਨੇ ਭਜਨ ਦੀ ਕਿੜਕੀ ਵਿੱਚ ਫਸਾ ਲਿਆ ਤੇ ਮੈਨੂੰ ਨਪੁੰਸਕ ਕਰ ਦੇ, ਤੇ ਜਿਹੜਾ ਮਾੜਾ ਉਹਦੇ ਪਿੱਛੇ ਤਗੜੇ ਹੋ ਕੇ ਸਮਝੋ ਘੁਕਾ ਕੇ ਮਾਰੋ ਅੱਜ ਵੀ ਮਰ ਜਾਏਗਾ। ਕੋਸ਼ਿਸ਼ ਨਹੀਂ ਅਸੀਂ ਕਰਦੇ, ਐਵੇਂ ਆ ਕੇ ਆਖਦੇ ਰਹੇ ਆ ਕਿ ਭਜਨ ਕਰਨਾ ਕੀ ਕੁਆ, ਕਰਦਾ ਕੀ ਕੁਆ। ਤੁਹਾਨੂੰ ਸਤਿਗੁਰਾਂ ਨੇ ਦੱਸਿਆ ਘੱਟ ਤੋਂ ਘੱਟ ਵੀ ਇਹ ਬਹੁਤਾ ਤੇ ਨਹੀਂ ਤੇ ਘੱਟ ਤੋਂ ਘੱਟ ਵੀ ਰੋਜ਼ 3 ਘੰਟੇ ਬਹਿ ਕੇ ਭਜਨ ਕਰਿਆ ਕਰੋਗੇ ਤੇ 6 ਕੁ ਸਾਲ ਕਰਕੇ ਵੇਖੋ ਤੇ ਫਿਰ ਤੁਸੀਂ ਦੱਸਿਓ ਆ ਕੇ ਵੀ ਨਾਮ ਦਾ ਅਸਰ ਆਇਆ ਕਿ ਨਹੀਂ ਆਇਆ। ਤੇ ਪਹਿਲੇ ਦਿਨ ਆ ਕੇ ਇੱਥੇ ਸਾਰੇ 2 ਕੁ ਦਿਨ ਕਰਕੇ ਗੱਲਾਂ ਤੇ ਆਉਂਦੇ ਹੋ, ਸਾਨੂੰ ਨਾਮ ਦਾ ਅਸਰ ਨਹੀਂ ਆਇਆ। ਔਰ ਫਿਰ ਇਹ ਵੀ ਨਹੀਂ ਗੱਲ, ਇਹ ਜਿਹਨਾਂ ਦੀ ਐਡੀ ਅਵਸਥਾ ਹੁੰਦੀ ਹੈ ਉਹਨਾਂ ਦੇ ਪਿਛਲੇ ਜਨਮਾਂ ਦੇ ਕਰਮ ਹੁੰਦੇ ਹਨ, ਕਈਆਂ ਜਨਮਾਂ ਦਾ ਕਰਮ ਤੇ ਫਿਰ ਆ ਕੇ ਉਹਨਾਂ ਨੂੰ ਨਾਮ ਦਾ ਸਵਾਦ ਆਉਂਦਾ। ਅਸੀਂ ਆਨੇ ਆ ਪਹਿਲੇ ਦਿਨ ਲਿਆਓ ਜੀ ਸਾਨੂੰ ਨਾਮ ਦੇ ਦਿਓ, ਅਸੀਂ ਝੋਲੀ ਭਰ ਕੇ ਘਰ ਨੂੰ ਲੈ ਜਾਈਏ। ਸਿਮਰਨ ਕੀਤਾ, ਬਿਰਤੀ ਇਹਨਾਂ ਦੀ ਬਹੁਤ ਸੁੰਦਰ ਹੋ ਗਈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇਸ਼ ਨੂੰ ਉਤਾਰਿਆ, ਵਿਦੇਸ਼ ਨੂੰ ਉਤਾਰਨ ਵਾਸਤੇ ਚਲੇ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਜੀ ਪ੍ਰਦੇਸ਼ ਚਲੇ ਗਏ, ਇਹ ਸੰਤ ਜਿਹੜੇ ਸਨ ਇਹ ਬਾਬੇ ਜਮੀਤ ਸਿੰਘਾਂ ਕੋਲ ਜਾ ਕੇ ਰਹਿਣ ਲੱਗ ਪਏ। ਬਾਬੇ ਜਮੀਤ ਸਿੰਘਾਂ ਨੇ ਸਤਿਗੁਰੂ ਰਾਮ ਸਿੰਘ ਜੀ ਤੋਂ ਪਹਿਲਾਂ ਜਾ ਕੇ ਸਤਿਗੁਰੂ ਬਾਲਕ ਸਿੰਘ ਜੀ ਪਾਸੋਂ ਭਜਨ ਪੁੱਛਿਆ। ਬਾਬੇ ਜਮੀਤ ਸਿੰਘ ਵੀ ਬੜੀ ਉੱਚੀ ਕਰਨੀ ਦੇ ਸਨ, ਉਹਨਾਂ ਕੋਲ ਰਹਿੰਦੇ ਹੁੰਦੇ ਸਨ ਤੇ ਬਾਬੇ ਜਮੀਤ ਸਿੰਘ ਜੀ ਇਹਨਾਂ ਸਾਰਾ ਦਾ ਬੜਾ ਖਿਆਲ ਰੱਖਦੇ ਹੁੰਦੇ ਸਨ। ਸਾਨੂੰ ਸੱਜੀ ਬੰਦਗੀ ਕਿੰਨੀ ਕਰਿਆ ਕਰਦੇ ਸਨ, ਇਹਦੇ ਵਿੱਚ ਹੀ ਆ ਜਾਏਗਾ। ਮੈਂ ਤੁਹਾਡੇ ਸਾਹਮਣੇ ਅਰਸ ਕਰਾਂ, ਦਾਤਾ ਇੱਥੋਂ ਨਹੀਂ ਆ ਹਰ ਦਾਤ ਲੈ ਕੇ ਇਨਸਾਨ ਵਿਸਰ ਜਾਂਦਾ ਹੈ ਭਾਈ, ਇਹ ਕੋਈ ਵੱਡੀ ਗੱਲ ਨਹੀਂ। ਤੁਹਾਨੂੰ ਪਤਾ ਸੰਤ ਕਿਹੜੇ ਵਾਲੇ ਚੜ੍ਹਾਈ ਕਰ ਗਿਆ ਹੈ, ਇਸ ਵਕਤ ਉਹ ਚੜ੍ਹਾਈ ਕਰ ਗਏ ਹਨ। ਉਹ ਸੰਤ ਕਿਹੜੇ ਵਾਲੇ ਇੱਥੇ ਆ ਕੇ ਇੰਨੀ ਤਪੱਸਿਆ ਕਰਿਆ ਕਰਦੇ ਸਨ, ਇੰਨੇ ਇੰਨੇ ਉਹਨਾਂ ਦੇ 9 ਵੱਜ ਜਾਂਦੇ ਸਨ ਤੇ ਸਿਰ ਦੇ ਉੱਤੇ ਕੱਕਰ ਪੈ ਜਾਂਦਾ ਦਾ ਸੀ। ਮਾਤਾ ਜੀਵਨ ਕੌਰ ਨੇ ਉਹਨਾਂ ਨੂੰ ਲੱਭ ਕੇ ਲਿਆ ਕੇ ਉਹਨਾਂ ਦੇ ਮੂੰਹ ਵਿੱਚ ਰੋਟੀ ਪਾਣੀ ਕਰੀ। ਸਤਿਗੁਰੂ ਰਾਮ ਸਿੰਘ ਸੱਚੇ ਦਾ ਪਾਤਸ਼ਾਹ ਦਾ ਦਰਵਾਜ਼ਾ ਜਿਹੜਾ ਵੱਡਾ ਸੀ ਡੇਲੀ, ਉੱਥੇ ਆ ਕੇ ਇਹਨਾਂ ਸੰਤਾਂ ਕਿਹੜੇ ਵਾਲਿਆਂ ਨੇ ਉੱਤੇ ਸਿਰ ਤਰ ਕੇ ਤੇ 6-6 ਪੈਰ ਸਿਰ ਉੱਥੇ ਤਰ ਛੱਡਣਾ ਆਖਣਾ, ਇਹ ਸਤਿਗੁਰੂ ਦੇ ਦਰਵਾਜ਼ੇ ਤੋਂ ਜੋ ਕੁਝ ਮਿਲਦਾ ਮੈਨੂੰ ਮਿਲ। ਯਾਰ ਫਿਰ ਅਸੀਂ ਆਨੇ, ਸਾਨੂੰ ਭਜਨ ਦਾ ਸਵਾਦ ਨਹੀਂ ਆਉਂਦਾ। ਰੀਸਾਂ ਉਹਨਾਂ ਦੀਆਂ ਕਰਦੀਆਂ ਜਿਹਨਾਂ ਨੇ ਉਮਰਾਂ ਗਾਲ ਦਿੱਤੀਆਂ ਨੇ, ਜਿਹਨਾਂ ਨੇ ਕੁਝ ਕੀਤਾ ਉਹਦਾ ਇੰਜੀਨੀਅਰ ਬਣ ਜਾਂਦੇ ਹਨ।
ਉਹ ਪ੍ਰੋਫੈਸਰ ਬਣ ਜਾਂਦੇ ਹਨ ਜਿਹੜੇ ਮੇਰੇ ਬਾਰੇ ਕੁਝ ਨਹੀਂ ਕਰਦੇ ਸਮਝੋ ਫੇਲ ਹੋ ਕੇ ਘਰਦਿਆਂ ਨਾਲ ਲੜਦਿਆਂ ਸਾਰੀ ਜ਼ਿੰਦਗੀ ਬਰਬਾਦ ਕੁਝ ਕਰਿਆ ਵੀ ਕਰੋ ਅਗਲੇ ਨੂੰ ਕਿਉਂ ਪੁੱਛਦੇ ਹੋ ਮੈਂ ਭਜਨ ਕੀ ਕਰਨਾ ਆਪ ਵੀ ਕੁਝ ਕਰਿਆ ਕਰੋ ਤੇ ਫਿਰ ਜਦੋਂ ਨਾ ਕੰਮ ਬਣੇਗਾ ਹਾਂ ਇਹ ਜ਼ਰੂਰ ਹੈ ਭਜਨ ਕਰਦਿਆਂ ਕਰਦਿਆਂ ਬੱਚਾ ਪੜ੍ਹਦਾ ਹੈ ਸਤਿਗੁਰਾਂ ਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਕੋਲ ਇੱਕ ਸਿੱਖ ਆਇਆ ਉਹਨੂੰ ਉਹਨੇ ਭਜਨ ਦੇ ਦਿੱਤਾ ਤੇ ਦੂਜੇ ਆਖਦੇ ਜੀ ਇਹਨੇ ਤੁਹਾਨੂੰ ਦੱਸਿਆ ਕੁਝ ਨਹੀਂ ਭਜਨ ਦੇ ਕੇ ਦਿੱਤਾ ਜੀ ਸੱਚੇ ਪਾਤਸ਼ਾਹ ਗੁਰੂ ਬਾਲਕ ਸਿੰਘ ਕਹਿੰਦੇ ਨੇ ਵੀ ਅਸੀਂ ਓਡੇ ਹਾਂ ਓਡੇ ਓਡੇ ਪਤਾ ਕੌਣ ਹੁੰਦੇ ਨੇ ਓਡੇ ਹੁੰਦੇ ਨੇ ਜਿਹੜੇ ਪਾਣੀ ਦੱਸਦੇ ਨੇ ਆਹ ਥਾਂ ਧਰਤੀ 'ਚ ਪਾਣੀ ਦਿੱਤੇ ਕਹਿੰਦੇ ਨੇ ਆਹ ਸਿਰਫ ਪਾਣੀ ਦੱਸਣਾ ਕਈ ਫੜਾ ਦੇਣੀ ਹੈ ਤੇ ਟੋਕਰੀ ਫੜਾ ਦੇਣੀ ਹੈ ਪੁੱਟਣਾ ਇਹਨਾਂ ਆਪ ਪੁੱਟਣ ਕੇ ਮੈਂ ਪਾਣੀ ਸਮਝੋ ਕੱਢ ਸਕਦੇ ਸਰ ਮਾਸਟਰ ਨੇ ਸਿਰਫ ਸਬਕ ਦੇਣਾ ਮਾਸਟਰ ਨੇ ਉਹਦੇ ਥਾਂ ਪਰਚੇ ਨਹੀਂ ਜਾ ਕਰਨੀ ਤੇ ਮਿਹਨਤ ਨਹੀਂ ਕਰਨੀ ਜੇ ਕਿਤੇ ਕੋਈ ਅੜਿੰਚਰ ਪੈ ਜਾਏ ਸਵਾਲ ਨਾ ਨਿਕਲੇ ਫਿਰ ਉਹ ਆ ਕੇ ਦੱਸਦਾ ਵੀ ਆਹ ਦੇਖੋ ਗਰੀਬ ਨਵਾਜ ਮਾਸਟਰ ਜੀ ਮੈਂ ਸਵਾਲ ਕੱਢਿਆ ਤੇ ਸਾਰਾ ਠੀਕ ਆਇਆ ਤੇ ਇੱਥੋਂ ਆ ਕੇ ਥੋੜ੍ਹੀ ਜਿਹੀ ਜਵਾਬ ਆ ਕੇ ਗਲਤ ਹੋ ਗਿਆ ਫਿਰ ਮਾਸਟਰ ਵੇਖਦਾ ਤੇ ਫਿਰ ਕੀ ਕਰਦੇ ਨੇ ਮਾਸਟਰ ਆਉਂਦੇ ਨਾ ਵੇਖ ਆਹ ਠੀਕ ਹੈ ਆਹ ਜ਼ਰਬ ਦਿੱਤੀ ਆ ਇੱਥੋਂ ਤਕਸੀਮ ਕਰਦੇ ਇੱਥੇ ਜਮ੍ਹਾਂ ਕਰਕੇ ਆਹ ਫਿਰ ਦੱਸ ਆਹ ਵੇਖ ਕਾਕਾ ਇੱਥੇ ਦੋ ਤੇ ਦੋ ਚਾਰ ਲਿਖਣੇ ਸਨ ਤੇ ਤੂੰ ਦੋ ਤੇ ਦੋ ਤਿੰਨ ਲਿਖ ਦਿੱਤੇ ਨੇ ਮੈਂ ਇੱਕ ਆ ਗਾ ਪਿੱਛੇ ਹੁਣ ਕਰਕੇ ਤੇਰਾ ਸਾਰਾ ਸਵਾਲ ਗਲਤ ਹੋ ਇਹਨੀ ਗੱਲ ਤੇ ਮਾਸਟਰ ਕਰ ਸਕਦਾ ਨਾ ਤੇ ਮਾਸਟਰ ਨੇ ਸਾਰਾ ਸਵਾਲ ਤੇ ਨਾ ਤੁਹਾਨੂੰ ਕੱਢ ਕੇ ਦੇਣਾ ਸੋ ਸਿਮਰਨ ਕਰਿਆ ਕਰੋ ਸੱਚੇ ਪਾਤਸ਼ਾਹ ਤੇ ਆਉਂਦੇ ਨੇ ਨਾ ਇੱਕ ਘੰਟਾ ਜ਼ਰੂਰ ਕਰਿਆ ਕਰੋ ਉਹ ਤੇ ਇਸ ਵਾਸਤੇ ਵੀ ਅਸੀਂ ਨਿਕਲ ਹੀ ਗਏ ਹਾਂ ਤੇ ਤਾਂ ਹੀ ਉਹਨਾਂ ਆਖਿਆ ਵੀ ਘੱਟ ਤੋਂ ਘੱਟ ਕਰਿਆ ਕਰੋ ਪਰ ਸਾਧ ਸੰਗਤ ਜੀ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਘੱਟ ਤੋਂ ਘੱਟ ਅੱਠਾਂ ਪੈਰਾਂ 'ਚ ਅੱਬਲ ਤੇ ਦਸੰਦ ਕੱਢੋ ਨਹੀਂ ਤੇ ਤਿੰਨ ਘੰਟੇ ਜਿਹੜੇ ਨਾ ਇਹਦੂ ਘੱਟ ਤੇ ਸਮਝੀ ਸਿੱਖ ਦਾ ਬਣਦਾ ਹੀ ਕੁਝ ਨਹੀਂ ਜੇ ਤਿੰਨ ਘੰਟੇ ਵੀ ਭਜਨ ਨਾ ਕਰੇ ਸੋ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਪ੍ਰਦੇਸ਼ ਇਹ ਬਾਬੇ ਹੋਈ ਸੰਤਾ ਜਮੀਰ ਸਿੰਘ ਕੋਲ ਚਲੇਗਾ ਜਿਹੜੇ ਬੜੇ ਭਜਨੀਕ ਸਨ ਜਦੋਂ ਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਨੇ ਸੰਤਾ ਕੇਸਰ ਸਿੰਘ ਦੀ ਸੋਭਾ ਸੁਣੀ ਜੋ ਬੜੇ ਭਜਨੀਕ ਨੇ ਤੇ ਇਹਨਾਂ ਨੇ ਫਿਰ ਸੰਤਾ ਜਮੀਰ ਸਿੰਘ ਨੂੰ ਗੁਰੂ ਹਰੀ ਸਿੰਘ ਜੀ ਨੇ ਚਿੱਠੀ ਚਿੱਠੀ ਲਿਖੀ ਸੰਤ ਜੀ ਮੈਂ ਬਾਬੇ ਕੇਸਰ ਸਿੰਘ ਦੀ ਸੋਭਾ ਸੁਣੀ ਹੈ ਸਤਿਗੁਰੂ ਤੇ ਰਾਈਆਂ ਵਾਲੀ ਕਰ ਗਿਆ ਨੇ ਉਹ ਵਿਛੋੜਾ ਪਾ ਗਿਆ ਨੇ ਉਹਨਾਂ ਤੋਂ ਬਗੈਰ ਜੀ ਨਹੀਂ ਲੱਗਦਾ ਤੇ ਜਿਹੜੇ ਨੇ ਨਾ ਵਿਜੋਗੀ ਆਦਮੀ ਇਹਨਾਂ ਨੂੰ ਦੋ ਚੀਜ਼ਾਂ ਤਸੱਲੀ ਦੇ ਸਕਦੀਆਂ ਹਨ ਕਿਹੜੀ ਕਿਹੜੀ ਹੁਬ ਤੇ ਹੁਸਨ ਇਹ ਦੂਹ ਨਾਲ ਸਮਝੋ ਤਸੱਲੀ ਇਹਨਾਂ ਨੂੰ ਆ ਜਾਂਦੀ ਹੈ ਇਹ ਕਹਿੰਦੇ ਨੇ ਨਾ ਭਜਨ ਵਾਲਿਆਂ ਵਰਗੀ ਹੁਬ ਕਿਸੇ 'ਚ ਹੁੰਦੀ ਹੈ ਤੇ ਨਾ ਹੀ ਭਜਨ ਕਰਨ ਵਾਲਿਆਂ ਵਰਗਾ ਹੁਸਨ ਕਿਸੇ ਵਿੱਚ ਹੁੰਦਾ ਇਸ ਵਾਸਤੇ ਉਹ ਜੁੜੇ ਜਿਹੜੇ ਸਤਿਗੁਰੂ ਰਾਮ ਸਿੰਘ ਦੇ ਪ੍ਰੇਮੀ ਹਨ ਭਜਨ ਕਰਨ ਵਾਲੇ ਭਾਵੇਂ ਲੰਗਰ ਜਿਹੜਾ ਸਤਿਗੁਰੂ ਰਾਮ ਸਿੰਘ ਦੀ ਕਿਰਪਾ ਨਾਲ ਚੱਲਿਆ ਹੀ ਰਹਿਣਾ ਕਿਸੇ ਗੱਲ ਦਾ ਨਹੀਂ ਰਹਿਣਾ ਪਰ ਫੇਰ ਵੀ ਜਿੰਨੇ ਭਜਨ ਕਰਨ ਵਾਲੇ ਬਹੁਤੇ ਹੋਣਗੇ ਨਾ ਉਹਨਾਂ ਇਹ ਲੰਗਰ ਜਿਹੜਾ ਉਹ ਬਹੁਤਾ ਚੱਲ ਇਸ ਵਾਸਤੇ ਤੁਸੀਂ ਕਿਰਪਾ ਕਰੋ ਸੰਤ ਜੀ ਤੇ ਸੰਤਾ ਕੇਸਰ ਸਿੰਘ ਨੂੰ ਸ੍ਰੀ ਘਾਨੀ ਸਾਹਿਬ ਭੇਜੀ ਇਹ ਚਿੱਠੀ ਗਈ ਬਾਬੇ ਜਮੀਸਰਾ ਕੋਲ ਬਾਬੇ ਜਮੀਸਰਾ ਨੇ ਸਰਸਰੀ ਤੌਰ ਤੇ ਆਖਿਆ ਕੇਸਰ ਸਿੰਘ ਜੀ ਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦੀ ਚਿੱਠੀ ਆਈ ਹੈ ਇਹਦਾ ਹੁਕਮ ਲਿਖਿਆ ਉਹ ਚੁੱਪ ਕਰ ਰਿਹਾ ਉਹ ਚੁੱਪ ਇਸ ਤਰ੍ਹਾਂ ਉਹਦਾ ਨਾਂ ਹੀ ਚੁੱਪ ਪੈ ਗਿਆ ਸੀ ਉਹ ਬੋਲਦੇ ਘੱਟ ਸਨ ਤੇ ਅਜੇ ਕਿਸੇ ਆਵਾਜ਼ ਮਾਰਦੀ ਵੀ ਨਾ ਸੰਤ ਜੀ ਸੰਤ ਜੀ ਸੰਤ ਜੀ ਜਦੋਂ ਤੀਜੀ ਆਵਾਜ਼ ਮਾਰਦੀ ਨਾ ਤੇ ਫੇਰ ਬੋਲਣਾ ਤੇ ਐਂ ਬੋਲਣਾ ਜੀ ਕੋਈ ਪਾਣੀ ਪੀਣ ਡਿਆ ਹੁੰਦਾ ਨਾ ਤੇ ਪਾਣੀ ਪੀ ਕੇ ਫਿਰ ਉਹਨੇ ਬੋਲਣਾ ਹੁੰਦਾ ਨਾ ਇਸ ਵਾਸਤੇ ਇਹਨਾਂ ਦਾ ਨਾਂ ਬਹੁਤਾ ਕੇਸਰ ਸਿੰਘ ਜੀ ਚੁੱਪ ਪੈ ਗਿਆ ਇਹ ਚੁੱਪ ਕਰ ਰਿਹਾ ਬਾਬੇ ਜਮੀਰ ਸਿੰਘ ਨੇ ਬਹੁਤਾ ਉਹਨਾਂ ਤੇ ਜ਼ੋਰ ਨਾ ਦਿੱਤਾ ਅੱਜ ਚਿੱਠੀ ਫੇਰ ਗਈ ਫੇਰ ਵੀ ਇਸੇ ਤਰ੍ਹਾਂ ਹੋਇਆ ਅਖੀਰ ਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦੌਰਾ ਕਰਦੇ ਕਰਦੇ ਆਪ ਉੱਧਰ ਚਲੇ ਜਦੋਂ ਗਏ
ਸਤਿਕਾਰ ਕੀਤਾ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਤਿਕਾਰ ਕੀਤਾ ਬਾਬੇ ਜਗਦੀਸ਼ ਸਿੰਘ ਬੈਠੇ ਸਾਨੂੰ ਆਖਿਆ ਬਾਬਾ ਜੀ ਤੁਹਾਨੂੰ ਚਿੱਠੀਆਂ ਦੋ ਭੇਜੀਆਂ ਸਨ ਇਹ ਗਰੀਬ ਨਵਾਜ਼ ਜੀ ਆ ਗਈਆਂ ਫਿਰ ਇਹ ਜਿਹਾ ਕੇਸਰ ਸਿਰਾਂ ਨੂੰ ਆਖ ਦਿੱਤਾ ਸੀ ਤੇ ਯਾਰ ਮੈਂ ਵੀ ਨਹੀਂ ਬਹੁਤਾ ਦਿੱਤਾ ਉਹਨਾਂ ਨੂੰ ਵੀ ਜ਼ਰੂਰ ਜਾਓ ਤੇ ਹੁਣ ਗਰੀਬ ਨਵਾਜ਼ ਤੁਸੀਂ ਆ ਗਿਆ ਉਹ ਮਾਲਕ ਵੀ ਆ ਗਿਆ ਤੇ ਸੇਵਕ ਵੀ ਕੋਲ ਹੈ ਆਪ ਗੱਲ ਕਰ ਲਓ ਕੇਸਰ ਸਿਰਾਂ ਨੂੰ ਆਖਿਆ ਬਾਬੇ ਜਗਦੀਸ਼ ਸਿਰਾਂ ਜੀ ਕੇਸਰ ਸਿੰਘ ਜੀ ਹੁਣ ਕੀ ਗੱਲ ਹੈ ਕਹਿੰਦੇ ਜੀ ਹੁਣ ਕਾਹਦੀ ਗੱਲ ਹੈ ਜਦੋਂ ਮਾਲਕ ਹੀ ਆ ਗਿਆ ਤੇ ਹੁਣ ਤੇ ਉਜਰ ਹੀ ਨਾ ਹੋ ਸਕਦਾ ਉੱਥੋਂ ਫਿਰ ਸ੍ਰੀ ਭੈਣੀ ਸਾਹਿਬ ਆ ਗਏ ਭੈਣੀ ਸਾਹਿਬ ਆ ਗਿਆ ਸਵੇਰੇ ਨਿਕਲ ਜਾਣਾ ਪ੍ਰਸ਼ਾਦਾ ਪਾਣੀ ਛੱਕ ਕੇ ਕਈ ਵਾਰੀ ਨਾ ਵੀ ਛੱਕਣਾ ਕਈ ਵਾਰੀ ਰਾਤ ਨੂੰ ਵਾਪਸ ਆਉਣਾ ਤੇ ਕਈ ਵਾਰੀ ਆਉਣਾ ਨਹੀਂ ਟਿੱਬਿਆਂ ਵਿੱਚ ਸਰਜੀ ਲੇਟ ਰਹਿਣਾ ਤੇ ਉੱਥੇ ਭਜਨ ਕਰਦੇ ਆ ਰਹਿਣਾ ਕਈ ਵਾਰੀ ਟਿੱਬਿਆਂ ਤੇ ਪਿਆ ਰਹਿਣਾ ਡਾਂਗਰੀ ਮੁੰਡਿਆਂ ਨੇ ਵੇਖਣਾ ਤੇ ਆ ਕੇ ਦੱਸਣਾ ਵਾ ਤੁਹਾਡਾ ਇੱਕ ਸਿੱਖ ਉੱਥੇ ਟਿੱਬਿਆਂ ਵਿੱਚ ਪਿਆ ਜੇ ਮਰ ਗਿਆ ਹੋਣਾ ਜਾਓ ਜਾ ਕੇ ਅਹਿਮ ਤਪੱਸਿਆ ਕਰਦੇ ਸਨ ਇੱਕ ਦਿਨ ਜਿਉਂ ਘਰੋਂ ਨਿਕਲੇ ਨੇ ਤਿੰਨ ਦਿਨ ਨਾ ਆਏ ਸੰਤ ਕੇਸਰ ਸਿੰਘ ਜੀ ਵਾਪਸ ਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦੇ ਨੇ ਉਹ ਕਿੱਥੇ ਗਏ ਨੇ ਕੇਸਰ ਸਿੰਘ ਜੀ ਸਾਰੇ ਆਖਣ ਵੀ ਸਾਨੂੰ ਕੋਈ ਪਤਾ ਨਹੀਂ ਪਤਾ ਜੀ ਸਤਿਗੁਰ ਜਿਹੜਾ ਉਹ ਸਿੱਖਾਂ ਨੂੰ ਪਾਲ ਕੇ ਲੈ ਆਉਂਦਾ ਠੀਕ ਆ ਸਿੱਖ ਸਤਿਗੁਰ ਬਗੈਰ ਨਹੀਂ ਜੀ ਸਕਦਾ ਨਹੀਂ ਸਤਿਗੁਰ ਸਿੱਖਾਂ ਤੋਂ ਬਗੈਰ ਨਹੀਂ ਜੀ ਸਕਦਾ ਸੱਚੇ ਪਾਤਸ਼ਾਹ ਕਹਿੰਦੇ ਨੇ ਮੈਂ ਆਪਣੇ ਪਿਆਰੇ ਨੂੰ ਆਪ ਲੱਭ ਕੇ ਲਿਆਵਾਂ ਸਤਿਗੁਰੂ ਹਰੀ ਸਿੰਘ ਜੀ ਆਪ ਤਰੇ ਸਾਰਾ ਦੁਪਹਿਰਾ ਕੱਪਿਆ ਧੁੱਪ ਬੜੀ ਆ ਬਹੁਤਾ ਤੁਹਾਨੂੰ ਪਤਾ ਕਿਸ ਤਰ੍ਹਾਂ ਦਾ ਭੈਣੀ ਸਾਹਿਬ ਸੀ ਤੇ ਹੁਣ ਕਿਸ ਤਰ੍ਹਾਂ ਦਾ ਇਹ ਤੇ ਬੜਾ ਫਰਕ ਪੈ ਗਿਆ ਨਾ ਹਰੇਰੀਆਂ ਚੱਲਦੀਆਂ ਸਨ ਟਿੱਬੇ ਬੜੇ ਸਨ ਸਾਰਾ ਦੁਪਹਿਰਾ ਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਸਿਰ ਤੇ ਕੱਟ ਕੇ ਤੇ ਜਾ ਕੇ ਵੇਖਿਆ ਕਿ ਇੱਕ ਟਿੱਬੇ ਵਿੱਚ ਇੰਨਾ ਸਰੀਰ ਰੇਤ ਵਿੱਚ ਦੱਬਿਆ ਤੇ ਬਾਕੀ ਉਤਲਾ ਸਿਰ ਤੇ ਥੋੜਾ ਜਿਹਾ ਤਾਰਾ ਜੇ ਨੰਗਾ ਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਫਿਰ ਆਪ ਜਾ ਕੇ ਰੇਤ ਪਿੱਛਾ ਕੀਤੀ ਆਪਣੇ ਹੱਥਾਂ ਨਾਲ ਪਿਛਾ ਹੱਥਾਂ ਨਾਲ ਰੇਤ ਕਰਕੇ ਆਪਣੇ ਪਿਆਰੇ ਦੇ ਚਰਨ ਚਸ ਚਸ ਕੇ ਆਪਣੇ ਸੇਵਕ ਦੇ ਅੱਜ ਸਤਿਗੁਰ ਨੇ ਚਰਨ ਚਸ ਚਸ ਕੇ ਉਹਨਾਂ ਦਾ ਜਿਹੜਾ ਸਮਝੋ ਬਿਰਤੀ ਲੱਗੀ ਸੀ ਉਹਨੂੰ ਥੱਲੇ ਲਾਏ ਆਖੋ ਤਨ ਸਤਿਗੁਰ ਹਰੀ ਸਿੰਘ ਹਾਂਜੀ ਕਿੰਨਾ ਪਿਆਰ ਕਰਦੇ ਸਭ ਸਿੱਖਾਂ ਦਾ ਆਤਮਾ ਸ਼ੁੱਧ ਕਰਦਾ ਉਹ ਗੁਰੂ ਪਿਆਰ ਕਿਉਂ ਨਾ ਕਰੇਗਾ ਜੇ ਸਾਡਾ ਆਤਮਾ ਮਲੀਨ ਹੋਏਗਾ ਤੇ ਸਮਝ ਲਓ ਵੀ ਗੁਰੂ ਸਾਡੇ ਨਾਲ ਪਿਆਰ ਨਹੀਂ ਕਰੇਗਾ ਧੱਕੇ ਨਾਲ ਨਹੀਂ ਪਿਆਰ ਹੁੰਦੇ ਧੱਕੇ ਨਾਲ ਨਾ ਗੁਰੂ ਨਾਲ ਪਿਆਰ ਹੋਏ ਤੇ ਮੈਂ ਗੁਰੂ ਤੁਹਾਡੇ ਨਾਲ ਪਿਆਰ ਕਰੇ ਜਿਹੜਾ ਤੁਹਾਡਾ ਆਤਮਾ ਸ਼ੁੱਧ ਹੋ ਜਾਏਗਾ ਜਦੋਂ ਮਨ ਸ਼ੁੱਧ ਹੋ ਜਾਏਗਾ ਨਿਰਮਲ ਹੋ ਜਾਏਗਾ ਗੁਰੂ ਆਪਣੇ ਆਪ ਤੁਹਾਡੇ ਨਾਲ ਪਿਆਰ ਪਿਆਰ ਹੈ ਇੱਕ ਦਿਨ ਪ੍ਰੇਮ ਦੇ ਮਹਿਕ ਮੈਂ ਗਿਆ ਉੱਥੇ ਪ੍ਰੇਮ ਨੇ ਮੇਰੀ ਵਡਿਆਈ ਲੁੱਟ ਲਈ ਇੱਕ ਦਿਨ ਪ੍ਰੇਮ ਦੇ ਮਹਿਕ ਮੈਂ ਗਿਆ ਉੱਥੇ ਪ੍ਰੇਮ ਨੇ ਮੇਰੀ ਵਡਿਆਈ ਲੁੱਟ ਲਈ ਉੱਥੇ ਗਿਆ ਸਾ ਅਕਲ ਕੁਝ ਸਿੱਖਣੇ ਨੂੰ ਸਗੋਂ ਪ੍ਰੇਮ ਨੇ ਮੇਰੀ ਦਾਨਾਈ ਲੁੱਟ ਲਈ ਪ੍ਰੇਮ ਲੁੱਟਿਆ ਪੀਰ ਪੈਗੰਬਰਾਂ ਨੂੰ ਬਾਦਸ਼ਾਹਾਂ ਦੀ ਵੀ ਬਾਦਸ਼ਾਹੀ ਲੁੱਟ ਲਈ ਉਹ ਤੇਰਾ ਲੁੱਟਿਆ ਕੀ ਅਜੇ ਸਾਈ ਲੋਕਾਂ ਇਸ ਪ੍ਰੇਮ ਖੁਦਾ ਦੀ ਖੁਦਾਈ ਲੁੱਟ ਲਈ ਧਿਆਨ ਵਿੱਚ ਹੈ ਭਗਵਾਨ ਸੱਚ ਕਹੋ ਸੁਣ ਲਿਓ ਸਾਡਾ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭਾ ਮੇਰਾ ਮਤਲਬ ਸਾਹਿਬ ਸਿਰਫ ਕਹਿਣ ਤੋਂ ਸੰਤਾਂ ਦਾ ਹਿਰਦਾ ਬੜਾ ਸਵੱਛ ਸੀ ਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਸਿੱਖ ਕਹਿੰਦੇ ਨੇ ਗਰੀਬ ਨਾ ਜੀ ਤੁਸੀਂ ਪਿਛਾ ਹਟ ਜਾਓ ਅਸੀਂ ਆਪ ਹੀ ਇਹਦੇ ਚਰਨ ਚਸਰੀਆਂ ਕਹਿੰਦੇ ਨੇ ਨਹੀਂ ਮੈਂ ਆਪਣੇ ਹੱਥਾਂ ਨਾਲ ਇਹਨਾਂ ਦੇ ਚਰਨ ਚਸਾਂ ਸਾਂਝੀ ਬਿਰਤੀ ਹੇਠਾਂ ਉਤਰੀ ਲਹਿਆਂ ਦਾ ਫਿਰ ਇਸ਼ਨਾਨ ਪਾਣੀ ਕਰਾ ਕੇ ਪ੍ਰਸ਼ਾਦ ਪਾਣੀ ਛਕਾਇਆ ਗੁਰੂ ਹਰੀ ਸਿੰਘ ਕਹਿੰਦੇ ਨੇ ਇਹ ਠੀਕ ਹੈ ਇਹ ਤੇ ਆਪਣੀ ਮੌਤ ਵਿੱਚ ਪਿਆਇਆ ਸੀ ਅਜਾਣਾ ਜਦੋਂ ਇਹ ਖੁੰਝ ਜਾਂਦਾ ਨਾ ਉਹਨੂੰ ਸੇਵਾ ਸੰਮਤੀ ਵਾਲੇ ਪੁੱਛ ਗਿੱਛ ਵਾਲੇ ਲੈ ਜਾਂਦੇ ਨੇ ਉਹ ਜੋ ਉਹਨਾਂ ਨੂੰ ਚੰਗੇ ਥਾਂ ਮਾਲ ਲੈਂਦੇ ਨੇ ਭਾਵੇਂ ਉਹ ਸੌਖਾ ਹੀ ਹੋਏ ਪਰ ਮਾਂ ਦਾ ਕਲੇਜਾ ਤੇ ਨਾ ਖਲੋਦਾ ਉਹ ਕਹਿੰਦੀ ਹੈ ਖਰੇ ਮੇਰਾ ਪੁੱਤਰ ਔਖਾ ਕੇ ਸੌਖਾ ਮੈਨੂੰ ਨਹੀਂ ਸੀ ਨਾ ਅਰਮਾਨ ਹੁੰਦਾ ਵੀ ਕਿੱਥੇ ਹੈ ਮੇਰਾ ਸੇਵਕ ਚਲੇ ਗਿਆ ਸਨ ਤੇ 40 ਦਰਵਾਜ਼ੇ ਇਹਨਾਂ ਦਾ ਸਮਝੋ ਡੇਰਾ ਉੱਥੇ ਜਾ ਕੇ ਬਣਾਇਆ ਇਹਨਾਂ ਡੇਰਾ ਕਰੇ ਲੈ ਕੇ ਕੁਝ ਨਾ ਦੇ ਵਾਲੇ ਦੇ ਵਿੱਚ ਇੱਕ ਸਿੱਖ ਹੁੰਦਾ ਸੀ ਇਹ ਹਿੰਦੂ ਹੁੰਦਾ ਸੀ ਇੱਕ ਬਾਬਾ ਈਸ਼ਰ ਸਿੰਘ ਕਰਕੇ ਉਹਨਾਂ ਦੇ ਦੇਸਾ
ਜਿਹੜੇ ਗੁਜਰਾਂ ਵਾਲੇ ਰਹਿਣ ਵਾਲੇ ਉਹ ਫਿਰ ਜਾ ਕੇ ਸੁਣੋ ਨਾ। ਉਹ ਸੇਖਾਂ ਦਾ ਬੜਾ ਆਗੂ ਹੁੰਦਾ ਸੀ, ਸਾਰੇ ਕੰਮ ਕਰ ਦਿੰਦਾ ਸੀ, ਇੱਧਰ ਵੀ ਉੱਧਰ ਉਸ ਨੇ ਆਉਣਾ ਜਾਣਾ। ਉਹ ਦਿੱਲੀ ਆ ਕੇ ਉਹਨਾਂ ਨੇ ਚੜ੍ਹਾਈ ਕੀਤੀ ਹੈ ਬਾਬੇ ਈਸ਼ਰ ਸਿੰਘ। ਉਹ ਹਿੰਦੂ ਸੀ ਅਤੇ ਉਹਦੇ ਪੁੱਤਰ 'ਤੇ ਮੁਕੱਦਮਾ ਬਣ ਗਿਆ ਅਤੇ ਉਹਦੇ ਮੁਕੱਦਮਿਆਂ ਦੇ ਵਿੱਚ ਉਹ ਕਾਬੂ ਆ ਗਿਆ ਅਤੇ ਉਹਨੂੰ ਫਾਂਸੀ ਦੀ ਸਜ਼ਾ ਹੋ ਗਈ। ਇੱਕੋ ਉਹ ਸਿੱਧੂ ਦਾ ਪੁੱਤਰ ਸੀ, ਉਹਦੀਆਂ ਤਾਂ ਸਾਂਝੀ ਲੱਲਾਂ ਨਿਕਲ ਗਈਆਂ ਦਾ ਹੋਏ, ਮੇਰਾ ਤਾਂ ਕੱਖ ਨਹੀਂ ਰਹਿਣਾ ਪਿੱਛੇ, ਹੁਣ ਕੀ ਕੀਤਾ ਜਾਏ। ਉਹ ਕਿਤੇ ਈਸ਼ਰ ਸਰਣ ਮਿਲ ਪਿਆ। ਇਹਨਾਂ ਨੂੰ ਵੀ ਜਦੋਂ ਦੁਖੀ ਹੁੰਦਾ ਆਦਮੀ ਸਾਂਝੀ ਥਾਂ ਥਾਂ ਅਰਦਾ ਕਰਦਾ ਹੋਏ, ਮੈਨੂੰ ਕਿਸੇ ਸੁਣਦਾ ਈਸ਼ਰ ਸਰ ਆਖਿਆ ਆ ਤੈਨੂੰ ਮੈਂ ਚੰਗੇ ਸਫਾਖਾਨੇ ਵਿੱਚ ਲੈ ਜਾ ਜਿੱਥੋਂ ਤੈਨੂੰ ਦਾਰੂ ਚੰਗਾ ਮਿਲ ਜਾਏ। ਉਹ ਫਿਰ ਨਾਲ ਲੈ ਕੇ ਅਤੇ ਸੰਤਾਂ ਕੇਸਰ ਸਰਾ ਕੋਲ ਆ ਗਿਆ। ਇਹ ਸੰਤ ਕੇਸਰ ਸਿੰਘ ਸਨ ਕੰਨ ਪਟਕਾ, ਠੀਕ ਹੈ ਜੀ ਠੀਕ ਹੈ, ਮੈਂ ਕੀ ਆਖਿਆ ਸੀ ਨਹੀਂ ਕੰਨ ਪਟਕਾ ਹੋਰ ਇਹਦੇ ਵਿੱਚ ਪਾ ਹੋਰ ਨਾਲ ਪਤਾ ਨਹੀਂ, ਮੈਂ ਸਤਿਗੁਰਾਂ ਨੂੰ ਪਤਾ ਸੀ ਉਹਨਾਂ ਹੀ ਦੱਸਿਆ ਵੀ ਕੰਨ ਪਟਕਾ ਉਹਨਾਂ ਦਿੰਦੇ ਆ ਇੱਧਰ ਤੇ। ਇਹ ਜਿਸ ਵਕਤ ਤੈਨੂੰ ਲੈ ਜਾ ਜਿੱਥੇ ਤੇਰੇ ਸਾਰੇ ਦੁੱਖ ਹੋਰ ਦੂਰ ਹੋ ਜਾਣਗੇ। ਉਹ ਫਿਰ ਸ਼ਾਹੂਕਾਰ ਨੂੰ ਸੱਟਾ ਕੇਸਰ ਸਰਾ ਦੇ ਕੋਲ ਲਿਆਇਆ ਅਤੇ ਅੱਗੇ ਆ ਕੇ ਪੁੱਛਿਆ ਸੰਤ ਕਿੱਥੇ ਨੇ? ਸੰਤ ਘਰ ਨਹੀਂ ਸਨ, ਸੰਤ ਇਹ ਕਿੱਥੇ ਗਏ ਨੇ? ਗਰਮੀ ਬੜੀ ਆਉਂਦਾ, ਸੰਤ ਬਾਹਰ ਟੋਏ ਮੁੱਦੇ ਪੁੱਟੇ ਹੋਏ ਨੇ ਨਾ, ਉੱਥੇ ਬਹਿ ਕੇ ਦੁਪਹਿਰੀ ਜਾ ਕੇ ਭਜਨ ਕਰਦੇ। ਸਾਫ ਸੰਗੀ ਸੰਤਾਂ ਨੂੰ ਜਾ ਕੇ ਵੇਖਿਆ ਅਤੇ ਗਰਮੀ ਦੀ ਰੁੱਤ ਅਤੇ ਦੁਆਲੇ ਹਵਾ ਨਹੀਂ ਲੱਗਦੀ ਅਤੇ ਪੂਰੇ ਦੀ ਬੁੱਕਲ ਮਾਰ ਕੇ ਅਤੇ ਤਪੱਸਿਆ ਕਰਦਾ, ਬੀਤੀ ਲੱਗੀ ਹੋਈ ਹੈ। ਬਾਬਾ ਈਸ਼ਰ ਸਿੰਘ ਜੀ ਚਲੇ ਗਏ, ਸੇਠ ਵੀ ਨਾਲ ਬੈਠਾ ਆ, ਕਿਉਂ ਹੱਥ ਜੋੜ ਕੇ ਬੈਠਾ? ਹੁਣ ਜ਼ਰੂਰਤ ਵੀ ਨਾ ਪਿਆ ਵੀ ਮੈਂ ਸੰਤਾਂ ਦੇ ਚਰਨਾਂ ਨੂੰ ਹੱਥ ਲਾ ਕੇ ਅਤੇ ਇਹਨਾਂ ਦੀ ਬੀਤੀ ਨੂੰ ਪ੍ਰਾਪਤ ਕਰ ਲਾ। ਸੰਤ ਜੀ ਇਹ ਸ਼ਖਸੀਅਤ ਹੁੰਦੀ ਹੈ ਅਗਲੇ ਦੀ, ਅੱਜ ਕੱਲ੍ਹ ਸਾਨੂੰ ਟਿਚਰਾ ਕਰਦੇ ਨੇ ਲੋਕ, ਪਰ ਅਸੀਂ ਸੰਤ ਨਹੀਂ ਨਾ ਬਣੇ। ਜਦੋਂ ਸੰਤ ਬਣ ਜਾਏਗਾ ਸਾਡੇ ਸਾਹਮਣੇ ਤੇ ਬੋਲ ਨਾ ਸਕੇਗਾ, ਸਿਰਫ ਇਹ ਜੇ ਸਾਡਾ ਅਸੀਂ ਆਪ ਆਈ ਉਸੇ ਤਰ੍ਹਾਂ ਦੇ ਨਹੀਂ, ਸ਼ਖਸੀਅਤ ਹੁੰਦੀ ਹੈ ਉਹਦੇ ਅੱਗੇ ਇਨਸਾਨ ਬੋਲ ਨਹੀਂ ਸਕਦਾ। ਅਸੀਂ 100 ਵਾਰੀ ਘਰੋਂ ਆਉਂਦੇ ਹਾਂ, ਸਤਿਗੁਰਾਂ ਨਾਲ ਆਹ ਗੱਲ ਕਰਾਂਗੇ, ਇਉਂ ਕਿਉਂ ਇਹ ਕਰਦੇ ਨੇ, ਇਉਂ ਉਹਨਾਂ ਨੂੰ ਪੁੱਛਾਂ ਜਿਹੜਾ, ਪਰ ਜਦੋਂ ਆਉਂਦੇ ਨੇ ਇੱਥੇ ਸੰਤ ਜੀ ਸਾਰੇ ਸ਼ਾਂਤ ਹੋ ਜਾਂਦੇ। ਸੋਚਦੇ ਥੇ ਯੂੰ ਕਹੇਂਗੇ ਪਿਆਰ ਸੇ, ਜਬ ਖੁਦਾ ਨੇ ਦਿਲ ਦੀਆ ਤੋ ਲੱਗ ਰਹੇ ਦੀਵਾਰ ਫਿਰ ਗਾਡੀ ਪਾਣੀ ਫੁਰਦੀ ਫੁਰਦੀ ਫਿਰ ਕੁਝ ਨਹੀਂ ਹੁੰਦਾ। ਜਾ ਕੇ ਆ ਦਰਬਾਰ ਤੇ ਜਾ ਕੇ ਜਗਾਨਾ ਹੋ ਗਿਆ, ਜਿਹੜਾ ਵੀ ਜਾਂਦਾ ਬੜੇ ਰੋਗ ਨਾਲੇ ਨੂੰ ਫੇਰ ਅਰਜ਼ ਕਰਨ ਲੱਗ ਕੇ ਤਰ੍ਹਾਂ ਛੇਵੇਂ ਪਾਤਸ਼ਾਹ ਦੇ ਵੇਲੇ ਤੇ ਹੋਰ ਗੁਰਾਂ ਦੇ ਵੇਲੇ ਵੀ ਇਸ ਤਰ੍ਹਾਂ ਸਿੱਖ ਹੁੰਦੇ ਰਹੇ। ਖੈਰ ਮੇਰਾ ਮਤਲਬ ਸਿਰ ਕਹਿੰਦੋ, ਜਿਉਂ ਹੱਥ ਜੋੜ ਕੇ ਬੈਠੇ ਹੁਣ ਸੰਤ ਆਪਣੀ ਮਸਤੀ 'ਚ ਬੈਠੇ ਸਨ, ਉਹਨਾਂ ਨੂੰ ਗਰਮੀ ਨਹੀਂ ਸੀ, ਉਹਨਾਂ ਨੂੰ ਸਰਦੀ ਨਹੀਂ ਸੀ, ਉਹਨਾਂ ਦਾ ਆਤਮਾ ਕਿਸੇ ਹੋਰ ਪਾਸੇ ਉਸ ਵਕਤ ਕਿਸੇ ਹੋਰ ਮੰਡਲ 'ਚ ਗਿਆ ਸੀ, ਇਹਨਾਂ ਨੂੰ ਗਰਮੀ ਲੱਗ ਪਈ। ਦੋਵੇਂ ਜਿਹੜੇ ਦੇਖੇ ਸਨ ਕਹਿੰਦੇ ਨੇ ਸੰਤਾਂ ਪਤਾ ਨਹੀਂ ਕਦੋਂ ਉੱਠਣਾ, ਪਰ ਸਾਡੀ ਤਾਂ ਜਾਨ ਨਿਕਲ ਜਾਏਗੀ ਗਰਮੀ 'ਚ, ਪਰ ਇਹਨੀਆਂ ਜੇ ਗੱਲਾਂ ਕਰਦੇ ਹੀ ਨੇ ਸੰਤਾਂ ਦੀ ਬਿਰਤੀ ਜਿਹੜੀ ਸੀ ਉਹ ਖਰਾਬ। ਨੇਤਰ ਖੁੱਲ੍ਹੇ, ਤੱਕਿਆ ਦੋ ਸਰੀਰ ਬੈਠੇ ਹੋਏ, ਕਹਿੰਦੇ ਨੇ ਈਸ਼ਰ ਸਿਆ ਕੀ ਗੱਲ ਹੈ? ਕਹਿੰਦੇ ਨੇ ਜੀ ਆ ਦੁਖੀ ਤੁਹਾਡੇ ਦਰਵਾਜ਼ੇ ਆ, ਉਸ ਸ਼ਾਹੂਕਾਰ ਦੀ ਬੁੱਬ ਨਿਕਲ ਗਈ ਤਾਂ ਸੰਤਾਂ ਦੇ ਚਰਨਾਂ ਉੱਤੇ ਡਿੱਗ ਪਈ। ਕਹਿੰਦਾ ਗਰੀਬ ਨਾ ਤੁਹਾਡੇ ਰੱਖਦਾ ਨਹੀਂ ਮੇਰਾ ਕੱਖ ਨਹੀਂ ਚਲਿਆ, ਵਾਸਤਾ ਦੇ ਮੈਨੂੰ ਹੁਣ ਰੱਖ ਲਓ। ਕਹਿੰਦੇ ਨੇ ਗੱਲ ਕਰ, ਕਹਿੰਦਾ ਜੀ ਕੋਈ ਮੇਰਾ ਪੁੱਤਰ ਹੈ ਅਤੇ ਫਾਂਸੀ ਦੀ ਸਜ਼ਾ ਹੋ ਗਈ ਹੈ, ਹੁਣ ਤੁਸੀਂ ਬਖਸ਼ਿਸ਼ ਕਰੋਗੇ ਤਾਂ ਤਾਂ ਠੀਕ ਹੋ ਸਕਦਾ। ਸੰਤ ਕਹਿੰਦੇ ਨੇ ਚੰਗਾ ਈਸ਼ਰ ਸਿਆ, ਹੁਣ ਤੁਸੀਂ ਜਾਓ ਇਹਨਾਂ ਨੂੰ ਲੈ ਜਾਓ ਅਤੇ ਡੇਰੇ ਚਲੇ ਜਾਓ ਅਤੇ ਫਲਾਣੀ ਗੁੱਠ ਵਿੱਚ ਕੜਾ ਪਛਾ ਘਿਓ ਦਾ ਪੀਪਾ ਪਿਆ ਆ, ਜੇ ਹੋਰ ਵੀ ਹੋਏ ਨਾ ਉੱਥੇ ਪੁੱਛ ਲਓ ਲੰਘ ਜਾਣ, ਜਿੰਨਾ ਹੀ ਘਿਓ ਹੋਏ ਨਾ ਉਹਦੇ 'ਚ ਕੌਡੀ ਨਹੀਂ ਰੱਖਣਾ, ਸਾਰਾ ਘਿਓ ਜਾਂ ਕੜਾ ਪਛਾਦ ਵਰਤਾ ਦਿਓ ਅਤੇ ਅਰਦਾਸਾ ਕਰ ਦਿਓ ਤਾਂ ਸਤਿਗੁਰੂ ਆਪ ਸੇ ਕਿਰਪਾ ਕਰੇਗਾ। ਰਾਤ ਉਹਦਾ ਕੜਾ ਪਛਾਦ ਕਰਾ ਦਿੱਤਾ, ਸਾਧ ਸੰਗਤ ਅਰਦਾਸ ਕੀਤੀ, ਸਾਧ ਸੰਗਤ ਜੀ ਬਿਰਥਾ ਕਦੇ ਨਾ ਹੋਵੇ ਜਨ ਕੀ ਅਰਦਾਸ।
ਸੱਚੇ ਹਿਰਦੇ ਨਾਲ ਅਰਦਾਸ ਕੀਤੀ। ਪਿੱਛੋਂ ਸੰਤਾਂ ਨੇ ਆਖਿਆ ਸੀ ਜਦੋਂ ਅਰਦਾਸ ਕੀਤੀ ਭੋਗ ਪਾਇਆ ਕਲਾਬ ਸ਼ਬਦ ਵਰਤਾ ਦਿੱਤਾ, ਉਹ ਸ਼ਾਹੂਕਾਰ ਦਾ ਜਿਹੜਾ ਬੱਚਾ ਸੀ ਉਹ ਫਿਰ ਬਿਲਕੁਲ ਬਰੀ ਹੋ ਗਿਆ ਸੀ। ਉਸ ਨੇ ਫਿਰ ਉਸ ਡੇਰੇ ਦੇ ਨਾਲ ਕੋਈ ਜ਼ਮੀਨ ਲਵਾਈ ਸੀ, ਉਸ ਸ਼ਾਹੂਕਾਰ ਨੇ ਜਿਹੜਾ ਬੱਚਾ ਸਮਝੋ ਬਰੀ। ਇਹ ਸੰਤ ਕੇਸਰ ਸਿੰਘ ਜੀ ਇੱਥੇ ਬੈਠੇ ਨੇ ਇਸੇ ਤਰ੍ਹਾਂ, ਅਤੇ ਵਾਹ ਵਾਹ ਵਿਦਵਾਨ ਅਤੇ ਹੋਰ ਸਾਧੂ ਬੈਠੇ ਨੇ। ਕਹਿੰਦੇ ਨੇ ਜੀ ਆਪਣਾ ਆਪਣਾ ਗੁਣ ਦੱਸੋ। ਜਿਹੜਾ ਕਵੀ ਸੀ ਉਸਨੇ ਕਵਿਤਾ ਸੁਣਾ ਦਿੱਤੀ, ਜੇ ਕੋਈ ਕਵੀ ਜੀ ਕਿਰਪਾ ਕਰਦੇ ਉਹਦੇ ਨੇ, ਔਰ ਐਸੀਆਂ ਐਸੀਆਂ ਸੁੰਦਰ ਕਵਿਤਾਵਾਂ ਸੁਣਾਉਂਦੇ ਨੇ ਜਿਹਨਾਂ ਨੂੰ ਮੇਰੇ ਵਰਗਾ ਅਜਾਣ ਸਮਝ ਨਹੀਂ ਸਕਦਾ। ਜਿਹੜਾ ਪ੍ਰਚਾਰਕ ਸੀ ਉਸਨੇ ਦੋ ਗੱਲਾਂ ਕਰ ਦਿੱਤੀਆਂ, ਅਤੇ ਜਿਹੜਾ ਕਥਾਵਾਚਕ ਸਨ ਉਹ ਕਿੱਦਾਂ ਇੱਥੇ ਹੋਣੇ ਨੇ ਜਥੇਦਾਰ, ਉਹਨਾਂ ਨੂੰ ਪਤਾ ਹੀ ਹੈ ਕਥਾਵਾਚਕ ਸਾਨੂੰ ਕੀ ਸਮਝੋ ਖਿਤਾਬ ਮਿਲਦੇ ਨੇ ਕੱਲ ਪਰਸੋਂ ਦੇ। ਕਥਾਵਾਚਕ ਨੇ ਕਥਾ ਕਰ ਦਿੱਤੀ, ਕਥਾਵਾਚਕ ਨੇ ਕਥਾ ਕਰ ਦਿੱਤੀ, ਰਾਗੀ ਨੇ ਸੁਰ ਲਾ ਦਿੱਤੀ। ਇਹਨਾਂ ਵਿੱਚ ਸੰਤਾਂ ਤਾਂ ਸ੍ਰੀ ਬੈਠੇ ਸਨ, ਸੰਤਾਂ ਤਾਂ ਵਾਹ ਸੰਤਾ ਧਰ ਸਿੰਘ ਵੀ ਇੱਕ ਸੰਜੀ ਮੇਰਾ ਅਧਰ, ਉਹਨਾਂ ਦਾ ਨਾਂ ਸੀ ਅਧਰ ਸਿੰਘ। ਵਾਹ ਜਿੱਧਰ ਜਾਂਦੇ ਸਨ ਅਧਰ ਫਲਾਉਂਦੇ ਜਾਂਦੇ, ਜ਼ਰੂਰ ਫਲਾਉਂਦੇ ਜਾਂਦੇ ਸਨ। ਹਜ਼ਾਰਾਂ ਤੇ ਲੱਖਾਂ ਸਿੱਖਾਂ ਨੂੰ ਉਹਨਾਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਲਿਆ, ਮਸਤ ਲੋਕ ਸਨ। ਫਿਰ ਕਦੀ ਸਮਾਂ ਮਿਲੇਗਾ ਤਾਂ ਮੈਂ ਅਰਜ਼ ਕਰਾਂਗਾ, ਸੰਤ ਜੀ ਜਿੱਥੇ ਚਲੇ ਜਾਂਦੇ ਸਨ ਇਹ ਗੱਲ ਸੀ ਜਿਸ ਵਾਸਤੇ ਉਹਨਾਂ ਦੀ ਬਹੁਤੀ ਇੱਜ਼ਤ ਹੋ ਗਈ ਸੀ। ਬੜੇ ਬੜੇ ਵਿਦਵਾਨਾਂ ਨੂੰ ਉੱਥੇ ਕੋਈ ਪੁੱਛਦਾ ਨਹੀਂ ਜਿੱਥੇ ਜਾ ਕੇ ਜਨਮਾਂ ਵਜਾ ਛੱਡਦੇ ਸਨ, ਵਿਦਵਾਨਾਂ ਦੀ ਕੋਈ ਉੱਥੇ ਸੁਣੀ ਨਹੀਂ ਸੀ ਜਾਂਦੀ। ਇੱਕ ਵਾਰੀ ਐਸੀ ਗੱਲ ਹੋਈ, ਕੰਘੀ ਗਿਆ, ਕੰਘ ਬਲੱਗਣ ਦੇ ਨਾ ਅਤੇ ਕੰਘੀ ਗਿਆ ਸਨ, ਬਲੱਗਣ ਵੱਖਰਾ ਪਿੰਡ ਸੀ ਅਤੇ ਕੰਘ ਵੱਖਰਾ ਸੀ। ਬਲੱਗਣਾ ਦੀ ਭਾਗੜ ਹੁੰਦੀ ਸੀ ਅਤੇ ਕੰਘਾਂ ਦੇ ਸੇ ਹੁੰਦੇ ਸਨ ਸੋਹ ਸਿਰੀ ਦੇ ਦੂਜੇ ਵਿਚਾਰੇ। ਇਹ ਬੜੀਆਂ ਲੰਬੀਆਂ ਸਾਖੀਆਂ ਨੇ ਕਿ ਉਹਦੇ ਅੱਖੀ ਵੇਖਿਆ ਜਾ ਸਿਰਾ ਮੇਰਾ ਕੋਈ ਪੁਰਾਣਾ ਹੈ ਹੀ ਨਹੀਂ। ਉੱਥੇ ਦੀਵਾਨ ਲੱਗਾ, ਸਾਰੇ ਲੋਕ ਆਖਣ ਅਤਰ ਫਿਰਾ ਲਾਓ। ਆਲਮਰ ਵੀ ਗਏ ਸਨ, ਇਹ ਜਿਸ ਵਕਤ ਜਾ ਕੇ ਬੈਠੇ ਨਾ ਅਤਰ ਸਿੰਘ ਆਲਮਰਾਂ ਦੇ ਦੁਆਨ 'ਚ ਚਲੇ ਗਿਆ। ਆਖਰ ਅੱਜ ਕੋਈ ਪ੍ਰੇਮ ਨਾਲ ਗੱਲ ਕਰਾਂਗੇ, ਜਿਸ ਵਕਤ ਉੱਥੇ ਜਾ ਕੇ ਬਹਿ ਗਿਆ ਅਤੇ ਸੰਤਾਂ ਦੇ ਬੈਠੇ। ਸੰਤ ਜੀ ਇੱਕ ਵਾਰੀ ਕਰਾਚੀ ਮੈਂ ਅਤੇ ਸੰਤ ਅਤਰ ਸਿੰਘ ਚਲੇ ਗਏ ਸਾਂ, ਮੈਂ ਪਹਿਲਾਂ ਦੁਆਨ ਲਾਏ ਪੰਜ ਸੱਤ, ਅਤੇ ਸੰਤ ਅਗਲੇ ਦਿਨ ਵਾਰੀ ਆਈ ਅਤੇ ਇਹ ਨਿਹੰਗ ਸਿੰਘ ਸਨ, ਨਿਹੰਗ ਸਿੰਘਾਂ ਦੇ ਹੱਥ ਨੱਚਣ ਨਹੀਂ ਦੇਣਾ ਕਿਸੇ। ਦੁਆਨ ਲੱਗਾ ਸਾਰੇ ਬੈਠੇ, ਇੱਕ ਨਿਹੰਗ ਸਿੰਘ ਲੈ ਕੇ ਨਾ ਸਫਾ ਜੰਗ ਸਭ ਤੋਂ ਅੱਗੇ ਬੈਠਾ, ਜਿਹੜਾ ਅਸਾਂ ਰਾਹ ਰੱਖਿਆ ਸੀ, ਸੰਤਾਂ ਦਾ ਦੀਵਾਨ ਸੀ, ਅਤੇ ਐਵੇਂ ਉਸਨੇ ਸਭਾ ਜੰਗ ਉੱਧਰ ਰੱਖਿਆ ਵੀ ਜਦੋਂ ਇੱਧਰ ਲੰਘਣਗੇ ਨਾ ਮੈਂ ਇਹਨਾਂ ਨੂੰ ਸਭਾ ਜੰਗ ਮਾਰਾਂ। ਸੰਤ ਲੈਕਚਰ ਤਾਂ ਕਰਦੇ ਸਨ, ਜਦੋਂ ਆਈ ਮਸਤੀ ਸੰਤ ਜੀ ਪਤਾ ਨਹੀਂ ਕਿਹੜਾ ਵੇਲੇ ਜਾ ਕੇ ਗੇੜਾ ਦੇ ਕੇ ਅਤੇ ਵਾਪਸ ਆ ਗਏ ਨੇ। ਨਿਹੰਗ ਸਿੰਘ ਵੇਹਦਾ ਹੀ ਜਾ ਗਿਆ, ਕਹਿੰਦਾ ਉਹ ਸਾਰਾ ਮੈਨੂੰ ਤਾਂ ਪਤਾ ਨਹੀਂ ਲੱਗਾ ਤੂੰ ਮੇਰੇ ਕੋਲੋਂ ਕਦੋਂ ਤੁਰ ਗਈ। ਕੁਝ ਨਾ ਸਾਰਾ ਉਲਟ ਪਿਆ ਸੀ ਸੰਤਾ ਅਤਰ ਸਿੰਘ ਦਾ ਪਿੱਛੇ। ਖੈਰ ਮੈਨ ਸੁਰਿਆ ਜਿਹੜਾ ਕਰਤਾਰ ਸਿੰਘ ਨਾਲ ਰੱਖ ਕੇ ਡੇਰੇ ਬਾਬੇ ਨਾਨਕ ਸੀ ਜੀ ਉੱਥੋਂ ਹੁਣ ਤੁਰ ਗਿਆ, ਇਹਨਾਂ ਪੰਜਾਂ ਸੱਤਾਂ ਰਲ ਕੇ ਉੱਥੇ ਡਾਕਾ ਮਾਰਿਆ ਸੀ, ਮਾਈ ਨੂੰ ਲੁੱਟ ਲਿਆ ਸੀ, ਗੱਲ ਹੋ ਗਈ ਸੀ ਹੋਰ। ਪਰ ਸੰਤਾ ਅਤਰ ਸਿੰਘ ਨੇ ਸਾਰਾ ਪਿੰਡ ਇੱਕ ਵਾਰੀ ਸਾਰਾ ਖਿਆਲ ਕੁੱਟ ਸਮਝੋ ਦੂਜੇ ਪਾਸੇ ਨੂੰ ਲਾ ਦਿੱਤਾ ਸੀ। ਸੰਤਾ ਅਤਰ ਸਿੰਘ ਸਿਆਲਕੋਟ ਜੀ, ਸਿਆਲਕੋਟ ਦੀ ਗੱਲ ਹੈ, ਸਾਰਾ ਸਿਆਲਕੋਟ ਜਿਹੜੇ ਲੋਕੀ ਦੂਜੇ ਆਉਂਦੇ ਸਨ ਉਹ ਇਹਨੂੰ ਇੱਥੋਂ ਕੱਢੋ, ਇਹ ਤਾਂ ਬੜਾ ਕੁਝ ਕਰਦਾ ਜੇ ਪਿਆ, ਅਤੇ ਸੰਤ ਕਰ ਦਿੰਦੇ ਹਨ ਮੱਟੀ ਸੁਣਾਉਂਦੇ ਹੁੰਦੇ ਸਨ, ਗੜਵੇ 'ਚ ਪਾਣੀ ਪਾ ਕੇ ਨਾ ਵੀ ਉਹਨੇ ਵੀ ਗੜਵਾ ਕਰ ਲੈਣਾ ਅਤੇ ਮੇਰੇ ਸਿਰ ਪਰ ਮਟਕੀ ਵੇ ਨਵੇ ਚਾਹ ਦੂਧ ਦਈ। ਹੁਣ ਤਾਂ ਗੱਲਾਂ ਹੀ ਨਹੀਂ ਰਹੀਆਂ, ਹੁਣ ਤਾਂ ਭਾਊ ਉਹ ਨਹੀਂ ਸਮਝੋ ਚੋਟਾ ਚੁੱਕਿਆ ਗਿਆ ਜਥੇਦਾਰ, ਬਸ ਕਿਸੇ ਮੈਨੂੰ ਪਤਾ ਕਿਸੇ ਜਥੇਦਾਰ ਕੋਲ ਨਾ ਝੋਲ ਕਿਤੇ ਨਾ ਛਾਣੇ, ਉਹਨੂੰ ਗੱਲ ਹੀ ਨਹੀਂ ਰਹੀ ਉਸੇ ਤਰ੍ਹਾਂ ਦੀ। ਉਹਨਾਂ ਆਖਿਆ ਦੀਵਾਨ ਆਪ ਲਵਾਇਆ, ਕਹਿੰਦੇ ਨੇ ਇਹਦੀ ਹੇਠੀ ਕਰੋ, ਗੜਵਾ ਭਰ ਕੇ ਪਾਣੀ ਦਾ ਧਰ ਦਿਆਂਗੇ, ਆਖਾਂਗੇ ਲਾਓ ਸੰਤ ਜੀ ਅੱਜ ਰਾਤ ਨੂੰ ਨਿਰਤਕਾਰੀ ਕਰਕੇ ਮਟਕੀ ਸੁਣਾਓ, ਸਿਰ ਦੇ ਉੱਤੇ ਧਰ ਲੈਣਗੇ ਗੜਵਾ, ਜਦੋਂ ਇੱਧਰ ਹੋਏਗਾ ਪਾਣੀ ਡੁੱਲ ਜਾਏਗਾ ਤਾਂ ਅਸੀਂ ਆਖਾਂਗੇ ਉਹ ਝੂਠਾ ਸਨ। ਆਹ ਹਾਂ ਹਾਂ ਇਸ ਤਰ੍ਹਾਂ ਹੀ ਹੋਈ।
ਦੀਵਾਨ ਲੱਗ ਗਿਆ ਗਰਵਾ ਭਰ ਕੇ ਉਹਨਾਂ ਧਰ ਦਿੱਤਾ ਕੋਲ। ਜਦੋਂ ਸੰਤ ਮਸਤੀ ਵਿੱਚ ਆਏ ਕਹਿੰਦੇ ਨੇ ਲੋ ਸੰਤ ਜੀ ਮਟਕੀ ਸੁਣਾ ਦਿਓ ਅੱਜ। ਸੰਤਾਂ ਆਖਿਆ ਸੱਤ ਸੰਤ ਜਦੋਂ ਮਟਕੀ ਸੁਣਾਉਣ ਲੱਗ ਗਏ ਉਹਨਾਂ ਨੇ ਗਰਵਾ ਦੇ ਦਿੱਤਾ ਸੰਧੀ ਜੀ ਦੇ ਵਿੱਚ ਪਾਣੀ ਪਿਆ। ਵਾਹ ਮੇਰਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਪ੍ਰਤਾਪ। ਸੰਤ ਜੀ ਸਾਹਿਬ ਜਿਸਦਾ ਨੰਗਾ ਭੁੱਖਾ ਹੋਵੇ ਤੇ ਤਿਸਦਾ ਨਫ਼ਰ ਕਿੱਥੋਂ ਰੱਜ ਖਾਏ। ਕੱਚਾ ਗੁਰੂ ਕਦੇ ਕਿਸੇ ਦੀ ਸਹਾਇਤਾ ਨਹੀਂ ਕਰ ਸਕਦਾ। ਸੰਤਾਂ ਨੇ ਉਸੇ ਵਕਤ ਧਰ ਕੇ ਨਾ ਸਿਰ ਤੇ ਗੜਵਾ ਤੇ ਉੱਤੋਂ ਦੀ ਲੈ ਲਈ ਚਾਦਰ ਇਸ ਤਰ੍ਹਾਂ ਜਦੋਂ ਕੱਢ ਲਏ ਹਨ ਘੁੰਡ ਤੇ ਫਿਰ ਜਦੋਂ ਨਿਤਕਾਰੀ ਕਰਨ ਲੱਗੇ ਮੇਰੇ ਸਿਰ ਪਰ ਮਟਕੀ ਵੇ ਮੈਂ ਵੇਚਾਂ ਦੁੱਧ ਦਹੀਂ। ਸਾਧ ਸੰਗਤ ਜੀ ਆਖੋ ਧੰਨ ਸਤਿਗੁਰੂ ਪ੍ਰਤਾਪ ਸਿੰਘ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਹ ਸਿਰ ਦੇ ਉੱਤੇ ਜਿਹੜਾ ਗੜਵਾ ਸੀ ਉਹ ਐਂ ਟਿਕਿਆ ਜੀ ਕੋਈ ਕਿਲ ਠੋਕ ਕੇ ਖਲੋਤਾ ਹੈ। ਕਿਲ ਠੋਕਿਆ ਨੇ ਉਸ ਗੜਵੇ ਦੇ ਵਿੱਚ। ਇੱਧਰ ਨਹੀਂ ਹੋਇਆ ਇੱਧਰ ਨਹੀਂ ਹੋਇਆ ਪਾਣੀ ਵਿੱਚ ਚੈਪਣੀ ਡਿੱਗੀ। ਸੰਤ ਜੀ ਜਿਹੜੇ ਆਉਂਦੇ ਸਨ ਇਹਨੂੰ ਤੌੜੀ ਮਾਰ ਕੇ ਸ਼ਹਿਰ ਚੋਂ ਕੱਢਣਾ। ਉਹਨਾਂ ਨੇ ਭਜਨ ਪੁੱਛ ਲਿਆ ਤੇ ਅੰਮ੍ਰਿਤ ਛਕਿਆ। ਇਹ ਕਿਰਪਾ ਕੀ ਦੀ ਸੀ ਸਾਰੀ ਮੈਂ ਅਰਸ ਕਰਨ ਡਿਆ ਸਾਂ। ਸੰਤ ਕੇਸਰ ਸ੍ਰੀ ਬੈਠੇ ਸਨ ਸਾਰਿਆਂ ਨੇ ਆਪਣੀਆਂ ਆਪਣੀਆਂ ਗੱਲਾਂ ਸੁਣਾਈਆਂ। ਮੈਂ ਆਸੇ ਤਰ੍ਹਾਂ ਦੇ ਉੱਥੇ ਸੰਤ ਅਤਰ ਸ੍ਰੀ ਵਿੱਚ ਬੈਠੇ ਸਨ। ਕਹਿੰਦੇ ਨੇ ਕਾਕਾ ਤੂੰ ਵੀ ਕੁਝ ਸੁਣਾ। ਕਹਿੰਦਾ ਜੀ ਮੇਰੇ ਕੋਲ ਕੋਈ ਨਹੀਂ। ਕਹਿੰਦੇ ਨੇ ਜਿਹੜੇ ਗੁਣ ਹੈ ਉਹ ਹੀ ਸੁਣਾ ਦੇ। ਇਹਨਾਂ ਨੇ ਜਰਮਾਂ ਫੜ ਲਈਆਂ ਤੇ ਗੇੜਾ ਜਿਹਾ ਦੇ ਕੇ ਆਉਂਦੇ ਨੇ ਸੰਤ ਜੀ ਮੇਰੇ ਕੋਲ ਇਹ ਹੀ ਗੁਣ ਹੈ ਤੁਹਾਡਾ ਬਖਸ਼ਿਆ ਹੋਰ ਮੇਰੇ ਕੋਲ ਕੋਈ ਨਹੀਂ। ਸੰਤ ਕਹਿੰਦੇ ਨੇ ਜਾ ਬੇਟਾ ਜਿੱਥੇ ਜਰਮਾਂ ਵਜਾ ਛੱਡੇ ਕਰੇਗਾ ਦੁਨੀਆਂ ਤੱਕ ਦੀ ਰਾਹ ਹੀ ਤੇਰੇ ਬਰਾਬਰ ਦਾ ਹੋਰ ਕੋਈ ਨਾ। ਸੰਤਾਂ ਦਾ ਵਾਰ ਹੋਇਆ ਹੋਰ ਕਈ ਇਹਨਾਂ ਦੇ ਕਾਰਨਾਮੇ ਹਨ। ਕਿਸ ਤਰ੍ਹਾਂ ਇਹਨਾਂ ਚੜ੍ਹਾਈ ਕੀਤੀ ਤੇ ਉਸਤਾਦ ਨੱਥਾ ਸੁਰਾਂ ਨੇ ਕਿਸ ਤਰ੍ਹਾਂ ਮਰੀਦ ਕੀ ਗੁਰੂ ਪ੍ਰਤਾਪ ਸਿੰਘ ਅਜੇ ਗੱਡੀ ਤੇ ਚੜ੍ਹਨਾ ਸੀ ਉਧਰ ਪਈ ਖੂਹ ਦਾ ਦਿਨ ਆਉਂਦੇ ਸਨ ਗੱਡੀ ਆਈ ਇਹ ਫਿਰ ਉਤਰ ਕੇ ਨੱਸ ਕੇ ਜਾ ਕੇ ਕੀਕੂ ਦੱਸਦੇ ਨੇ ਤੇ ਉਹਨਾਂ ਸਭ ਚੜ੍ਹਾਈ ਕੀਤੀ। ਅਤਰ ਸਿੰਘ ਦੇ ਘਰ ਗੁਜਰਾਂ ਵਾਲੇ 1994 ਸੰਮਤ ਵਿੱਚ ਇਹਨਾਂ ਨੇ ਚੜ੍ਹਾਈ ਕੀਤੀ। ਸੋ ਮੇਰਾ ਮਤਲਬ ਸੁਣ ਕਹਿਣ ਤੋਂ ਇਹ ਸੀ ਨਾਮ ਸਭ ਤੋਂ ਵੱਡਾ ਰਸ ਹੈ ਜਿਹਨੂੰ ਨਾਮ ਦਾ ਰਸ ਆ ਗਿਆ ਇਹਦੇ ਬਰਾਬਰ ਹੋਰ ਕੋਈ ਰਸ ਨਹੀਂ। ਇਹਨਾਂ ਲਫ਼ਜ਼ਾਂ ਨਾਲ ਮੈਂ ਸਾਹ ਸਾਹਿਬ ਸਮਾਂ ਦਾ ਜਾਦਾ ਕਰਦਾ ਅੱਜ ਕੱਲ ਦੇ ਗਿਆਨੀ ਦੇ ਨਾ ਭੈ ਕਾਹੂ ਕੋ ਦੇਤ ਨਾ ਤੇ ਨਹ ਤਾ ਮਾਨਤ ਆਣ ਕਾ ਨਾਨਕ ਸੁਣ ਰਹੇ ਮਨਾ ਤੇ ਗਿਆਨੀ ਤਾਹੇ। ਅੱਜ ਕੱਲ ਉਹ ਨਹੀਂ ਦਿਨ ਰਹਿਣ ਗੁਰਬਾਣੀ ਵਿੱਚ ਆਉਂਦਾ ਉਹਨਾਂ ਦੇ ਟੀਕੇ ਅਨੁਸਾਰ 1100 ਕਾ ਠੰਗ ਜਾ ਜੇ ਕਿਸੇ ਨੇ ਵੇਖਣਾ ਹੋਈ ਸੀ ਉੱਥੋਂ ਜਾ ਕੇ ਵੇਖ ਲਿਓ ਜੀ। ਉਹਨਾਂ ਨੇ ਉੱਥੇ ਇੱਕ ਪੰਕਤੀ ਆਉਂਦੀ ਹੈ ਜੋ ਜਨ ਹਰ ਤੇ ਵਿਛੜੇ ਜੋ ਜੀ ਹਰ ਤੇ ਵਿਛੜੇ ਤੇ ਸੁੱਖ ਨਾ ਸਵਣ ਵਸਣ ਭੈਣ। ਜੋ ਜੀ ਹਰ ਤੇ ਵਿਛੜੇ ਸਿਰ ਸੁੱਖ ਨਾ ਵਸਣ ਭੈਣ। ਜਦੋਂ ਜੇ ਗੱਲ ਤੋਂ ਆਏਗੀ ਤਾਂ ਵੇਖ ਲਿਓ ਜਾ ਕੇ ਗੱਲ ਤੇ ਆਈਏ ਨਾ। ਫਿਰ ਉਹਨਾਂ ਨੇ ਅਰਥ ਕੀਤਾ ਅਰਥ ਉੱਥੇ ਤਿੰਨ ਅਰਥ ਕੀਤੇ ਨੇ ਜਿਹਨਾਂ ਵਿੱਚੋਂ ਇੱਕ ਅਰਥ ਇਹ ਆ ਵੀ ਜਿਹੜੇ ਭਗਵਾਨ ਤੋਂ ਵਿਛੜ ਗਏ ਨੇ ਨਾ ਉਹ ਭਾਵੇਂ ਭੈਣੀ ਪਿੰਡ ਵਿੱਚ ਵੀ ਜਾ ਕੇ ਰਹਿਣ ਤੇ ਉਹਨਾਂ ਨੂੰ ਸੁੱਖ ਨਹੀਂ ਹੋ ਸਕਦਾ। ਇਹ ਵੇਖ ਲਓ ਅਰਥ ਕੈਸੇ ਸੁੰਦਰ ਨੇ ਤੇ ਜਿਹੜਾ ਜਾਂਦੇ ਨੇ ਪਰ ਜਿਹਨਾਂ ਦੀ ਆਤਮਕ ਅਵਸਥਾ ਉੱਚੀ ਹੁੰਦੀ ਹੈ ਉਹ ਗਿਆਨੀ ਸੰਤਾਂ ਜੀਵਨ ਸੁਰਾਂ ਵਰਗੇ ਕਿਤੇ ਵਿਰਲੇ ਹੁੰਦੇ ਨੇ ਫਿਰ ਕਦੀ ਅਰਜ਼ ਕੀਤੀ ਜਾਏਗੀ ਸਤਿ ਸ੍ਰੀ ਹੈ। ਕੁਛ ਗਿਆਨੀ ਨੇ ਕੀਤਾ ਜੀ ਹਾਂਜੀ ਮੈਂ ਅਰਜ਼ ਕਰ ਰਿਹਾ ਸਾਹਿਬ ਆਲਮਨਾ ਦੇ ਦਰਸ਼ਨਾਂ ਦੇ ਦੁਆ ਵੀ ਤੋਂ ਗੱਲ ਵਿੱਚ ਰਹਿ ਗਈ ਸੀ ਬਿਰਧ ਸਰੀਰ ਨਾਲ ਕਈ ਪਾਸ ਕਈ ਵਾਰੀ ਅਗਾ ਪਿਛਾ ਥੜਕ ਵੀ ਜਾਂਦੇ ਨਾ ਦੀਵਾਨ ਲਗਾਇਆ ਉੱਥੇ ਆਲਮਨਾ ਦੇ ਸੰਤ ਵੀ ਚਲੇ ਗਿਆ ਉੱਥੇ ਅਤਰ ਸ੍ਰੀ ਆਂਦੇ ਨੇ ਅੱਜ ਮੌਜ ਮੇਲਾ ਹੀ ਕਰਾਂਗੇ ਸੰਤ ਜਾ ਕੇ ਬਹਿ ਗਿਆ ਉਹ ਫਿਰ ਉਹ ਕਰਾਚੀ ਵੱਲ ਨੂੰ ਤੁਰ ਗਿਆ ਇਹਨਾਂ ਦੇ ਫਿਰ ਪਿਛਾ ਟਿਕਟ ਹੀ ਨਾ ਮਿਲੀ ਤੇ ਜਿੱਧਰ ਪਹੁੰਚ ਹੀ ਨਾ ਸਕਦਾ। ਪਰ ਜਿਹਨਾਂ ਨੇ ਪਾਸ ਬਣਵਾਇਆ ਹੁੰਦਾ ਨਾ ਉਹਨਾਂ ਨੇ ਮਗਰੋਂ ਕਿਰਪਾ ਕਰ ਦਿੱਤੀ ਹੈ ਤੇਰੇ ਕੋਲ ਟਿਕਟ ਨਹੀਂ ਅਸੀਂ ਪਾਸ ਬਣਵਾ ਕੇ ਤੈਨੂੰ ਦੇ ਦਿੱਤਾ ਤੂੰ ਆ ਜਾ ਫਿਰ ਵੀ ਗੱਡੀ 'ਤੇ ਚੜ੍ਹ ਸਕਦਾ।
ਜਿਸ ਵਕਤ ਉੱਥੇ ਸੰਤਾ ਇਸ ਤਰ੍ਹਾਂ ਆਲਮ ਦਾ ਦੁਆ ਲਾਇਆ ਤੇ ਇੱਥੇ ਆਲਮਰੀ ਅਤਰ ਫਿਰ ਦੇਖ ਕੇ ਇਹਨਾਂ ਨੇ ਪੰਜ ਸੱਤ ਵਾਰੀ ਨਾਲੇ ਬਾਹਾਂ ਮਾਰੀਆਂ ਨਾਲੇ ਛਾਤੀ ਤੇ ਹੁਆ ਨੇ ਮਾਰੇ ਮਸਤਾਨੇ ਆਪ ਨੂੰ ਫੜ ਕੇ ਪਾ ਕੇ ਤਾਂ ਫੁੱਟ ਦਿੱਤਾ ਮਸਤਾਨੀ ਹੋ ਗਿਆ ਉੱਠ ਕੇ ਨਾ ਆਲਮਰਾਂ ਦੀ ਪੱਗ ਲਾ ਕੇ ਦੂਰ ਸੁੱਟ ਛੱਡੀ ਤੇ ਆਲਮਰਾਂ ਦੀ ਟਿੰਡ ਨਿਕਲ ਆਈ ਬੜੀ ਤੌੜੀ ਵਜੀ ਫਿਰ ਆਲਮਰੀ ਗੁੱਸੇ ਹੋ ਗਿਆ ਤੂੰ ਮੇਰੀ ਬਿਜਲੀ ਕੀਤੀ ਹੈ ਮੈਂ ਕਰੂੰ ਬਿਜਲੀ ਕੀਤੀ ਮੈਂ ਤੇ ਮਸਤਾਨਾ ਹੋ ਗਿਆ ਮੈਨੂੰ ਕੀ ਪਤਾ ਕੀ ਹੋਇਆ ਕੀ ਨਹੀਂ ਹੋਇਆ ਜੋ ਕੀ ਆਖਰ ਕਰਨਾ ਆਲਮਰਾਂ ਅਤਰ ਸਿਰ ਨੂੰ ਲਾ ਆਲਮਰੀਆਂ ਨੇ ਚੰਗਾ ਵੇਖੀ ਜਾ ਗਈ ਹੁਣ ਕੱਲ੍ਹ ਆਲਮਰਾਂ ਜਦੋਂ ਦੁਆਨ ਲੱਗਾ ਤੇ ਨਹਿਰ ਤੇ ਦੁਆਨ ਲੱਗਦਾ ਸੀ ਪਿੰਡ ਕੋਈ ਦਰਖਤ ਰੁੱਖ ਗਿਆ ਸੀ ਸਾਜੀ ਸਾਜ ਜਾ ਕੇ ਖਤਮ ਕਰਕੇ ਤੁਰ ਗਿਆ ਆਈ ਨਾ ਹਾਲਮੁਰੀ ਜਥੇ ਵਾਲੇ ਤੁਰ ਗਿਆ ਦੁਆਨ ਦਾ ਭੋਗ ਪੈ ਗਿਆ ਅਗਲੇ ਲੋਕੀ ਆਖਣ ਮਸਤੀ ਮਸਤੀ ਦਾ ਫਰਕ ਹੁੰਦਾ ਸੋ ਭਾਈ ਮੈਂ ਅਤਰ ਸਿਰਾਂ ਨਾਲ ਬੜਾ ਚਿਰਿਆ ਮੈਂ ਬੜੀ ਢੋਲਕੀ ਉਹਨਾਂ ਨਾਲ ਵਜਾਈ ਹੈ ਬੜੇ ਮੇਰੇ ਤੇ ਵੀ ਬਖਸ਼ਿਸ਼ ਕਰ ਦਿੰਦੇ ਹਨ ਸ਼ੇਖੂ ਬੜੇ ਬਦਾਬ ਦੇ ਹੋਲੇ ਤੋਂ ਜੇ ਕਾ ਪਾਕਿਸਤਾਨ ਦੇ ਨਦਰ ਮੇਰੇ ਪਿੰਡ ਵੀ ਜਾਂਦੇ ਰਹਿਣਾ ਮੇਰੇ ਤੇ ਵੀ ਬੜੀ ਕਿਰਪਾ ਕਰਦੇ ਹਨ ਇੱਕ ਵਾਰੀ ਸੰਤ ਭੂਰੀ ਵਾਲੇ ਤੇ ਸੰਤ ਅਤਰ ਸਿਰ ਤੇ ਮੈਂ ਰੰਧਾਵੀ ਗਿਆ ਸਾ ਇਸ ਤਰ੍ਹਾਂ ਹੋਰ ਸੰਗਤ ਅੰਦਰ ਤੁਰ ਗਈ ਹੋਈ ਹੈ ਤੇ ਪਤਾ ਨਹੀਂ ਸੰਤਾਂ ਦੇ ਭੂਰੀ ਵਾਲੇ ਦੇ ਮਨ ਵਿੱਚ ਕੀ ਆਇਆ ਅਸੀਂ ਤਿੰਨੇ ਜਣੇ ਸਾਂ ਇੱਕ ਬਾਂਹ ਤੋਂ ਮੈਨੂੰ ਫੜ ਲਿਆ ਸੰਤਾਂ ਭੂਰੀ ਵਾਲਿਆ ਇੱਕ ਬਾਂਹ ਤੋਂ ਸੰਤਾਂ ਅਤਰ ਸਿਰਾਂ ਨੂੰ ਫੜ ਲਿਆ ਤੇ ਖਲੋ ਕੇ ਆਉਂਦੇ ਨੇ ਸੰਤਾਂ ਨੂੰ ਆਉਂਦੇ ਨੇ ਸੰਤ ਜੀ ਤੇ ਕਾਕੇ ਨੂੰ ਕੋਈ ਵਾਰ ਦਿਓ ਤੇ ਸੰਤ ਆਉਂਦੇ ਨੇ ਸੰਤ ਜੀ ਤੁਸੀਂ ਕਿਰਪਾ ਕਰੋ ਵਾਹ ਮੇਰੇ ਭਜਨ ਗੁਰਦੇ ਸੰਤ ਭੂਰੀ ਵਾਲ ਕਹਿੰਦੇ ਨੇ ਸੰਤ ਜੀ ਮੈਂ ਤੈਨੂੰ ਅੱਗੇ ਗੁਰੂ ਬਣਾ ਛੱਡਿਆ ਹੈ ਇਹ ਲਫ਼ਜ਼ ਸਬਦਾਂ ਦੇ ਮੈਂ ਨਹੀਂ ਕਹਿ ਰਿਹਾ ਤੇ ਸੰਤ ਕਹਿੰਦੇ ਨੇ ਮੈਂ ਤੈਨੂੰ ਹਿੱਸੇ ਦੀ ਟੇਪੀ ਦੇ ਦਿੱਤੀ ਹੈ ਮੇਰੇ ਨਾਲ ਤੇ ਸੰਤ ਜੀ ਬੜੇ ਚਿਰ ਦਾ ਰਹਿੰਦਾ ਆ ਜਿੰਨਾ ਤੁਹਾਡਾ ਦਰਸ਼ਨ ਹੁੰਦਾ ਨਾ ਇਹ ਸਤਿਗੁਰੂ ਪ੍ਰਤਾਪ ਸਿੰਘ ਦੀ ਕਿਰਪਾ ਨਾਲ ਤੇ ਉਹਨਾਂ ਸਾਧਾਂ ਦੇ ਵਰਾਂ ਨਾਲ ਹੀ ਮੇਰਾ ਇਸੇ ਤਰ੍ਹਾਂ ਕੰਮ ਫਬਿਆ ਜੇ ਤੇ ਇਸੇ ਤਰ੍ਹਾਂ ਦੇ ਸਾਧ ਹੁੰਦੇ ਹਨ ਜਿਹੜੇ ਨਿਰਛਲ ਹੁੰਦੇ ਸਨ ਉਹਨਾਂ ਦੇ ਅੰਦਰ ਆਤਮਾ ਕੋਈ ਸੁੱਖ ਹੁੰਦਾ ਸੀ ਨਾਮ ਤਾੜਿਓ ਡਿੱਗ ਪਾਓ ਬੜੇ ਪਿਛਾ ਡਿੱਗ ਪਏ ਤੁਸੀਂ ਮਾਫ਼ ਰੱਖਿਓ ਚਿੱਕੜ ਸੁਰ ਦੇ ਉੱਠਦੇ ਜੇ ਚੁਗਲੀਆਂ ਕਰਦੇ ਹੋ ਉਹ ਤੁਹਾਨੂੰ ਕੀ ਕੋਈ ਕਰ ਇਸ ਤਰ੍ਹਾਂ ਦੀ ਸੰਗਤ ਹੋਏ ਉਸੇ ਤਰ੍ਹਾਂ ਦੀ ਉਹਦੀ ਬਿਰਤੀ ਹੋ ਜਾਂਦੀ ਹੈ ਔਰ ਇੱਕ ਰਸ ਕਦੇ ਨਹੀਂ ਰਹੀ ਬਿਰਤੀ ਕਬੀਰ ਦੀਆਂ ਦੋ ਅਵਸਥਾ ਲਿਖੀਆਂ ਨੇ ਪਹਿਲੀ ਉਹਦੀ ਉਹ ਅਵਸਥਾ ਸੀ ਜਦੋਂ ਨੇ ਉਹ ਨਵਾਂ ਨਵਾਂ ਭਜਨ ਪੁੱਛਿਆ ਹੱਥ ਵਿੱਚ ਮਾਲਾ ਫੜ ਕੇ ਤੇ ਨਾਮ ਜਪਦਾ ਸੀ ਜਦੋਂ ਮਾਲਾ ਫੜ ਕੇ ਨਾਮ ਜਪਦਾ ਸੀ ਤੇ ਹੱਥਾਂ ਨਾਲ ਕੰਮ ਕੋਈ ਨਹੀਂ ਸੀ ਕਰ ਸਕਦਾ ਮਾਲਾ ਜਪਦਾ ਮਾਲਾ ਨਾਲ ਸਿਮਰਨ ਕਰਦਾ ਸੀ ਮਾਲਾ ਫੇਰਦਾ ਸੀ ਜਦੋਂ ਹੱਥ ਤੇ ਮਾਲਾ ਵੱਲ ਸਨ ਕੰਮ ਕੋਈ ਨਾ ਹੋਣਾ ਤੇ ਕੰਮ ਕੋਈ ਨਾ ਹੋਣ ਕਰਕੇ ਆਮਦਨ ਕੋਈ ਨਾ ਹੋਣੀ ਆਮਦਨ ਨਾ ਹੋਣ ਕਰਕੇ ਘਰ ਗਰੀਬੀ ਆ ਜਾਣੀ ਗਰੀਬੀ ਆਉਣ ਕਰਕੇ ਬੱਚਿਆਂ ਨੇ ਆਪੇ ਚਾਹ ਚਾਹ ਕਰਨੀ ਹੈ ਮਾਂ ਨੇ ਵੀ ਸਮਝੋ ਗੁੱਸਾ ਕਰਨਾ ਲਿਖਿਆ ਗੁਰਬਾਣੀ 'ਚ ਇੱਕ ਮੁਸ ਮੁਸ ਰੋਵੈ ਕਬੀਰ ਕੀ ਮਾਈ ਇਹ ਬਾਰਕ ਕੈਸੇ ਜੀਵੈ ਰਗੁਰਾਈ ਤਰਨਾ ਬੁਰਨਾ ਸਭ ਤਜਿਓ ਕਬੀਰ ਤੇ ਹਰ ਕਾ ਨਾਮ ਲਿਖ ਲਿਓ ਸਰੀਰ ਮਾਂ ਨੇ ਵੀ ਉਹਨੂੰ ਉਲਾਮੇ ਦੇਣੇ ਭਈ ਇਹ ਸਾਰੀ ਦਿਹਾੜੀ ਮਾਲਾ ਹੀ ਫੇਰਦਾ ਰਹਿੰਦਾ ਕੰਮ ਕੋਈ ਨਹੀਂ ਕਰਦਾ ਇਹ ਕਿਸ ਤਰ੍ਹਾਂ ਕੰਮ ਕਰਦਾ ਚੱਲੇਗਾ
ਸਰੀਰ ਇਹਦੇ ਕੋਲ ਬੜੇ ਆਉਂਦੇ ਨੇ, ਇਹਨੇ ਤੇ ਘਰ ਦਾ ਸਮਝੋ ਕੰਮ ਹੀ ਤੁੰਦਰਾਵਾ ਜਿਹਾ ਕਰ ਦਿੱਤਾ। ਇੱਕ ਤੇ ਉਹਦੀ ਇਹ ਅਵਸਥਾ ਸੀ, ਜਦੋਂ ਕੰਮ ਨਹੀਂ ਸੀ ਕਰਦਾ ਮਾਲਾ ਫੇਰਦਾ ਸੀ। ਫਿਰ ਦੂਜੀ ਅਵਸਥਾ ਕਬੀਰ ਦੀ ਬਦਲ ਗਈ, ਫਿਰ ਉਹਨਾਂ ਨੇ ਆਪ ਲਿਖਿਆ, ਉਹਨਾਂ ਲਿਖਿਆ ਕਬੀਰਾ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਹੁਣ ਮੇਰੀ ਸਿਮਰਨੀ ਹੱਥ ਵਾਲੀ ਨਹੀਂ ਰਹੀ, ਹੁਣ ਮੇਰੀ ਸਿਮਰਨੀ ਜਿਹੜੀ ਹੈ ਉਹ ਮੇਰੀ ਰਸਨਾ ਬਣ ਗਈ ਹੈ। ਮੈਂ ਰਸਨਾ ਨਾਲ ਨਾਮ ਜਪਦਾ ਹਾਂ ਔਰ ਮੇਰੇ ਹੱਥ ਜਿਹੜੇ ਨੇ ਵਿਹਲੇ ਹੋ ਗਏ ਨੇ। ਨਾਮ ਜਪਾਂਗਾ, ਹੱਥਾਂ ਨਾਲ ਕੰਮ ਵੀ ਕਰਾਂਗਾ। ਇਸੇ ਤਰ੍ਹਾਂ ਹੀ ਇਹ ਤ੍ਰਿਲੋਚਨ ਜੀ ਦਾ ਤੇ ਨਾਮਦੇਵ ਜੀ ਦਾ ਸੰਵਾਦ ਵੀ ਲਿਖਿਆ। ਜਦੋਂ ਨਾਮਦੇਵ ਜੀ ਦੇ ਕੋਲ ਤ੍ਰਿਲੋਚਨ ਆਏ ਨੇ, ਉਹਨਾਂ ਨੇ ਉਹਨੂੰ ਵੇਖਿਆ, ਉਹ ਠੇਕੇ ਠੇਕਦਾ ਸੀ। ਉਹ ਕਹਿੰਦਾ ਹੈ ਨਾਮਾ ਮਾਇਆ ਮੋਹਿਆ, ਤੂੰ ਤੇ ਮਾਇਆ ਵਿੱਚ ਮੋਹਿਆ ਹੈ। ਇਹ ਤ੍ਰਿਲੋਚਨ ਮੀਤ ਕਾਹੇ ਛੀਪੋ ਛਾਏ ਲੈ ਰਾਮ ਨਾ ਲਾਵੋ ਚੀਤ। ਤੂੰ ਸਾਰੀ ਦਿਹਾੜੀ ਤੇ ਕੰਮ ਕਰਦਾ ਰਹਿਣਾ ਤੇ ਦੱਸ ਤੂੰ ਰਾਮ ਦਾ ਕਿਹੜੇ ਵੇਲੇ ਨਾਮ ਜਪਦਾ ਹੋਏਗਾ। ਅੱਗੋਂ ਉੱਤਰ ਮਿਲਦਾ ਨਾਮਾ ਕਹੇ ਤਲੋਚਨਾ ਮੁਖਤੀ ਰਾਮ ਸਵਾਲ, ਮੂੰਹ ਰਾਮ ਜਪ ਹੱਥ ਪਾਓ ਕਰ ਕਾਮ ਸਭ ਤੇ ਜੀਤ ਨਿਰੰਜਨ। ਹੱਥਾਂ ਨਾਲ ਕੰਮ ਕਰਦਾ ਜਾ, ਚਿੱਤ ਜਿਹੜਾ ਉਹ ਸਮਝੋ ਨਿਰੰਜਨ ਨਾਲ ਲਾ। ਇਹ ਪਰਪੱਕ ਅਵਸਥਾ ਜਦੋਂ ਅਭਿਆਸ ਕਰਦਿਆਂ ਕਰਦਿਆਂ ਜਦੋਂ ਪਰਪੱਕ ਅਵਸਥਾ ਹੋ ਜਾਂਦੀ ਉਦੋਂ ਇਹ ਅਵਸਥਾ ਆਉਂਦੀ ਹੈ, ਐਵੇਂ ਨਹੀਂ ਝਟਪਟ ਆ ਜਾਂਦੀ। ਜਿਹੜੇ ਅਸੀਂ ਰੋਜ਼ ਇੱਕ ਦੂਜੇ ਨੂੰ ਪੁੱਛਦੇ ਰਹਿੰਦੇ ਹਾਂ ਵੀ ਸਾਡੀ ਬਿਰਤੀ ਨਹੀਂ ਲੱਗਦੀ, ਮਾਲਾ ਕਿਸ ਤਰ੍ਹਾਂ ਫੇਰਨੀਏ, ਭਜਨ ਕਿਸ ਤਰ੍ਹਾਂ ਫੇਰਨਾ ਕਰਨਾ, ਭਾਵ ਪਰਪੱਕ ਅਵਸਥਾ ਜਦੋਂ ਅਭਿਆਸ ਕਰਾਂਗੇ ਤਾਂ ਫੇਰ ਜਾ ਕੇ ਆਉਂਦੀ ਹੈ। ਜਦੋਂ ਪਰਪੱਕ ਅਵਸਥਾ ਹੋ ਜਾਂਦੀ ਹੈ ਨਾ, ਫਿਰ ਜਿਹੜਾ ਮਨ ਦਾ ਖੁਡਾਅ ਹੈ ਨਾ ਸਾਡਾ, ਉਹ ਇੰਦਰੀਆਂ ਦੇ ਵਿੱਚ ਮਰਿਆਦਾ ਤੋਂ ਜ਼ਿਆਦਾ ਨਹੀਂ ਹੁੰਦਾ, ਉਹ ਮਰਿਆਦਾ ਅਨੁਸਾਰ ਹੀ ਖੰਡਾਓ ਰਹਿੰਦਾ ਹੈ। ਔਰ ਜਿਹੜੇ ਕਰਮ ਇੰਦਰੇ ਹਨ ਇਹ ਸਾਰੇ ਕੰਮ ਕਰਦੇ ਰਹਿੰਦੇ ਹਨ, ਔਰ ਜਿਹੜੀ ਫਿਰ ਸਿਮਰਨ ਦੀ ਰੋਹ ਹੈ ਨਾ ਉਹਦੇ ਮਨ ਦੇ ਵਿੱਚ ਉਸੇ ਤਰ੍ਹਾਂ ਚੱਲਦੀ ਰਹਿੰਦੀ। ਇਹਦੇ ਵਿੱਚ ਬਹੁਤ ਕੁਰਬਾਨੀ ਦੇ ਪ੍ਰਮਾਣ ਦਿੱਤੇ ਹਨ। ਉਹਨਾਂ ਲਿਖਿਆ ਆਣੀ ਲੈ ਕਾਗਦ ਕਾਟੀ ਲੈ ਗੂਟੀ ਆਕਾਸ ਮਦੇ ਭਰਮੀ ਵਾਲੀ, ਪੰਜ ਜਣਾ ਸੋ ਬਾਤ ਬਤਾਊਆ ਚੀਤ ਸੋ ਡੋਰੀ ਰਾਖੀ ਵਾਲੀ, ਮਨ ਰਾਮ ਨਾਮਾ ਫੇਰਦੀ ਵਾਲੀ ਜੈਸੇ ਕਣਕ ਕਲਾ ਚਿਤ ਮਾਂਡੀ ਵਾਲੀ। ਇਹ ਸਾਰੇ ਪ੍ਰਮਾਣ ਹਨ। ਗੁੱਡੀ ਲੈ ਆਉਂਦਾ ਬੱਚਾ, ਉਹਨੂੰ ਉਡਾਉਂਦਾ ਹੈ, ਡੋਰ ਫੜੀ ਹੁੰਦੀ ਹੈ, ਸੱਤਾਂ ਅੱਠਾਂ ਮੁੰਡਿਆਂ ਨਾਲ ਵੀ ਖੇਡਦਾ, ਭਾਵੇਂ ਉਹਨਾਂ ਨਾਲ ਗੱਲਾਂ ਬਾਤਾਂ ਵੀ ਕਰਦਾ, ਹੱਸਦਾ ਖੇਡਦਾ, ਪਰ ਚਿੱਤ ਉਹਦਾ ਜਿਹੜਾ ਹੁੰਦਾ ਉਹ ਡੋਰੀ ਵਿੱਚ ਹੁੰਦਾ। ਜਿਸ ਤਰ੍ਹਾਂ ਸੁਨਿਆਰਾ ਜ਼ੇਵਰ ਬਣਾਉਂਦਾ, ਗਾਹਕ ਨਾਲ ਗੱਲਾਂ ਵੀ ਕਰਦਾ, ਸੱਟਾਂ ਵੀ ਮਾਰੀ ਜਾਂਦਾ, ਉਹਨੂੰ ਪੁੱਛਦਾ ਕਦੋਂ ਤੈਨੂੰ ਚਾਹੀਦਾ ਕੀ ਗਹਿਣਾ ਬਣਾਉਣਾ, ਪਰ ਉਹਦੀ ਸੱਟ ਜਿਹੜੀ ਆ ਉਹ ਗਹਿਣੇ ਤੋਂ ਇੱਧਰ ਉੱਧਰ ਨਹੀਂ ਹੋਏ, ਜੇ ਇੱਧਰ ਉੱਧਰ ਹੋਏ ਤਾਂ ਉਹ ਬੜੀ ਕੀਮਤੀ ਚੀਜ਼ ਹੁੰਦੀ ਹੈ, ਛੇਤੀ ਖਰਾਬ ਹੋ ਜਾਂਦੀ। ਆਣੀ ਲੈ ਕੁੰਭ ਭਰਾਈ ਲੈ ਉਦਕ ਰਾਜ ਕੁਆਰ ਪੁਰੰਦਰ ਹੀ, ਪੁਰੰਦਰ ਹੀ ਆ ਗਿਆ ਇੱਕ ਲਫ਼ਜ਼। ਇਹਦਾ ਆਮ ਇਹ ਅਰਥ ਕਰਦੇ ਹਨ ਵੀ ਨੌਕਰਿਆਣੀ, ਪੁਰੰਦਰੀ ਲੜਕੀ। ਪੁਰੰਦਰੀ ਜਾਂ ਲਫ਼ਜ਼ ਹੈ ਨਾ ਜਿਹੜਾ, ਇਹਦਾ ਮਤਲਬ ਹੈ ਇਸਤਰੀ, ਉਹ ਪੁੱਤਰ ਤੇ ਆਪਣੇ ਪਤੀ ਦੇ ਸਾਥ ਜਿਹੜੀ ਭਰਪੂਰ ਹੈ। ਪੁਰੰਦਰੀ ਰਾਜਕੁਮਾਰ ਪੁਰੰਦਰੀਏ, ਇਹ ਰਾਜਕੁਮਾਰ ਦਾ ਮਤਲਬ ਹੈ ਰਾਜਕੁਮਾਰੀ, ਰਾਜਕੁਮਾਰੀ ਦੀ ਪੁਰੰਦਰੀ। ਇਹ ਹਿੰਦੂ ਮਤ ਵਿੱਚ ਇੱਕ ਅਸੂਲ ਸੀ ਭਾਈ, ਰਣਵਾਸ ਦੇ ਵਿੱਚ ਉਹਨੂੰ ਨਹੀਂ ਸੀ ਨੌਕਰ ਰੱਖਿਆ ਜਾਂਦਾ ਜਿਹਦੀ ਸੰਤਾਨ ਨਾ ਹੋਏ ਤੇ ਜਿਹੜੀ ਵਿਧਵਾ ਹੋਵੇ।
ਉਹਨੂੰ ਨੌਕਰ ਰੱਖਦੇ ਸਨ ਜਿਹਦੇ ਪੁੱਤਰ ਵੀ ਹੋਣ ਤੇ ਧੀਆਂ ਵੀ ਹੋਣ ਤੇ ਉਹਦਾ ਪਤੀ ਵੀ ਹੋਏ, ਉਹਨੂੰ ਨੌਕਰ ਰੱਖਦੇ ਸਨ, ਦੂਜੇ ਨੂੰ ਨੌਕਰ ਨਹੀਂ ਸਨ ਰੱਖਦੇ। ਸੋ ਰਾਜਕੁਮਾਰ ਪੁਰੰਦਰੀਏ, ਰਾਜਕੁਮਾਰੀ ਥੀ ਪੁਰੰਦਰੀ, ਉਹਦੀ ਗੋਲੀ ਬਾਹਰੋਂ ਜਾ ਕੇ ਪਾਣੀਆਂ ਲਿਆਉਂਦੀਆਂ ਨੇ ਪੰਨਗੜ ਤੋਂ, ਸਿਰ ਦੇ ਉੱਤੇ ਘੜੇ ਵੀ ਧਰੇ ਹੁੰਦੇ ਨੇ, ਪੰਜ ਸੱਤ ਬੀਬੀਆਂ ਆਉਂਦੀਆਂ ਨੇ ਆਪੋ ਵਿੱਚ ਗੱਲਾਂ ਬਾਤਾਂ ਵੀ ਕਰਦੀਆਂ ਨੇ, ਇੱਕ ਦੂਜੇ ਨੂੰ ਹੱਥ ਨਾਲ ਸਮਝੋ ਇੱਧਰ ਉੱਧਰ ਵੀ ਧਕੇਲਾ ਵੀ ਕਰ ਦਿੰਦੀਆਂ ਹਨ, ਪਰ ਉਹਨਾਂ ਦਾ ਗਿਰਤੀ ਜਿਹੜੀ ਹੁੰਦੀ ਆ ਉਹ ਸਾਧ ਸੰਗਤ ਜੀ ਘੜੇ ਵਿੱਚ ਹੁੰਦੀ ਹੈ, ਸਿਰ ਨੂੰ ਨਹੀਂ ਡਲਾਉਂਦੀਆਂ, ਜੇ ਘੜਾ ਇੱਧਰ ਉੱਧਰ ਕਿਤੇ ਸਿਰ ਤੋਂ ਹੋ ਕੇ ਡਿੱਗ ਨਾ ਪਵੇ। ਮੰਦਰ ਇੱਕ ਦੁਆਰ ਦੱਸ ਜਾ ਕੇ ਗਊ ਚਰਾਵਤ ਲੇ ਪੰਜ ਕੋਸ ਪਰ ਗਊ ਚਰਾਵਤ ਚੀਜ਼ ਸੋ ਬਛੜਾ ਰਾਖੀਏ ਲੇ ਨਾਭਾ ਕਹੇ ਸੁੰਦਰ ਲੋਚਨ ਪਾਲਕ ਪਾਲਣ ਪਾਉਗੀ ਅਲੇ ਅੰਦਰ ਬਾਹਰ ਕਾਜ ਵਿਰੂਧੀ ਤੇ ਚੀਰ ਸੋ ਬਾਲਕ ਰਾਖੀਏ। ਉਹਦਾ ਚਿੱਤ ਜਿਹੜਾ ਨਾ ਉਹ ਬਾਲਕ ਵਿੱਚ ਹੁੰਦਾ, ਮਾਤਾ ਕੰਮ ਘਰ ਕਰਦੀ ਆ, ਬੌਕਰ ਫੇਰਦੀ ਆ, ਭਾਂਡੇ ਮਾਂਜਦੀ ਹੈ, ਪ੍ਰਸ਼ਾਦੇ ਪਕਾਉਂਦੀ ਆ, ਹਰ ਇੱਕ ਘਰ ਦਾ ਕੰਮ ਕਰਦੀ ਹੈ ਤੇ ਬੱਚੇ ਨੂੰ ਭਗੂੜੇ ਵਿੱਚ ਪਾਇਆ ਹੁੰਦਾ, ਪਰ ਉਹਦਾ ਚਿੱਤ ਉੱਥੇ ਹੁੰਦਾ ਵੀ ਬੱਚਾ ਜਰਾ ਕੁ ਚੀ ਕਰਦਾ ਸਾਰੇ ਕੰਮ ਛੱਡ ਕੇ ਉੱਥੇ ਚਲੀ ਜਾਂਦੀ। ਇਹ ਬਿਰਤੀ ਦੀ ਗੱਲ ਹੁੰਦੀ ਆ, ਜਿੱਧਰ ਜਿੱਧਰ ਕਿਸੇ ਦੀ ਬਿਰਤੀ ਹੁੰਦੀ ਆ। ਸੋ ਮੇਰਾ ਭਾਵ ਸਿਰਫ ਕਹਿਣ ਤੋਂ ਇਨਸਾਨ ਦੀ ਬਿਰਤੀ ਜਿਹੜੀ ਹੈ ਨਾ ਉਹ ਘੱਟ ਵੱਧ ਹੁੰਦੀ ਰਹਿੰਦੀ ਹੈ। ਕਬੀਰ ਦੀ ਵੀ ਇਹ ਸਮਝੋ ਬਿਰਤੀ ਲਿਖੀ ਹੈ, ਔਰ ਇੱਕ ਕਬੀਰ ਨਹੀਂ ਨਾਮਧਾਰੀ ਪੰਥ ਵਿੱਚ ਸਾਂਝੀ ਹਜ਼ਾਰਾਂ ਹੀ ਕਬੀਰ ਹੋਏ। ਜੇ ਕਦੇ ਆਪਣਾ ਇਤਿਹਾਸ ਪੜ੍ਹੀ ਅਸੀਂ ਫਿਰ ਸਾਨੂੰ ਪਤਾ ਲੱਗਦਾ ਵੀ ਕਿੰਨੇ ਕੁ ਕਬੀਰ ਹੋਏ ਹਨ, ਜਿਹਨਾਂ ਵਿੱਚੋਂ ਮੈਂ ਅੱਜ ਇੱਕ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਸਾਧ ਸੰਗਤ ਵਿੱਚ ਜਿਹਨਾਂ ਨੂੰ ਕਬੀਰ ਦਾ ਖਿਤਾਬ ਮਿਲਿਆ ਸੀ ਉਹ ਸਾਧੂ ਦੀ ਤੁਹਾਡੇ ਸਾਹਮਣੇ ਨਿੱਕੀ ਜੀ ਅਰਜ਼ ਕਰਾਂਗਾ ਵੀ ਕਿਸ ਤਰ੍ਹਾਂ ਉਹ ਸਮਝੋ ਕਬੀਰ ਬਣ ਗਿਆ। ਸਿਆਲਕੋਟ ਦਾ ਜ਼ਿਲ੍ਹਾ ਜੰਡੂ ਸਾਂਝਾ ਪਿੰਡ, ਉੱਥੇ ਇੱਕ ਫਤਿਹ ਸਿੰਘ ਨਾਮੀ ਜ਼ਿਮੀਂਦਾਰ, ਉਹਦੇ ਘਰਵਾਲੀ ਦਾ ਨਾਂ ਸੀ ਗੁਜਰੀ। ਇਹਨਾਂ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਜਿਹਦਾ ਨਾਂ ਉਹਨਾਂ ਮੀਆਂ ਸਿੰਘ ਰੱਖਿਆ। ਮੀਆਂ ਸਿੰਘ ਦਾ ਆਨੰਦ ਕਾਰਜ ਇੱਕ ਉੱਧਰ ਹੀ ਸਿਆਲਕੋਟ ਦੇ ਜ਼ਿਲ੍ਹੇ 'ਚ ਮਿਰਜ਼ਾ ਗਰਾਇਆਂ ਦਾ ਪਿੰਡ ਸੀ, ਉੱਥੋਂ ਦਾ ਇੱਕ ਬੇਲਾ ਸਿੰਘ ਸੀ ਮਿਰਜ਼ਾ ਗਰਾਇਆਂ ਦਾ। ਇਹ ਬੇਲਾ ਸਿੰਘ ਦੀ ਲੜਕੀ ਸੀ ਬਿਸ਼ਨ ਕੌਰ, ਬਿਸ਼ਨ ਕੌਰ ਨਾਲ ਮੀਆਂ ਸਿੰਘ ਦਾ ਆਨੰਦ ਕਾਰਜ ਹੋਇਆ ਸੀ। ਵਾਹਵਾ ਜਵਾਨ ਸੀ, ਸਡੌਲ ਸੀ, ਉੱਚਾ ਲੰਮਾ ਸਰੀਰ ਸੀ ਤੇ ਕਣਕ ਪਿੰਡਾਂ ਇਹਨਾਂ ਦਾ ਰੰਗ ਸੀ, ਬੋਲਾ ਬੜਾ ਮਿੱਠਾ ਸੀ। ਭਾਗ ਉਦੋਂ ਲੱਗਦੇ ਨੇ, ਦਰਖਤ ਨੂੰ ਫਲ ਉਦੋਂ ਲੱਗਦਾ ਜਦੋਂ ਉਹਦਾ ਸਮਾਂ ਆਉਂਦਾ। ਕਿੰਨੀ ਮਰਜ਼ੀ ਜੇ ਗੋਡੀ ਕਰੋ, ਪਾਣੀ ਦਿਓ, ਰੇਹ ਪਾਓ, ਨਹੀਂ ਫਲ ਲੱਗਣਾ। ਫਲ ਉਦੋਂ ਲੱਗੇਗਾ, ਘੱਟ ਵੀ ਗੋਡੀ ਪਾਈ ਹੋਏਗੀ ਤੇ ਘੱਟ ਫਲ ਲੱਗ ਜਾਏਗਾ, ਨਾ ਵੀ ਗੋਡੀ ਦਿੱਤੀ ਹੋਏਗੀ ਤੇ ਨਾ ਵੀ ਰੇਹ ਪਾਈ ਹੋਏਗੀ, ਨਾ ਵੀ ਪਾਣੀ ਦਿੱਤਾ ਹੋਏਗਾ, ਘੱਟ ਫਲ ਲੱਗੇਗਾ। ਜੇ ਘੱਟ ਤੇ ਬਾਅਦ ਫਲ ਲੱਗੇਗਾ ਤਾਂ ਲੱਗੇਗਾ ਉਹਦੀ ਰਿਤੂ ਅਨੁਸਾਰ, ਉਦੋਂ ਪਹਿਲਾਂ ਨਹੀਂ ਲੱਗੇਗਾ। ਭਾਗ ਜਾਗਣ ਲੱਗੇ ਨੇ, ਜਦੋਂ ਜਾਗਦੇ ਭਾਗ ਸੰਸਾਰੀਆਂ ਦੇ ਤੇ ਦੌਰਾ ਕਰਮ ਨੂੰ ਤੋੜਦਾ ਰਾਮ ਸਾਧੂ। ਸਾਧੂ ਕਿੱਥੇ ਨੇ? ਉਹ ਦੂਰ ਨੇ। ਜਦੋਂ ਜਾਗਦੇ ਭਾਗ ਸੰਸਾਰੀਆਂ ਦੇ ਦੌਰਾ ਕਰਮ ਨੂੰ ਤੋੜਦਾ ਰਾਮ ਸਾਧੂ, ਕੀ ਉਹ ਕਰਦੇ ਨੇ? ਕਿਤੇ ਦੋ ਚਾਰ ਮਿੰਟ ਹੀ ਰਹਿ ਕੇ ਤੁਰ ਜਾਂਦੇ ਨੇ, ਕਿਤੇ ਦੋ ਘੰਟੇ ਵਿਸ਼ਰਾਮ ਕਰ ਲੈਂਦੇ ਨੇ, ਕਿਤੇ ਰਾਤ ਕੱਟ ਲੈਂਦੇ ਨੇ, ਤੇ ਜਿੱਥੇ ਫਿਰ ਸਮਝੋ ਪ੍ਰੇਮੀਆਂ ਨੇ ਬਹੁਤਾ ਪ੍ਰੇਮ ਕੀਤਾ ਉੱਥੇ ਫਿਰ ਛੌਣੀ ਪਾ ਕੇ ਬਹਿ ਜਾਂਦੇ।
ਉੱਥੇ ਫਿਰ ਜਾਣਾ ਹੀ ਖਮਾਣੋ ਵਾਂਗੂ ਮੁਸ਼ਕਲ ਹੋ ਜਾਂਦਾ ਵੀ ਹੁਣ ਕਿਕੂ ਜਾਵਾਂਗੇ ਇੱਥੋਂ। ਸੋ ਇਹ ਤੇ ਉਹਨਾਂ ਦੀ ਬਿਰਤੀ ਹੁੰਦੀ ਹੈ, ਜਦੋਂ ਜੀਆਂ ਦੇ ਭਾਗ ਜਾਗਦੇ ਨੇ ਉਦੋਂ ਸਾਧਾਂ ਦਾ ਦਰਸ਼ਨ ਹੁੰਦਾ, ਉਦੋਂ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਸਿੱਖਾਂ ਨੂੰ ਦਰਸ਼ਨ ਦਿੰਦੇ ਨੇ, ਉਹਨਾਂ ਦਾ ਭਲਾ ਕਰਦੇ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਿੱਖਾਂ ਨੂੰ ਤਾਰਦੇ ਸ਼ਿਕਾਰਪੁਰ ਦੇ ਜ਼ਿਲ੍ਹੇ ਦਾ ਦੌਰਾ ਕਰਨ ਗਏ। ਇੱਕ ਦੇਵਾ ਸਿੰਘ ਖੱਤਰੀ ਸੀ ਮਲਿਆਂ ਵਾਲੇ ਦਾ ਦੇਵਾ ਸਿੰਘ ਖੱਤਰੀ। ਉਸ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਮੇਰੇ ਘਰ ਵੀ ਚਰਨ ਪਾਓ, ਨਿਜ ਪਾਵਨ ਕੋ ਕਰੀਏ ਪਾਵਨ। ਇਹ ਸੱਚੇ ਪਾਤਸ਼ਾਹ, ਨਿਜ ਪਾਵਨ ਕੋ ਕਰੀਏ ਪਾਵਨ, ਆਪਣੇ ਪਵਿੱਤਰ ਚਰਨਾਂ ਨੂੰ ਕਰੋ ਪਾਵਨ ਮੇਰੇ ਘਰ, ਜਾ ਤੇ ਮੋਰ ਗ੍ਰਹਿ ਹੋਵੇ ਪਾਵਨ, ਜਿਸ ਨਾਲ ਮੇਰਾ ਘਰ ਜਿਹੜਾ ਉਹ ਵੀ ਪਵਿੱਤਰ ਹੋ, ਕਰੋ ਕਿਰਪਾ ਮੇਰੇ ਘਰ ਚਰਨ ਪਾਓ। ਅਰਦਾਸ ਸਵੀਕਾਰ ਹੋਈ, ਸਤਿਗੁਰਾਂ ਨੇ ਉਹਦੀ ਅਰਦਾਸ ਮੰਨ ਲਈ, ਉਹਦੇ ਘਰ ਜਾ ਕੇ ਸਤਿਗੁਰਾਂ ਚਰਨ ਪਾਏ। ਮੇਲਾ ਬੜਾ ਹੋਇਆ, ਪਤਾ ਲੱਗਾ ਲੋਕਾਂ ਨੂੰ ਭਾਈ ਕੋਈ ਨਵਾਂ ਗੁਰੂ ਪ੍ਰਗਟ ਹੋਇਆ। ਇਹ ਜੱਡੂ ਸਾਂਝਾ ਦੇ ਜਵਾਨ ਮੁੰਡੇ ਲਹਿਣਾ ਸਿੰਘ ਜਿਹੜਾ ਇਸ ਟੋਲੀ ਦਾ ਸਮਝੋ ਆਗੂ ਸੀ, ਇਹਨਾਂ ਨੇ ਵੀ ਆਖਿਆ ਚਲੋ ਦਰਸ਼ਨ ਕਰੀਏ, ਆਹਦੇ ਨੇ ਕੋਈ ਗੁਰੂ ਨਵਾਂ ਪ੍ਰਗਟ ਹੋਇਆ। ਇਹ ਸਾਰੀ ਸਮਝੋ ਟੋਲੀ ਦੀ ਟੋਲੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਨ ਆ ਗਏ। ਦੀਵਾਨ ਲੱਗਾ ਹੈ, ਤਪਦਿਆਂ ਹਿਰਦਿਆਂ ਨੂੰ ਸ਼ਾਂਤੀ ਪ੍ਰਦਾਨ ਕਰ ਰਹੇ ਹਨ ਮੇਰੇ ਸਤਿਗੁਰੂ ਜੀ। ਇਸ ਟੋਲੀ ਨੇ ਜਾ ਕੇ ਜਦੋਂ ਵੇਖਿਆ ਵੀ ਇਸ ਤਰ੍ਹਾਂ ਨਮਸਕਾਰ ਕਰਨੀ ਹੈ, ਸਾਰੀ ਟੋਲੀ ਨੇ ਜਾ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰ ਕੀਤੀ। ਹਜ਼ਾਰਾਂ ਜੀਵ ਨਮਸਕਾਰ ਕਰਕੇ ਤੁਰ ਜਾਂਦੇ ਸਨ, ਕੋਈ ਆ ਜਾਂਦਾ ਸੀ, ਕੋਈ ਤੁਰ ਜਾਂਦਾ ਸੀ, ਕਿਸੇ ਨਾਲ ਬੋਲਦੇ ਨਹੀਂ ਸਨ, ਪਰ ਇਹਨਾਂ ਦੇ ਹੁਣ ਭਾਰ ਜਾਗਣ ਲੱਗੇ। ਇਹਨਾਂ ਦਾ ਸਮਾਂ ਆ ਗਿਆ ਫਲ ਲੱਗਣ ਦਾ। ਜਦੋਂ ਟੋਲੀ ਨੇ ਆ ਕੇ ਨਮਸਕਾਰ ਕੀਤੀ, ਸੱਚੇ ਪਾਤਸ਼ਾਹ ਕਹਿੰਦੇ ਨੇ ਨੌਜਵਾਨਾਂ ਦੀ ਟੋਲੀ ਕਿੱਧਰੋਂ ਆਈ ਹੈ? ਕਹਿੰਦੇ ਨੇ ਸੱਚੇ ਪਾਤਸ਼ਾਹ, ਜੰਡੂ ਸਾਈਆਂ ਦਾ ਸਾਡਾ ਪਿੰਡ ਹੈ, ਅਸੀਂ ਦਰਸ਼ਨ ਮੇਲਾ ਕਰਨ ਆਏ ਹਾਂ। ਤੇ ਸਤਿਗੁਰ ਕਹਿੰਦੇ ਨੇ ਭਾਈ ਗੁਰਮੁਖ, ਫਿਰ ਨਾਨਕ ਨਾਮ ਜਹਾਜ਼ ਤੇ ਚੜ੍ਹ ਕੇ ਪਾਰ ਹੋ ਜਾਓ। ਇੱਕ ਨਾਨਕ ਨਾਮ ਜਹਾਜ਼ ਫਿਲਮ ਵੀ ਬਣੀ ਸੀ, ਉਹ ਬੜਿਆ ਵੇਖੀ ਸੀ, ਧੌਲੀਆਂ ਦਾੜੀਆਂ ਨਾਮ ਧਾੜੀਆਂ ਵੀ ਜਾ ਕੇ ਵੇਖੀ ਸੀ। ਨਾਨਕ ਨਾਮ ਜਹਾਜ ਸਾਰੇ ਐਵੇਂ ਹੀ ਬਣਾਇਆ ਸੀ, ਜਿਹੜਾ ਇੱਕ ਸਮਝੋ ਫਰਜ਼ੀ ਕੰਮ ਸੀ। ਉਸ ਜਹਾਜ਼ ਨੂੰ ਨਹੀਂ, ਇਹ ਨਾਨਕ ਨਾਮ ਜਹਾਜ਼ ਕਿਹੜਾ, ਇਹ ਨਾਮ ਦਾ ਜਹਾਜ਼ ਜਿਹੜਾ। ਸਤਿਗੁਰ ਆਖਿਆ ਬਈ ਨਾਨਕ ਨਾਮ ਜਹਾਜ਼ ਤੇ ਚੜ੍ਹ ਕੇ ਬਾਹਰ ਹੋ ਜਾਓ। ਲਹਿਣਾ ਸਿੰਘਾਂ ਦਾ ਗਰੀਬ ਨਿਵਾਜ ਅਜੇ ਜਵਾਨ ਆ, ਅਜੇ ਕੀ ਲੋੜ ਹੈ ਸਾਨੂੰ ਭਜਨ ਕਰਨ ਦੀ। ਕਹਿੰਦੇ ਨੇ ਨਿੱਕਿਆ ਹੁੰਦਿਆਂ ਡੰਗਰ ਚਾਰੇ, ਤੇ ਵੱਡਿਆ ਹੋਇਆ ਹਲ ਵਾਹਿਆ, ਤੇ ਬੁੱਢਿਆ ਹੋਇਆ ਫੜ ਲਈ ਮਾਲਾ, ਤੇ ਰੱਬ ਦਾ ਵੀ ਮਿਹਣਾ ਲਾਇਆ। ਕਹਿੰਦੇ ਨੇ ਹੁਣ ਤੇ ਖਾਣ ਪੀਣ ਦਾ ਵੇਲਾ ਸਾਡਾ, ਮੌਜ ਮੇਲੇ ਦਾ, ਚਾਰ ਦਿਹਾੜਾ ਰੰਗਲੀ ਦੁਨੀਆਂ ਦਾ ਮੌਜ ਮੇਲਾ ਵੇਖਣਾ, ਜਦੋਂ ਬੁੱਢੇ ਹੋਵਾਂਗੇ ਫੇਰ ਆਪੇ ਭਜਨ ਕਰ ਲਾਂਗੇ, ਕਿਹੜਾ ਵੇਲਾ ਹੈ ਭਜਨ ਕਰਨ ਦਾ। ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰਮੁਖੋ, ਗੱਲ ਇਹ ਹੈ ਜ਼ਰਾ ਉਪਾਵ ਨਾ ਹੋ ਬਈ, ਜ਼ਰਾ ਥੋੜਾ ਵੀ, ਜ਼ਰਾ ਉਪਾਵ ਨਾ ਹੋ ਬਈ, ਜ਼ਰਾ ਅਵਸਥਾ ਮਾ, ਜ਼ਰਾ ਮੀਨ ਬੁੜੇਪਾ, ਬੁੜੇਪੇ ਅਵਸਥਾ ਵਿੱਚ ਜ਼ਰਾ ਵੀ ਉਪਾਵ ਨਹੀਂ ਹੋਣਾ, ਭਵ ਸਾਗਰ ਕੇ ਤਰਨ ਕੋ ਤਰਨ ਅਵਸਥਾ ਆ, ਸੰਸਾਰ ਨੂੰ ਤਰਨ ਵਾਸਤੇ ਜਵਾਨੀ ਅਵਸਥਾ। ਜਦੋਂ ਜਵਾਨੀ ਦੇ ਵਿੱਚ ਇਨਸਾਨ ਗਰ ਜਵਾਨੀ ਤੋਬਾ ਕਰਦੇ ਖੇਵਾਏ ਮਹਿਕਮ ਬਣੀ, ਜੋ ਕੁਝ ਵੀ ਇਨਸਾਨ ਕਰ ਸਕਦਾ ਉਹ ਜਵਾਨੀ ਦੇ ਵਿੱਚ ਕਰ ਸਕਦਾ ਹੈ। ਬੱਚਾ ਉਹ ਅਜਾਣ ਹੁੰਦਾ, ਬੁੱਢਾ ਫਿਰ ਅਜਾਣਾ ਵਰਗਾ ਬਣ ਜਾਂਦਾ ਹੈ,
ਵਦਨੰ ਦਸ਼ਨ ਵਹੀਨੰ ਗਤਾ ਸ਼ਕਤੀ ਵਾਚਾਨਾ ਪਰਿਸੂਟਾ ਅਨਵਿਕੇਂਦ੍ਰਿਆ ਸ਼ਕਤੀ ਪੁਨਰਪਾਲਯ ਕਰਤਨ ਚਰਿਆ। ਬੱਚਾ ਇਹਦੇ ਵਾਂਗੂ ਇਨਸਾਨ ਕਰ ਦਿੰਦਾ ਹੈ, ਸਰੀਰ ਸ਼ਿਥਲ ਹੋ ਜਾਂਦਾ ਹੈ, ਸਫਤ ਪਤਾਲ ਕੀ ਬਾਣੀ ਹੋ ਜਾਂਦੀ ਹੈ, ਇੰਦਰੀਆਂ ਦਾ ਬਾਲ ਥੱਕ ਜਾਂਦਾ। ਕਹਿੰਦੇ ਨੇ ਗੁਰਮੁਖੋ, ਜੋ ਕੁਝ ਕਰਨਾ ਹੁੰਦਾ ਜਵਾਨੀ ਵਿੱਚ ਕਰਨਾ ਹੁੰਦਾ, ਤੇ ਜੇ ਜਵਾਨੀ ਵਿੱਚ ਨਾ ਕਰੋਗੇ ਤਾਂ ਬੁਢੇਪੇ ਵਿੱਚ ਕੁਝ ਨਹੀਂ ਹੁੰਦਾ, ਉਹਦਾ ਤਾਂ ਨਾ ਦਿਸਦਾ ਤੇ ਨਾ ਸੁਣੀਦਾ, ਕੁਝ ਵੀ ਨਹੀਂ ਹੁੰਦਾ ਉਸ। ਸਤਿਗੁਰਾਂ ਦੇ ਲਫ਼ਜ਼, ਸਾਫ਼ ਹੋ ਜਿਸ ਕੀ ਜ਼ਬਾਨ ਸ਼ਮਸ਼ੀਰ ਕੀ ਹਾਜਤ ਨਹੀਂ, ਸਾਫ਼ ਹੋ ਜਿਸ ਕੀ ਨਿਗਾਹ ਉਸੇ ਤੀਰ ਕੀ ਹਾਜਤ। ਨਾਨਕ ਨਦਰੀ ਨਦਰ ਨਿਹਾਲ, ਬਖਸ਼ਿਸ਼ ਕਰ ਦਿੱਤੀ, ਮਨ ਪ੍ਰੇਰ ਦਿੱਤਾ, ਹੱਥ ਜੋੜ ਕੇ ਖਲੋ ਗਿਆ ਗਰੀਬ ਨਵਾਜ, ਸਾਰਾ ਬਖਸ਼ਿਸ਼ ਪੇ ਸਾਡੇ ਦੇ ਪੇ, ਸਾਡਾ ਵੀ ਪਾਰ ਉਤਾਰਾ ਕਰ। ਸਾਰਿਆਂ ਨੇ ਭਜਨ ਪੁੱਛ ਲਿਆ, ਪੁੱਛਿਆ ਸਾਰਿਆਂ ਨੇ ਇਕੱਠਾ ਭਜਨ, ਪਰ ਸਾਰਿਆਂ ਨੂੰ ਰੰਗਣਬਾਦੀ ਚੜ ਗਈ ਮੀਆਂ ਸਿੰਘ। ਇਹਦਾ ਆਪ ਵਿਚਾਰ ਕਰ ਲਓ, ਕਿਉਂ ਰੰਗਣਬਾਦੀ ਚੜੀ? ਉਹਨਾਂ ਦੇ ਪਿਛਲੇ ਜਨਮ ਦਾ ਵੀ ਕਰਮ ਸੀ ਕੋਈ। ਹੁਣ ਅਸੀਂ ਦੇਖਣੇ ਆ ਸਾਧ ਸੰਗਤ ਜੀ, ਕਿਸੇ ਦੀ ਨੌਕਰੀ ਕਰਦੇ ਆ ਨਾ ਅਸੀਂ, 8 ਘੰਟੇ ਉਹਦੀ ਡਿਊਟੀ ਦੇਣੇ ਆ, 8 ਘੰਟੇ 8 ਘੰਟੇ ਡਿਊਟੀ ਦੇਣੇ ਆ, ਤੇ ਫਿਰ ਦਿਹਾੜੀ ਤੇ ਜਾ ਕੇ ਸਾਨੂੰ 12 ਰੁਪਈਏ ਮਿਲਦੇ ਨੇ ਜਾਂ 15 ਰੁਪਈਏ ਮਿਲਦੇ, ਤੇ 8 ਘੰਟੇ ਰੋਜ਼ ਉੱਥੇ ਡਿਊਟੀ ਦੇਣੇ ਆ, ਤੇ ਜੇ ਅਸੀਂ 8 ਘੰਟਿਆਂ ਵਿੱਚ ਉਹ ਨਾ ਡਿਊਟੀ ਦੇਈਏ ਤੇ ਉਹਨੇ ਸਾਡੇ ਪੈਸੇ ਕੱਟੇ ਜਾਂਦੇ ਹਨ, ਤੇ ਜਿੱਦਣ ਨਾ ਜਾਈਏ ਉਦੋਂ ਲੋਕਾਂ ਦੇ ਪੈਸੇ ਕੱਟੇ ਜਾਂਦੇ ਹਨ। ਤੇ ਇਹ ਹੁਣ ਤੁਸੀਂ ਵੇਖ ਲਓ, 8 ਘੰਟਿਆਂ ਨੂੰ ਦਿਨ ਰਾਤ ਦੀ ਡਿਊਟੀ ਦੇ ਕੇ ਤੇ ਇੰਨੇ ਕੁ ਪੈਸੇ ਮਿਲਦੇ ਨੇ, ਤੇ ਭਜਨ ਕਿੰਨੇ ਘੰਟੇ ਕਰਨੇ ਆ ਵੀ ਕਦੇ ਵੇਖ ਲਿਆ? ਜਿੰਨੇ ਘੰਟੇ ਭਜਨ ਕਰਾਂਗੇ ਨਾ ਉਨਾ ਹੀ ਸਾਡਾ ਹੋਣਾ। ਇਹ ਸਰੀਰ ਨੂੰ ਇੱਕ ਪੰਕਤੀ ਆਉਂਦੀ ਹੈ, ਪਵਨ ਮਾਰ ਮਨ ਜਾਪ ਕਰੇ, ਪਵਨ ਮਾਰ ਮਰ ਜਾਪ ਕਰੇ। ਇੱਥੇ ਹੁਣ ਮਾਰ ਨਾਮ ਆ ਗਿਆ, ਆਹ ਪਵਨ, ਪਵਨ ਮਰਦੀ ਕਿਸ ਤਰ੍ਹਾਂ ਹੈ? ਪਵਨ ਮਰ ਨਹੀਂ ਸਕਦੀ, ਪਵਨ ਪਾਣੀ ਅਗਨੀ ਬਿਸਰਾਓ, ਇਹ ਵੀ ਇੱਕ ਪੰਕਤੀ ਆਉਂਦੀ ਹੈ, ਪਵਨ ਪਾਣੀ ਅਗਨੀ, ਇਹ ਰਜੋ ਤਮੋ ਸਤੋ ਤਿੰਨੇ ਗੁਣ ਹਨ। ਪਵਨ ਸਤੋ ਗੁਣ ਹੈ, ਪਾਣੀ ਰਜੋ ਗੁਣ ਹੈ, ਅਗਨੀ ਤਮੋ ਗੁਣ ਹੈ। ਕਹਿੰਦੇ ਨੇ ਇਹਦਾ ਮਤਲਬ ਕੀ, ਵਿਸਰਾਓ, ਇਹਨਾਂ ਨੂੰ ਵਿਸਾਰ ਦਿਓ, ਭਾਵ ਜਿਹੜੀ ਤੇਰੀ ਕਾਮ ਕ੍ਰੋਧ ਪੰਜ ਭੂਤਕ ਜਿਹੜੀ ਦੇਹ ਹੈ ਨਾ, ਇਹਦਾ ਅਹੰਕਾਰ ਵਿਸਾਰ ਕੇ, ਤੇ ਪਵਨ ਮਾਰ, ਪਵਨ ਦਾ ਮਤਲਬ ਹੈ ਇੱਥੇ ਸਵਾਸ, ਕੀ ਮਤਲਬ ਹੈ, ਮਰਦੇ ਨਹੀਂ ਸਵਾਸ। ਜਿਸ ਤਰ੍ਹਾਂ ਰਾਤੀ ਉੱਤੇ ਵਿਚਾਰ ਹੋ ਰਹੀ ਸੀ ਨਾ, ਆਹਦੇ ਨੇ ਮਨ ਮਾਰਨਾ ਪਏ, ਕਿਕੂ ਮਨ ਮਰ ਸਕਦਾ? ਇਹਦੇ ਤੇ ਫਿਰ ਮੈਂ ਕਦੀ ਅਰਜ਼ ਕਰਾਂਗਾ, ਮਾਰ ਦਾ ਮਤਲਬ ਦਾ ਹੈ ਮਨ, ਕਿ ਮਨ ਨੂੰ ਵਸ਼ੀਕਾਰ ਕਰਨਾ ਹੈ, ਇਹਦੇ ਬੁਰੇ ਫੁਰਦੇ ਮਾਰਦੇ ਹਨ। ਇੱਥੇ ਵੀ ਇਹ ਮਤਲਬ ਹੈ ਪਵਨ ਮਾਰ, ਸਵਾਸ ਜਿਹੜੇ ਨੇ ਤੁਹਾਡੇ, ਪਵਨ ਦਾ ਮਤਲਬ ਹੈ ਸਵਾਸ, ਸਵਾਸ ਜੇ ਮਾਰ ਦਈਏ ਤੇ ਫਿਰ ਇਨਸਾਨ ਮਰ ਜਾਂਦਾ, ਪਰ ਕਹਿੰਦੇ ਨੇ ਇੱਥੇ ਸਵਾਸ ਰੋਕ ਕੇ, ਪਵਨ ਮਾਰ ਮਨ ਜਾਪ ਕਰੈ, ਉਹ ਜਿਹੜਾ ਸਵਾਸ ਨਾ ਤੇਰੇ, ਇਹਨਾਂ ਰੋਕ ਕੇ ਟਿਕਾ ਕੇ ਤੇ ਇਕਾਗਰ ਜਿਤ ਹੋ ਕੇ, ਤੇ ਫਿਰ ਭਗਵਾਨ ਦਾ ਸਿਮਰਨ ਕਰਨੇ ਕਹਿੰਦੇ, ਤਾਂ ਜਾ ਕੇ ਪਾਓ ਤੈਨੂੰ ਕੋਈ ਆਨੰਦ ਆਏਗਾ। ਸੋ ਸਾਧ ਸੰਗਤ ਜੀ, ਇਹ ਪਿਛਲਿਆਂ ਜਨਮਾਂ ਦਾ ਵੀ ਕਰਮ ਹੁੰਦਾ, ਨਾਲ ਇੱਕ ਵੱਡੀ ਗੱਲ ਹੋਰ ਹੋ ਜਾਂਦੀ ਆ, ਜਾਂ ਵੀ ਪਿਛਲਿਆਂ ਜਨਮਾਂ ਦਾ ਕਰਮ ਹੋਏ ਕੋਈ, ਇਹ ਬਖਸ਼ਿਸ਼ ਜਿਹੜੀ ਉਹ ਸਾਰ ਨਾਲ ਵੱਡੀ ਹੋ ਜਾਂਦੀ, ਜੇ ਸਾਨੂੰ ਕੋਈ ਬਖਸ਼ਿਸ਼ ਹੋ ਜਾ, ਉਹ ਉਦੋਂ ਵੀ ਗਾਹ ਲੰਘ ਜਾਂਦੇ ਨੇ, ਬਖਸ਼ਿਸ਼ ਵਾਲੇ ਜਿਹੜੇ ਨੇ ਉਹ ਕਰਮਾਂ ਵਾਲੇ ਨੂੰ ਵੀ ਅੱਗੇ ਲੰਘ ਜਾਂਦੇ। ਇਹਨਾਂ ਤੇ ਥੋੜੀ ਬਖਸ਼ਿਸ਼ ਹੋ ਗਈ, ਕਰਮ ਇਹਦੇ ਚੰਗੇ ਸਨ, ਇਹਨਾਂ ਨੂੰ ਸਾਰਿਆਂ ਨਾਲ ਬਹੁਤੀ ਲੰਘਣ ਚੜ ਗਈ ਮੀਆਂ ਸਿੰਘ। ਇਹ ਹੁਣ ਘਰ ਆ ਗਏ ਨੇ, ਐਨ ਮਸਤ ਰਹਿੰਦੇ ਹਨ, ਸ਼ਾਮ ਨੂੰ ਗੁਰਦੁਆਰੇ 'ਚ ਚਲੇ ਜਾਂਦੇ ਹਨ, ਹੱਥ ਖਲੋ ਕੇ ਆਰਾਮ ਦਿੰਦੇ ਨੇ, ਕਿਸੇ ਨੂੰ ਕੱਪੜੇ ਦੀ ਲੋੜ ਹੋਏ, ਕਿਸੇ ਨੂੰ ਰੋਟੀ ਦੀ ਲੋੜ ਹੋਏ, ਤੇ ਦਾਸ ਹਾਜ਼ਰ ਹੈ।
ਸੱਤਿਆ ਸਾਧਾ ਨੂੰ ਜਾ ਕੇ ਘੁੱਟਣ ਲੱਗ ਪੈਣਾ ਸੇਵਾ ਕਰਨੀ। ਇਸੇ ਤਰ੍ਹਾਂ ਦਾ ਉਹਨਾਂ ਦਾ ਮਨ ਬਣ ਗਿਆ। ਕੁਦਰਤੀ ਇਹਨਾਂ ਦੀ ਪੱਤੀ ਦਾ ਲੰਬੜਦਾਰ ਮਰ ਗਿਆ। ਜਦੋਂ ਲੰਬੜਦਾਰ ਮਰ ਗਿਆ ਤੇ ਸੰਤ ਜੀ ਮੈਂ ਤੁਹਾਨੂੰ ਦੇਖੋ ਇੱਕ ਗੱਲ ਹੈ, ਇਹ ਸਰਦਾਰ ਹਰਵਿੰਦਰ ਸਿੰਘ ਵਿੱਚ ਮੇਰੇ ਸਾਹਮਣੇ ਵੀ ਗੱਲ ਆ ਗਈ, ਇਹਨਾਂ ਦੇ ਸਤਿਗੁਰਾਂ ਦੀ ਕਿਰਪਾ ਨਾਲ ਹੀ ਇਹ ਜਿਹੜੇ ਅਗਾਂਹ ਹੋਏ ਨੇ ਨਾ ਐਮ ਪੀ ਬਣੇ ਨੇ, ਸਤਿਗੁਰਾਂ ਦੀ ਕਿਰਪਾ ਨਾਲ ਹੋਏ ਨੇ, ਕੋਈ ਇਲੈਕਸ਼ਨ ਨਹੀਂ ਹੋਈ, ਸਤਿਗੁਰਾਂ ਦੀ ਕਿਰਪਾ ਨਾਲ ਹੋਏ ਨੇ। ਹੁਣ ਮੈਨੂੰ ਇੰਨਾ ਇਹ ਪਤਾ ਤੇ ਨਹੀਂ ਉਹਨਾਂ ਗੱਲਾਂ ਦਾ, ਕਹਿੰਦੇ ਨੇ ਕੋਈ ਯੂਆਂ ਦੇ ਵਿੱਚ ਕੋਈ ਸਰੀਰ ਜਾਣੇ ਹਨ, ਤੇ ਉੱਥੇ ਇਹ ਪਤਾ ਨਹੀਂ ਵੀ 1300 ਕਿ 1400 ਦਰਖਾਸਤ ਗਈ ਸੀ ਇੰਦਰਾ ਕੋਲ ਵੀ ਸਾਨੂੰ ਉੱਥੇ ਕਿੰਨੇ ਜੀ 300-400 ਆ ਮੈਨੂੰ ਦੱਸੀ ਜਾਇਆ ਨਾਲ ਇਹਨਾਂ ਗੱਲਾਂ ਦਾ ਮੈਨੂੰ ਘੱਟ ਪਤਾ। ਇਹਨੀ ਦਰਖਾਸਤ ਸੀ ਜੀ ਸਾਨੂੰ ਕੱਲੋ ਤੇ ਸਾਨੂੰ ਕੱਲੋ ਉੱਥੇ, ਇਹਨਾਂ ਨੇ ਦਰਖਾਸਤ ਵੀ ਕੋਈ ਨਹੀਂ ਸੀ ਦਿੱਤੀ, ਇਹਨਾਂ ਦੇ ਘਰ ਚਿੱਠੀ ਆ ਗਈ ਵੀ ਤੁਸੀਂ ਉੱਥੇ ਜਾਣਾ। ਇਹਦਾ ਕਿਆ ਮਤਲਬ ਹੈ? ਇਹਦਾ ਮਤਲਬ ਹੈ ਪਿੱਛੋਂ ਬਖਸ਼ਿਸ਼ ਹੈ। ਇਹ ਪਿਛਲੇ ਇਹ ਲੀਡਰੀ ਕਈ ਤੇ ਆਉਂਦੇ ਨੇ ਸਾਨੂੰ ਮਿਲ ਜਾ ਫਿਰ ਅਸੀਂ ਐਸੇ ਚਪੜੇ, ਆ ਜਿੰਨਾ ਰੌਲਾ ਜਿਹਾ ਸਿਰਫ ਕੁਰਸੀਆਂ ਦਾ ਜੀ, ਨਹੀਂ ਜਾਂ ਛੱਡਦੇ ਲੋਕੀ ਕੁਰਸੀਆਂ, ਪਰ ਜਿਹੜਾ ਛੱਡਦੇ ਦਾ ਤਿਆਗ ਕਰਦੇ ਦਾ ਉਹ ਸਮਝੀ ਅੱਗੇ ਨਿਕਲ ਜਾਂਦਾ। ਇਹ ਲੀਡਰੀ ਐਸੀ ਸਵਾਦਲੀ ਹੁੰਦੀ ਹੈ, ਇਹਦੇ ਭਾਵੇਂ ਸਿਰੋਂ ਸਿਰ ਵੀ ਪਾਇਆ ਤੇ ਫਿਰ ਵੀ ਸਿਰਗਾਂ ਹੀ ਡਾਈ ਜਾਈਦਾ ਵੀ ਪਿਛਾ ਨਾ ਹੋਈਏ। ਪਰ ਜਿਹੜਾ ਇਹਨੂੰ 12 ਸੰਤ ਕਹਿੰਦੇ ਹੁੰਦੇ ਸਨ, ਮਾਇਆ ਜਿਹੜੀ ਹੁੰਦੀ ਹੈ ਨਾ ਉਹ 12 ਵਾਂਗ ਹੁੰਦੀ ਹੈ, ਇੱਧਰ ਉਹ 12 ਹੁੰਦੇ ਸਨ ਨਾ, ਉਹ ਖੂਹ ਚੋਂ ਕੱਢਦੇ ਹੁੰਦੇ ਸਨ, ਉਹਨੂੰ ਇਸ ਤਰ੍ਹਾਂ ਕੀ ਕਰਨਾ ਜਦੋਂ ਖਿੱਚਣਾ ਨਾ ਉਹ ਭਾਰਾ ਬੜਾ ਹੁੰਦਾ ਸੀ, ਉਹ ਜਦੋਂ ਨੇੜੇ ਆਉਣਾ ਨਾ ਉਹਨੂੰ ਠੁੱਡ ਮਾਰਨਾ, ਜਦੋਂ ਉਹਨੂੰ ਠੁੱਡ ਮਾਰਨਾ ਉਹਨੇ ਪਰਾ ਹੋ ਜਾਣਾ, ਤੇ ਭਾਰਾ ਬੜਾ ਹੁੰਦਾ ਸੀ ਨਾ ਠੁੱਡ ਮਾਰਨਾ, ਇੱਕ ਵਾਰੀ ਤਾਂ ਪਰਾ ਜਾਣਾ ਪਰ ਫਿਰ ਨੇੜੇ ਆ ਜਾਣਾ ਤੇ ਉਹਨੂੰ ਉਹਨਾਂ ਚਿੱਟ ਕੇ ਬਾਹਰ ਤਾਂ। ਜਦੋਂ ਇਹਨੂੰ ਇਹ ਛੱਡ ਜਾਈਏ ਠੁੱਡ ਮਾਰ ਜਾਈਏ ਫਿਰ ਆਪੇ ਮਗਰ ਪਿੱਛੇ ਆਉਂਦੀ ਹੈ। ਉਹਨਾਂ ਦੀ ਪੱਤੀ ਦਾ ਲੰਬੜਦਾਰ ਮਰ ਗਿਆ, ਸਾਰੇ ਚਾਹੁਣ ਪਏ ਮੈਨੂੰ ਲੰਬੜਦਾਰੀ ਮਿਲ ਜਾਏ, ਪਰ ਸੰਤਾਂ ਦੇ ਮਨ ਵਿੱਚ ਨਹੀਂ ਆਇਆ ਵੀ ਮੈਨੂੰ ਲੰਬੜਦਾਰੀ ਹੈ। ਸਾਰਿਆਂ ਨੇ ਦਰਖਾਸਤਾਂ ਦੇ ਦਿੱਤੀਆਂ ਜੀ ਮੈਨੂੰ ਲੰਬੜਦਾਰੀ ਚਾਹੀਦੀ ਹੈ, ਜੀ ਮੈਨੂੰ ਲੰਬੜਦਾਰੀ ਚਾਹੀਦੀ ਹੈ। ਚਾਰਕੋਟ ਜ਼ਿਲ੍ਹਾ ਸੀ, ਜਿੱਦਣ ਚੱਲੇ ਨਾ ਕਮਿਸ਼ਨਰ ਦੇ ਸਾਹਮਣੇ ਤੇ ਆਉਂਦੇ ਨੇ ਮੀਆਂ ਸਿਆਹ ਚੱਲ ਤੂੰ ਵੀ ਕੋਰੇ ਤੈਨੂੰ ਲੰਬੜਦਾਰੀ ਮਿਲ ਜਾ, ਪਿਕਚਰ ਕੀਤੀ ਗਈਆਂ ਨੇ। ਉਹ ਕਹਿੰਦਾ ਮੈਂ ਤੇ ਦਰਖਾਸਤ ਹੀ ਨਹੀਂ ਕੀਤੀ ਤੇ ਮੈਨੂੰ ਲੰਬੜਦਾਰੀ ਕਿੱਥੋਂ ਮਿਲ ਜਾਏਗੀ। ਆਹ ਚੱਲ ਤਾਂ ਸਹੀ ਤੂੰ, ਉਹਨਾਂ ਦਾ ਪ੍ਰੇਰਿਆ ਇਹਨਾਂ ਵੀ ਮਾਲਾ ਫੜ ਲਈ ਤੇ ਨਾਲ ਤੁਰੇ ਗਿਆ। ਜਿਸ ਵੇਲੇ ਜਾ ਕੇ ਕਮਿਸ਼ਨਰ ਦੇ ਸਾਹਮਣੇ ਆਇਆ ਜਿਹੜਾ ਬੜਾ ਬੜਾ ਜਿਹਾ ਲੋਕ ਸੀ, ਇਹਨਾਂ ਦੀਆਂ ਦਰਖਾਸਤਾਂ ਸਾਰੀਆਂ ਨੇ ਵੇਖੀਆਂ, ਵੇਖ ਵੇਖ ਕੇ ਸਾਰੀਆਂ ਦੇ ਕਹਿੰਦਾ ਕੋਈ ਹੋਰ ਵੀ ਹੈ ਦਰਖਾਸਤ ਭਾਈ? ਉਹ ਕਹਿੰਦੇ ਨੇ ਜੀ ਦਰਖਾਸਤ ਤੇ ਕੋਈ ਨਹੀਂ, ਪਰ ਆਹ ਇੱਕ ਜਿਹੜਾ ਸਾਧੂ ਜਿਹਾ ਨਾ ਮੀਆਂ ਸਿੰਘ, ਇਹ ਕਦੇ ਕਿਸੇ ਦਾ ਬੁਰਾ ਨਹੀਂ ਤੱਕਦਾ, ਸਾਰਿਆਂ ਦਾ ਭਲਾ ਕਰਦਾ, ਅੰਮ੍ਰਿਤ ਵੇਲੇ ਇਸ਼ਨਾਨ ਕਰਦਾ, ਗਰੀਬ ਦੀ ਮਦਦ ਕਰਦਾ, ਝੂਠ ਨਹੀਂ ਬੋਲਦਾ, ਤੇ ਬੜਾ ਹੀ ਸਾਹੂ ਆਦਮੀ ਹੈ। ਇਹਦੀ ਦਰਖਾਸਤ ਤੇ ਭਾਵੇਂ ਨਹੀਂ ਪਰ ਇਹ ਹੈ ਸਾਡੇ ਨਾਲੋਂ ਸਾਰਿਆਂ ਨਾਲੋਂ ਚੰਗਾ ਜੀ। ਤੇ ਉਹ ਕਮਿਸ਼ਨਰ ਆਉਂਦਾ ਸਾਧਾ ਤੂੰ ਵੀ ਦਰਖਾਸਤ ਲਿਆ ਲਿਖਾ ਕੇ, ਤੇ ਕਹਿੰਦਾ ਜੀ ਮੇਰੇ ਕੋਲ ਤੇ ਪੈਸੇ ਹੀ ਹੈ ਨਹੀਂ ਦਰਖਾਸਤ ਲਿਖਾਉਣ ਵਾਸਤੇ, ਮੇਰੇ ਕੋਲ ਪੈਸੇ ਨਹੀਂ ਜਿਹੜਾ ਮੈਂ ਕਾਗਜ਼ ਲਵਾਂ। ਇਹਨਾਂ ਨੇ ਆਪਣੇ ਪੜਾਵਸੀ ਨੂੰ ਆਖਿਆ ਜਾ ਕਾਗਜ਼ ਲੈ ਕੇ ਤੇ ਦਰਖਾਸਤ ਲਿਖ ਲਿਆ ਤੇ ਮੈਂ ਦਸਤ ਕਹਾ ਕੇ ਸਾਈਨ ਕਰਕੇ ਲੰਬੜਦਾਰੀ ਇਹਨੂੰ ਦੇ ਦਿਆਂਗਾ। ਸਾਹਿਬ ਹੱਥ ਵਡਿਆਈਆਂ ਜੈ ਭਾਵੇਂ, ਕਹਿੰਦੇ ਨੇ ਦਾਤੀ ਸਾਹਿਬ ਸੰਧੀਆਂ, ਕਿਆ ਚੱਲਾ ਕਿਸ ਨਾਲ, ਇੱਕ ਜਗ੍ਹਾ ਦੇ ਨਾਲ ਹਨ ਤੇ ਇੱਕ ਸੁੱਤਿਆਂ ਦੇ, ਉਹਦੇ ਹੱਥੇ ਦਾਤ ਸੁੱਤਿਆਂ ਦੇ ਠਾਲ ਦਾ ਵੀ ਵੇਖ ਲਓ, ਹੁਣ ਸੁੱਤੇ ਨੂੰ ਉਠਾ ਕੇ ਉੱਥੇ ਲੈ ਗਿਆ ਸਨ ਤਾਂ ਹੀ ਮਿਲੀ ਸੀ, ਜੇ ਪਿੰਡ ਰਹਿੰਦੇ ਤਾਂ ਨਹੀਂ ਸੀ ਨਾ ਮਿਲਦੀ। ਸੁੱਤਿਆਂ ਦਾ ਠਾਲ ਦਾ ਇਹ ਹੁੰਦਾ ਕਿ ਸਾਧ ਸੰਗਤ ਆ ਗਏ ਨੇ ਕੋਈ ਸਰੀਰ, ਇੱਥੇ ਆ ਕੇ ਕਈ ਬਾਹਲਾ ਪ੍ਰੇਮ ਨਾਲ ਸੌਂ ਰਹਿੰਦੇ ਨੇ, ਡੇਢ ਡੇਢ ਘੰਟਾ ਚੰਗਾ ਆਨੰਦ ਲੈਂਦੇ ਨੇ ਇੱਥੇ ਆਸਾ ਦੀਵਾਰ 'ਚ ਵੀ ਤੇ ਨਿਤਨੇਮ 'ਚ ਵੀ ਵਾਹਵਾ ਸਮਝੋ ਸੌਂ ਰਹਿੰਦੇ ਨੇ, ਨਿਤਨੇਮ ਜੂ ਕਰਦੇ ਹੋਏ ਪਾਉ ਇੱਥੇ ਫਿਰ ਵੀ ਚੰਗੇ ਨੇ। ਇਹਦਾ ਮਤਲਬ ਕੀ? ਕਹਿੰਦੇ ਨੇ ਹੁਣੇ ਜੇ ਜਦੋਂ ਭੋਗ ਪੈ ਜਾਏਗਾ ਨਾ ਤੇ ਤਣਾਅ ਵਰਤੇਗਾ,
ਜਦੋਂ ਕਰਾਫ ਸ਼ਲ ਵਰਤੇਗਾ ਨਾ ਤੇ ਸਾਰੇ ਲੈ ਲੈਣਾ। ਉਹ ਸੁੱਤਾ ਜਿਹੜਾ ਹੈ ਤੇ ਉਹਨੂੰ ਰੱਖਣਗੇ। ਉੱਠੇ ਆ ਗਈ ਕਰਾਫ ਹਰਸ਼ਾ ਤਾਂ ਜੇ ਇੱਥੇ ਨਾ ਸੁੱਤਾ ਗਾ ਜਿਹੜਾ ਲਾਟੋ ਸੁੱਤਾ ਆ ਉਹਨੂੰ ਨਹੀਂ ਜੇ ਮਿਲਣਾ ਇੱਥੋਂ ਸੁੱਤੇ ਨੂੰ ਮਿਲ ਜਾਣਾ। ਇੱਥੇ ਜਿਹੜਾ ਇੱਥੇ ਸੁੱਤਾ ਉਹਨੂੰ ਫੇਰ ਵੀ ਸਮਝੋ ਕੁਝ ਨਾ ਕੁਝ ਦੂਜੇ ਨਾਲ ਭਾੜਾ ਹੋ ਜਾਏਗਾ। ਇੱਥੇ ਚੰਗਾ ਕੰਮ ਹੈ। ਉਹ ਦਾਤ ਕਿਹਨੂੰ ਮਿਲਦੀ ਸੀ? ਉਹ ਸੰਤਾ ਮੀਆਂ ਸਰਾਂ ਨੂੰ ਮਿਲਣਾ ਸੀ। ਉਹਨਾਂ ਆਖਣਾ ਆਖਿਆ ਲੰਬੜਦਾਰੀ ਮੀਆਂ ਸਰਾਂ ਦੇ ਨਾਂ ਲਾ ਦਿੱਤਾ। ਲੰਬੜਦਾਰੀ ਲੈ ਕੇ ਪਿੰਡ ਆ ਗਿਆ। ਤਿੰਨ ਚਾਰ ਮੀਲ ਤੇ ਉੱਥੇ ਤਹਿਸੀਲ ਸੀ। ਤਹਿਸੀਲਦਾਰ ਇੱਕ ਦਿਨ ਆਉਂਦਾ ਲੰਬੜਦਾਰ ਜੀ ਇੱਕ ਤੂੜੀ ਦੀ ਪੰਡ ਤੇ ਭੇਜ ਦਿਓ ਜੀ, ਕਿਸੇ ਕਮੀ ਦੇ ਸਿਰ ਤੇ ਚੁਕਾ ਕੇ ਤੂੜੀ ਭੇਜ ਦਿਓ ਜੀ। ਕਹਿੰਦੇ ਜੀ ਭੇਜ ਦੀ ਆ ਗਈ। ਲੰਬੜਦਾਰ ਜੀ ਜਿਉਂ ਪਿੰਡ ਦੁਆਲੇ ਫਿਰਨ ਲੱਗੇ, ਫਿਰਦਿਆਂ ਫਿਰਦਿਆਂ 10-11 ਵੱਜ ਗਿਆ ਤੇ ਗਰਮੀ ਦੀ ਰੁੱਤ ਸੀ। ਅਖੀਰ 10 ਵਜੇ ਨਾ ਸਿਰ ਤੇ ਆਪ ਹੀ ਪੰਡ ਚੁੱਕ ਲਈ ਤੂੜੀ ਦੀ ਤੇ ਤਹਿਸੀਲਦਾਰ ਤਹਿਸੀਲ ਨੂੰ ਤੁਰ ਪਈ। ਉਦੋਂ ਟਾਂਗੇ ਹੁੰਦੇ ਸਨ, ਹੁਣ ਤੇ ਉਹ ਨਹੀਂ ਨਾ ਗੱਲਾਂ। ਉਦੋਂ ਤਹਿਸੀਲਦਾਰਾਂ ਦਾ ਟਾਂਗਾ ਬੜਾ ਬੋਲਿਓ ਬੋਲਿਓ ਟਾਂਗੇ ਤੇ ਚੜ ਕੇ ਆਇਆ ਤਹਿਸੀਲਦਾਰ। ਉਹ ਤਹਿਸੀਲਦਾਰ ਟਾਂਗੇ ਤੇ ਚੜ੍ਹ ਨਹੀਂ ਲੱਗਾ ਸੀ ਕਿ ਇੱਧਰ ਲੰਬੜਦਾਰ ਉਹਨਾਂ ਨੇ ਸਿਰ ਤੇ ਪੰਡ ਚੁੱਕੀ। ਉਹਨਾਂ ਵੀ ਵੇਖ ਲਿਆ ਵੀ ਲੰਬੜਦਾਰ ਹੀ ਚੁੱਕੀ ਆਉਂਦਾ ਪੰਡ। ਪੰਡ ਆਉਂਦੇ ਨੇ, ਲਓ ਤਹਿਸੀਲਦਾਰ ਜੀ ਆ ਤੁਸੀਂ ਹੁਕਮ ਕੀਤਾ ਸੀ ਮੈਂ ਤੁਹਾਨੂੰ ਪੰਡ ਤੂੜੀ ਦੀ ਲਿਆ ਦਿੱਤੀ। ਤਹਿਸੀਲਦਾਰ ਕਹਿੰਦਾ ਲੰਬੜਦਾਰਾ ਤੂੰ ਕਿਸੇ ਕੰਮੀ ਦੇ ਸਿਰ ਤੇ ਚੁਕਾ ਕੇ ਗੱਲ ਦੇ ਗਈ ਸੀ। ਕਹਿੰਦਾ ਤਹਿਸੀਲਦਾਰਾ ਕੰਮੀ ਕੰਮ ਕਰਨ ਵਾਲੇ ਨੂੰ ਆਉਂਦੇ ਨੇ, ਮੈਂ ਹੀ ਕੰਮੀ ਕੰਮ ਕਰਨ ਵਾਲਾ ਬਣ ਗਿਆ, ਮੈਂ ਕੰਮ ਕੀਤਾ ਤੇਰਾ ਲਿਆ ਦਿੱਤਾ। ਕਹਿੰਦੇ ਨੇ ਉਹ ਕੋਈ ਮਾੜਾ ਬੰਦਾ ਜਿਹੜਾ ਤੇਰੇ ਤੋਂ ਸੀ ਉਹਦੇ ਤੇ ਤੂੰ ਸਿਰ ਤੇ ਚੁਕਾ ਕੇ ਧਰਦੇ ਵੀ ਸੀ। ਕਹਿੰਦਾ ਲੰਬੜਦਾਰਾ ਉਹ ਮੈਂ ਦੁਪਹਿਰ ਤੱਕ ਫਿਰਦੇ ਆ ਰਿਹਾ ਪਿੰਡ ਦੁਆਲੇ ਨੌ ਦਾ ਮੀਆਂ ਸੁਰ ਆਖਿਆ ਤਹਿਸੀਲਦਾਰਾ ਮੈਂ ਪਿੰਡ ਦੇ ਦੁਆਲੇ 9-10 ਵਜੇ ਤੱਕ ਫਿਰਦਾ ਰਿਹਾ, ਉਹ ਮੈਨੂੰ ਕੋਈ ਮਾੜਾ ਲੱਭਾ ਨਹੀਂ। ਅਖੀਰ ਮੈਨੂੰ ਇਹ ਹੀ ਪਤਾ ਲੱਗਾ ਵੀ ਮੈਂ ਹੀ ਸਾਰਿਆਂ ਤੋਂ ਮਾੜਾ, ਇਸ ਵਾਸਤੇ ਮੈਂ ਹੀ ਪੰਡ ਚੁੱਕਿਆ। ਇੱਥੇ ਔਰਤ ਮਰਦਾਂ ਸਾਂਝੇ ਇਹ ਸਭ ਰੂਪ ਹਮਾਰੇ, ਕਬੀਰ ਪੂੰਗਰਾ ਰਾਮ ਅੱਲਾ ਕੋ ਤੇ ਸਭ ਗੁਰ ਪੀਰ ਹਮਾਰੇ। ਤਹਿਸੀਲਦਾਰ ਨੇ ਉਹਦੀ ਪੈਰੀ ਹੱਥ ਲਾਇਆ, ਕਹਿੰਦਾ ਵਾ ਮੈਂ ਤੇਰੇ ਤੋਂ ਵੀ ਕੁਰਬਾਨ ਜਾਣਾ ਤੇ ਤੇਰੇ ਸਤਿਗੁਰ ਤੋਂ ਵੀ ਕੁਰਬਾਨ ਜਾਣਾ, ਜਿਸ ਤਰ੍ਹਾਂ ਦੇ ਜਿਸ ਨੇ ਤੈਨੂੰ ਇਸੇ ਤਰ੍ਹਾਂ ਦੀ ਬੁੱਧੀ ਬਖਸ਼ੀ। ਉਹਨੇ ਲਿਖ ਦਿੱਤਾ ਲੰਬੜਦਾਰ ਨੂੰ ਅੱਗੇ ਵਾਸਤੇ ਕੋਈ ਵੰਗਾਰ ਨਾ ਪਾਏ, ਥਾਣੇਦਾਰ ਇੱਕ ਆ ਗਿਆ। ਰੁੱਤ ਗਰਮੀ ਦੀ ਥਾਣੇਦਾਰ ਆਉਂਦਾ, ਲੰਬੜਦਾਰਾ ਇੱਕ ਘੜਾ ਚਾਹੀਦਾ ਕੋਰਾ। ਅੱਜ ਕੱਲ੍ਹ ਤੇ ਫਰਿੱਜਾਂ ਹੁੰਦੀਆਂ ਨੇ ਨਾ, ਉਹਨਾਂ 'ਚ ਪਾਣੀ ਉਦੋਂ ਕੋਰੇ ਹੀ ਘੜੇ ਹੁੰਦੇ ਸਨ। ਘੜਾ ਚਾਹੀਦਾ ਜਰਾ, ਇੱਥੇ ਤੁਸੀਂ ਇੱਥੇ ਥਾਣੇ 'ਚ ਰੱਖ ਛੱਡਾਂਗੇ ਤੇ ਪਾਣੀ ਪੀਆਂ ਕਰਾਂਗੇ। ਕਹਿੰਦੇ ਨੇ ਜੀ ਕੋਈ ਨਹੀਂ ਆ ਜਾਏਗਾ। ਅਗਲੇ ਦਾ ਲੰਬੜਦਾਰ ਸਾਰਿਆਂ ਨੇ ਭਰਿਆ ਘੜਾ ਪਾਣੀ ਦਾ ਤੇ ਥਾਣੇਦਾਰ ਦੇ ਕੋਲ ਲੈ ਗਿਆ। ਥਾਣੇਦਾਰਾਂ ਦਾ ਲੰਬੜਦਾਰਾ ਐਡਾ ਤੇਰਾ ਰੋਬ ਦੁੱਪੇ ਦਾ ਲੰਬੜਦਾਰ, ਤੂੰ ਕਿਸੇ ਦੇ ਹੱਥ ਘੱਲ ਦੇਣਾ ਸੀ? ਕਹਿੰਦਾ ਹਾਂ ਮੇਰੇ ਸਤਿਗੁਰੂ ਦਾ ਹੁਕਮ ਹੈ ਜਦੋਂ ਸਰੀਰ ਵਿੱਚ ਸੱਤਿਆ ਹੋਏ ਤੇ ਕਿਸੇ ਕੋਲੋਂ ਕੰਮ ਨਾ ਕਰਾਓ, ਜਿੰਨਾ ਹੋ ਸਕੇ ਆਪ ਹੀ ਕੰਮ ਕਰ। ਥਾਣੇਦਾਰ ਨੇ ਉੱਠ ਕੇ ਉਹਦੀ ਪੈਰੀਂ ਹੱਥ ਲਾਇਆ, ਕਹਿੰਦਾ ਜੇ ਇਸੇ ਤਰ੍ਹਾਂ ਦਾ ਤੇਰਾ ਸਤਿਗੁਰ ਜਿਸ ਨੇ ਤੈਨੂੰ ਬੁੱਧੀ ਦਿੱਤੀ ਹੋਈ ਹੈ ਤੇ ਮੇਰੇ 'ਤੇ ਵੀ ਬਖਸ਼ਿਸ਼ ਕਰ, ਇਹੋ ਜਿਹਾ ਸਤਿਗੁਰ ਦਾ ਸਿੱਖ ਮੈਨੂੰ ਵੀ ਬਣਾ ਦੇ। ਉਹ ਸੰਤ ਮੀਆਂ ਸਿੰਘ ਜੀ ਉਹਨਾਂ ਦੀ ਇੰਨੀ ਬਿਰਤੀ ਉੱਤੇ ਚੜ੍ਹ ਗਈ। ਇੱਕ ਸਮੇਂ ਦਾ ਇਸੇ ਤਰ੍ਹਾਂ ਦਾ ਜ਼ਿਕਰ ਲਿਖਿਆ ਕਿ ਇੱਕ ਵਸਾਵਾ ਸਿੰਘ ਦੁਆਬੇ ਦਾ ਮਸਤਾਨਾ ਸੀ, ਉਹ ਇਹਨਾਂ ਦੇ ਘਰ ਆ ਗਿਆ। ਸੰਤਾਂ ਨੇ ਨਮਸਕਾਰ ਕੀਤੀ, ਜਲ ਪਾਣੀ ਪੁੱਛਿਆ, ਮੰਜਾ ਡਾ ਦਿੱਤਾ, ਬੈਠੋ ਮਸਤਾਨਾ ਜੀ ਦੱਸੋ ਕੀ ਹੁਕਮ ਹੈ। ਕਹਿੰਦੇ ਨੇ ਮੰਨੇਗਾ ਸਰ ਜੀ, ਹੁਕਮ ਮੰਨਣਾ ਬੜਾ ਹੀ ਮੁਸ਼ਕਿਲ ਹੈ। ਆਖ ਦਿੰਦੇ ਆ ਜੀ ਜੋ ਹੁਕਮ ਕਰੋਗੇ ਅਸੀਂ ਮੰਨਾਂਗੇ, ਪਰ ਮੰਨਣਾ ਬੜਾ ਮੁਸ਼ਕਿਲ। ਕਹਿੰਦਾ ਜੀ ਮੰਨਾਂਗਾ, ਅਹ ਵੇਖ ਲਾ ਸਾਡਾ ਅਹ ਜੀ ਮੈਂ ਕਿੱਥੇ ਮੰਨਣ ਜੋਗਾ, ਸਤਿਗੁਰੂ ਰਾਮ ਸਿੰਘ ਕਿਰਪਾ ਨਾਲ ਹੀ ਮੰਨਿਆ ਜਾਏ। ਚੰਗਾ ਫਿਰ ਜੇ ਇਹ ਗੱਲ ਤੇ ਮੈਂ ਤੇਰੇ ਨਾ ਭਾਈ ਤੂੰ ਮੈਨੂੰ ਆਪਣੀ ਸਿੱਖਣੀ ਜਿਹੜੀ ਹੈ ਨਾ ਬਿਸ਼ਨ ਕਰੋ ਉਹ ਦੇ ਦੇ।
ਸੰਜੋ ਨੇ ਇੱਥੇ ਥੋੜਾ ਜਿਹਾ ਮੁਕਾਬਲਾ ਕਰੋ ਲੋਕਾਂ ਦਾ। ਲੋਕੀ ਭੈਣਾਂ ਵੀ ਲੋਕਾਂ ਨੂੰ ਦਿੰਦੇ ਨੇ, ਵਿਆਹ ਦਿੰਦੇ ਨੇ ਭੈਣਾਂ ਅਗਲੇ ਨੂੰ ਦੇ ਦਿੰਦੇ ਨੇ, ਲੜਕੀਆਂ ਵੀ ਵਿਆਹ ਦਿੰਦੇ ਹਨ। ਮੈਂ ਬਿਸ਼ਨ ਕੌਰ ਨੂੰ ਲੈਣ ਆਇਆ। ਕਹਿੰਦਾ ਸੱਤ ਬਚਨ, ਮੈਂ ਬਿਸ਼ਨ ਕੌਰ ਨੂੰ ਜਾ ਕੇ ਪੁੱਛ ਲੈਂਦਾ, ਜੇ ਉਹ ਤਿਆਰ ਹੈ ਤੇ ਮਸਤਾਨਾ ਜੀ ਮੈਂ ਤੁਹਾਡੇ ਨਾਲ ਉਹਨੂੰ ਭੇਜ ਦਿਆ। ਸਤਸੰਗ ਜੀ ਮੀਆਂ ਸ੍ਰੀ ਘਰ ਚਲੇ ਗਿਆ। ਅੱਗੇ ਜਾ ਕੇ ਵੇਖਿਆ ਤੇ ਬਿਸ਼ਨ ਕੌਰ ਦੁੱਧ ਲਟਕਦੀ ਸੀ। ਕਹਿੰਦਾ ਬਿਸ਼ਨ ਕੌਰ, ਹਾਂ ਜੀ ਮਸਤਾਨਾ, ਆਹਦਾ ਮੈਂ ਬਿਸ਼ਨ ਕੌਰ ਨੂੰ ਲੈਣਾ ਤੇ ਗੱਲ ਦੱਸ ਤੇਰੀ ਕੀ ਗੱਲ ਹੈ। ਕਹਿੰਦੇ ਗਰੀਬ ਨੂੰ ਆਜ, ਮੇਰਾ ਤੁਹਾਡੇ ਅੱਗੇ ਕੋਈ ਉਜਰ ਨਹੀਂ, ਇੱਕੋ ਹੀ ਗੱਲ ਹੈ, ਮੇਰੇ ਜਾਸਾ ਤੇ ਤੁਸੀਂ ਸਮਝੋ ਰਾਖੇ ਬਣ ਜਾਓ ਤੇ ਮੈਂ ਉਹਦੇ ਨਾਲ ਤੁਰਨ ਨੂੰ ਤਿਆਰ। ਉਹ ਕਹਿੰਦਾ ਉਹ ਕਮਲੀਏ ਇਹ ਕੀ ਆਖਿਆ ਜੀ, ਮੈਨੂੰ ਆਣੀਆਂ ਜਾਸਾ ਦਾ ਰਾਖਾ ਬਣ ਜਾ, ਤੂੰ ਆਖ ਮੇਰੇ ਜਾਸਾ ਤੇ ਰਾਖੇ ਸਤਿਗੁਰੂ ਰਾਮ ਸਿੰਘ ਬਣ ਗਏ। ਸਤਿਗੁਰੂ ਰਾਮ ਸਿੰਘ ਜਾਸਾ ਦੇ ਰਾਖੇ ਬਣ ਗਏ। ਮੇਰੇ ਸਾਹਮਣੇ ਗੱਲ ਆ ਗਈ ਹੈ ਇੱਕ ਸੰਤ ਕਰਮ ਸਿਰੀ, ਬਾਬਾ ਖਜਾਨ ਸਿੰਘ ਸੀ ਖੋਟਿਆਂ ਵਾਲਾ, ਇੰਦਰ ਸਿੰਘ ਆ, ਕੱਲ੍ਹ ਹੀ ਮੈਨੂੰ ਪਤਾ ਲੱਗਾ ਕਿ ਉਹ ਇੱਥੇ ਆਇਆ ਮਸਤਾਨਾ ਲੋਟਪਤੀ ਵਾਲਾ, ਉਹਦੇ ਰਾਮ ਰਾਮ, ਉਹਦੇ ਘਰੋਂ ਕੱਲ੍ਹ ਉੱਥੇ ਮੇਰੇ ਕੋਲ ਗਈ ਸੀ ਅਤੇ ਉਹ ਗੱਲਬਾਤ ਕਰਦੀ ਸੀ ਅਤੇ ਇਹ ਚੱਲੇ ਦੌਰੇ। ਜਿਸ ਵਕਤ ਦੌਰੇ ਚੱਲੇ ਨਾ ਅਤੇ ਕਰਮ ਸਰਾਂ ਦੇ ਨਾਲ ਸਨ ਅਤੇ ਇਹ ਬੀਬੀ ਉੱਥੇ ਸੀ ਖੋਟੀ ਇਹ ਸੰਤਾਂ ਦੇ ਡੇਰੇ ਹਿੰਮਤਪੁਰ ਬਾਅਦ ਸੜਕ ਉੱਤੇ ਇਹਨਾਂ ਦਾ ਡੇਰਾ ਹੁੰਦਾ ਸੀ ਅਤੇ ਰਾਮ ਰਾਮ ਮਸਤਾਨਾ ਆਉਂਦਾ, ਸੰਤ ਜੀ ਇਹ ਮੇਰੇ ਘਰੋਂ ਪਿੱਛੇ ਰਹਿਣੀ ਹੈ ਅਤੇ ਇਹਦੇ 'ਤੇ ਬਾਬੇ ਖੋਟਿਆਂ ਵਾਲੇ ਖਜਾਨ ਸਰਾਂ ਦਾ ਪਹਿਰਾ ਲਾ ਦਿਓ, ਕਿਉਂ ਜੋ ਇਹਦੀ ਹਿਫਾਜ਼ਤ ਕਰ ਦੇਗੀ। ਅਤੇ ਸੰਤ ਕਹਿੰਦੇ ਨੇ ਉਹ ਰਾਮ ਰਾਮ, ਉਹ ਖਜਾਨ ਸਿੰਘ ਦਾ ਕੀ ਪਹਿਰਾ ਲਾਉਣਾ, ਇਹਦੇ 'ਤੇ ਗੋਬਿੰਦ ਦਾ ਪਹਿਰਾ ਲਾ ਦਿੰਦੀ ਸਿੰਘ। ਉਹ ਕਹਿੰਦਾ ਨਹੀਂ ਸੰਤ ਜੀ, ਤੁਸੀਂ ਬਾਬੇ ਹਰਾਂ ਨੂੰ ਆਖ ਜਾਓ ਅਤੇ ਉਹ ਪਹਿਰਾ ਰੱਖਣ। ਦੋ ਤਿੰਨ ਵਾਰੀ ਆਖਿਆ ਉਹ ਚੰਗਾ ਭਾਈ ਰਾਮ ਰਾਮ, ਫਿਰ ਗੋਬਿੰਦ ਦਾ ਪਹਿਰਾ ਹਟਾ ਦਿੰਦੇ ਆ, ਫਿਰ ਖਜਾਨ ਸਿੰਘ ਦਾ ਪਹਿਰਾ ਲਾ ਦਿੰਦੇ ਆ। ਸੰਜੀ ਇਹ ਨਹੀਂ ਗੱਲ ਆਖ ਕੇ ਚਲੇ ਗਏ, ਮਾਫ ਰੱਖਣਾ ਗੱਲ ਤੇ ਉਹ ਜੀ ਸੀ। ਜਿਸ ਵਕਤ ਉਹ ਸੰਤ ਚਲੇ ਗਏ ਬਾਬੇ ਹਰਾਂ ਦੇ ਮਨ ਦੇ ਵਿੱਚ ਮਲੀਨਤਾ ਹੈ। ਇਹ ਬੀਬੀ ਨੇ ਉਹਨੂੰ ਫਿਰ ਚੰਗਾ ਝਾੜਿਆ, ਫਿਰ ਉਹਨੂੰ ਸੁਰਤ ਆ ਗਈ ਵੀ ਮੈਂ ਕੀ ਕਰਨ, ਕਿੱਥੇ ਖਲੋਤਾ ਐਸਾ। ਫਿਰ ਸੰਤ ਜਦੋਂ ਵਾਪਸ ਆਏ ਨਾ ਤੇ ਸੰਤ ਉਹ ਵਾਕਈ ਅੰਤਰ ਜਾਮੀ ਸਨ। ਜਦੋਂ ਉੱਥੇ ਆਏ ਨਾ ਤੇ ਜਦੋਂ ਗੱਲ ਸੁਣੀ ਨਾ, ਗੱਲ ਅਜੇ ਸੁਣੀ ਨਹੀਂ, ਆਉਂਦੇ ਇਹ ਆਉਂਦੇ ਨੇ ਉਹ ਕਿਉਂ ਬਾਈ ਰਾਮ ਰਾਮ, ਫਿਰ ਬਾਬੇ ਖਜਾਨ ਸਿੰਘ ਦਾ ਪਹਿਰਾ ਚੰਗਾ ਸੀ, ਗੋਬਿੰਦ ਦਾ ਪਹਿਰਾ ਚੰਗਾ ਸੀ। ਹਾਂਜੀ ਫਿਰ ਧੁੱਪ ਨਿਕਲ ਗਈ। ਕਹਿੰਦਾ ਸੰਤ ਜੀ ਗੋਬਿੰਦ ਦਾ ਪਹਿਰਾ, ਮੈਨੂੰ ਆਪਣੀ ਜ਼ਿੰਦਗੀ ਦੇ ਇੱਕ ਗੱਲ ਮੈਨੂੰ ਪਤਾ, ਇੱਕ ਪੰਕਤੀ ਆਉਂਦੀ ਹੈ ਰਾਮਾਇਣ 'ਚ, ਨਿਜ ਕਰ ਰਾਮ ਜੱਟਾ ਨੀਅਰ ਆ ਰਹੇ। ਇਹਦੇ 'ਤੇ ਸਾਡਾ ਬੜਾ, ਇੱਕ ਵਾਰੀ ਮੈਂ ਕਿਤਾਬ ਜਿੱਤੀ ਸੀ ਇੱਕ ਮਿਲ ਗਏ ਸੂਬੇ ਸਹੀਆ ਸਿਰਾਂ ਨਾਲ ਸਨ ਅਤੇ ਉੱਥੇ ਪੰਚਾਇਤ ਨੇ ਫਿਰ ਆਖਿਆ ਸੀ ਉਹਨਾਂ ਨੂੰ ਕਿਤਾਬ ਦਿੱਤੀ, ਮੈਂ ਕਿਹਾ ਜਾ ਉੜ ਜਾ, ਉੱਥੇ ਬੜਾ ਇੱਕ ਸ਼ਰਾਰਤੀ ਬੰਦਾ ਹਰ ਇੱਕ ਨਾਲ ਇਸ ਤਰ੍ਹਾਂ ਡਿੱਗ ਚੱਲ ਲੈਂਦਾ ਤਾਈ। ਚਲੋ ਸੰਤ ਧਰਮ ਸ੍ਰੀ ਕੋਠੇ ਦੇ ਸਨ, ਭਗਤੇ ਦੇ ਪਰਲੇ ਪਾਸੇ ਬਾਹਰ ਪਿੰਡੋਂ ਰਹਿੰਦੇ ਹੁੰਦੇ ਸਨ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਡੇਰਾ, ਸੰਤਾਂ ਧਰਮ ਸਿੰਘਾਂ ਦੇ ਡੇਰੇ ਸੀ, ਬਾਹਰ ਡੇਰਾ ਸਤਿਗੁਰੂ ਪ੍ਰਤਾਪ ਸਿੰਘ ਜੀ ਪਿੱਛੇ ਨੇ। ਮੈਂ ਪਿੰਡ ਵਿੱਚ ਹਾਂ, ਹੁਕਮ ਗਿਆ ਸਤਿਗੁਰਾਂ ਦਾ, ਉਹਨੂੰ ਸੱਦ ਕੇ ਲਿਆਓ ਤੇ ਉਹਨੂੰ ਆਖੋ ਰਾਮਾਇਣ ਲਿਆਇਆ ਤੇ ਉਹ ਪੰਕਤੀ ਦਾ ਅਰਥ ਕਰਨਾ। ਮੈਂ ਸੰਤਾਂ ਧਰਮਸਰਾਂ ਦਾ ਦਰਸ਼ਨ ਨਹੀਂ ਸੀ ਕੀਤਾ, ਉਹ ਨਿਹੰਗ ਸਿੰਘ ਸਨ, ਬੜੇ ਸੂਰਬੀਰ ਔਰ ਬੜੇ ਜਲਦੀ ਸ਼ਕਤੀ ਇਨਸਾਨ। ਮੈਂ ਜਿਸ ਵਕਤ ਉਲੰਘਣ ਲੱਗਾ ਤੇ ਸੰਤ ਖਲੋਤੇ ਸਨ, ਮੈਨੂੰ ਨਹੀਂ ਪਤਾ ਇਹ ਹੀ ਨੇ ਸੰਤ ਧਰਮ ਸ੍ਰੀ। ਮੈਂ ਨਮਸਕਾਰ ਕੀਤਾ,
ਨਮਸਕਾਰ ਕਰਕੇ ਅੱਗੇ ਚਲਾ ਗਿਆ। ਨਾਲ ਦੇ ਸਿੱਖ ਨੇ ਦੱਸਿਆ ਜੀ ਇਹ ਜੇ ਪੰਡਿਤ ਜਿਹੜਾ ਇਸ ਇਲਾਕੇ 'ਚ ਦਵਾਉਣ ਲੱਗ ਗਿਆ। ਸੰਤ ਮੇਰੇ ਪਿੱਛੇ ਪਿੱਛੇ ਆ ਗਿਆ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਬੈਠੇ ਸਨ, ਮੈਂ ਜਾ ਨਮਸਕਾਰ ਕੀਤੀ, ਸੰਤ ਵੀ ਜਾ ਖਲੋਤੇ। ਸੱਚੇ ਪਾਤਸ਼ਾਹ ਮੈਨੂੰ ਕਹਿੰਦੇ ਨੇ ਸੰਤ ਆਏ ਨੇ, ਸੰਤਾਂ ਨੂੰ ਨਮਸਕਾਰ ਕਰੋ। ਮੈਂ ਕਿਹਾ ਗਰੀਬ ਨਾਲ ਜੀ ਮੈਂ ਅੱਗੇ ਭਾਵੇਂ ਜਾਣਦਾ ਤਾਂ ਨਹੀਂ ਸਾਂ, ਪਰ ਮੈਂ ਇਹਨਾਂ ਨੂੰ ਨਮਸਕਾਰ ਕਰਨਾ। ਇਸ ਤਰ੍ਹਾਂ ਖਲੋਤੇ ਸੰਤ, ਸੰਤ ਕਹਿੰਦੇ ਨੇ ਸੱਚੇ ਪਾਤਸ਼ਾਹ ਮੁੰਡੇ ਦੇ ਪਹਿਰਾ ਰੱਖਿਆ ਕਰੋ, ਕਿਸੇ ਬੰਦੇ ਦਾ ਪਹਿਰਾ ਲਾ ਦਿਓ। ਮੈਂ ਆਖਿਆ ਸੰਤ ਜੀ ਉਹ ਬੰਦਿਆਂ ਦੇ ਪੈਰਾਂ 'ਚ ਤੇ ਮੈਂ ਨਹੀਂ ਰਹਿੰਦਾ, ਤੁਸੀਂ ਇਹਨਾਂ ਅੱਗੇ ਇਹ ਅਰਜ ਕਰੋ ਵੀ ਇਹ ਹੀ ਮੇਰੇ ਦੇ ਪੈਰਾਂ ਹੈ। ਸਤਿਗੁਰੂ ਦਾ ਪੈਰਾ ਜਿਹੜਾ ਉਹ ਸੰਤ ਸੰਤ ਜੀ ਜੀ ਨੂੰ ਬਚਾ ਲੈਂਦਾ। ਜੇ ਗੁਰੂ ਗੋਬਿੰਦ ਸਿੰਘ ਪੈਰਾ ਨਾ ਦਿੰਦੇ ਤਾਂ ਜੋਗਾ ਸਿੰਘ ਬਚ ਨਹੀਂ ਸਕਦਾ ਹੈ, ਦੁਨੀਆਂ ਦਾ ਬੰਦਾ ਜੋਗਾ ਸਿੰਘ ਨੂੰ ਕਹਿੰਦੀ ਏ ਕਹਿੰਦੀ ਏ ਸੱਚੇ ਪਾਤ ਸੰਤ ਜੀ ਜੇ ਤੁਸੀਂ ਮੇਰੇ ਜਲਸਾ ਤੇ ਭਾਈਵਾਲ ਹੋ ਰਾਖਿਓ ਤੇ ਮੈਂ ਜਾਣ ਨੂੰ ਤਿਆਰ ਹਾਂ। ਕਹਿੰਦਾ ਬੋਲੀਏ ਮੇਰੀ ਗੱਲ ਕਿਉਂ ਕਰਨੀ ਏ, ਤੂੰ ਆਖ ਤੇ ਮੈਂ ਵੀ ਆਉਣਾ ਜਾਂ ਤੇਰੇ ਜਲਸਾ ਦਾ ਰਾਖਾ ਮੇਰਾ ਸਤਿਗੁਰੂ ਰਾਮ ਸਿੰਘ ਸਾਧ ਸੰਗਤ ਜੀ ਫੜ ਕੇ ਬਾਂਹ ਤੋਂ ਵਿਸ਼ਵ ਕੌਰ ਵਸਾਵਾ ਸਿੰਘ ਦੇ ਅੱਗੇ ਲਾ ਦੇ। ਕਿੱਡੀ ਵੱਡੀ ਗੱਲ ਹੈ, ਲੋਕ ਆਖਦੇ ਨੇ ਯੂਸਫ ਬਿਕਰੀ ਤੇ ਜਦੋਂ ਧਨੀਆਂ ਨੇ ਭੀੜ ਲਾਈ ਹੋਈ ਸੀ, ਅੱਤੀ ਸੂਤ ਦੀ ਲੈ ਕੇ ਇੱਕ ਬੁੱਢੀ ਉਹ ਵੀ ਯੂਸਫ ਖਰੀਦਣੇ ਆਈ ਹੋਈ ਸੀ। ਕਿਸੇ ਆਖਿਆ ਅੱਟੀ ਤੋਂ ਨਹੀਂ ਇਹ ਯੂਸਫ ਮਿਲਣਾ, ਕਿਸੇ ਹੱਸ ਕੇ ਗੱਲ ਅਲਾਈ ਹੋਈ ਸੀ ਤੇ ਇਹਦੇ ਗਾਹਕਾਂ ਦੇ ਵਿੱਚ ਤਾਂ ਜਾ ਗਿਣਸੀ ਇੰਨੀ ਆਖ ਕੇ ਡੁੱਲ ਪਈ ਮਾਈ। ਯੂਸਫ ਜਦੋਂ ਵਿਕਣ ਲੱਗਾ ਸੀ ਸੂਤਰ ਦੀ ਅੱਟੀ ਲੈ ਕੇ ਕਮਾਈ ਆਉਂਦੀ ਸੀ ਆਈ ਸੀ, ਲੋਕਾਂ ਆਖਿਆ ਮਾਈ ਕੀ ਕਰਨੀ ਹੈ, ਕਿਤੇ ਸੂਤ ਦੀ ਅੱਟੀ ਤੋਂ ਯੂਸਫ ਮਿਲੇਗਾ ਜਿਹਦੀ ਕਰੋੜਾਂ ਸਮਝੋ ਰੁਪਈਏ ਕੀਮਤ ਪੈਣੀ ਹੈ। ਕਹਿੰਦੀ ਇਹ ਨਾ ਮਿਲੇ, ਪਰ ਇਤਿਹਾਸ ਵਿੱਚ ਆ ਜਾਏਗਾ ਨਾ ਕਮਾਈ ਸੂਤ ਦੀ ਅੱਟੀ ਨਾਲ ਖਰੀਦਣ ਆਏ ਸੀ ਗਾਹਕਾਂ ਵਿੱਚ ਤਾਂ ਮੈਂ ਗਿਣੀ ਜਾਵਾਂਗੀ। ਜਦੋਂ ਮੀਆਂ ਸਿੰਘ ਨੂੰ ਆਖਿਆ ਤੂੰ ਵੀ ਇਸੇ ਤਰ੍ਹਾਂ ਦਾ ਕਬੀਰ ਹੈ ਤੇ ਤੂੰ ਇਸ ਤਰ੍ਹਾਂ ਕੀਤਾ, ਉਹਦਾ ਇਹ ਗੱਲ ਠੀਕ ਹੈ ਜਿਸ ਤਰ੍ਹਾਂ ਉਹ ਮਾਈ ਆਈ ਸੀ ਨਾ, ਇਸੇ ਤਰ੍ਹਾਂ ਹੀ ਮੇਰੀ ਗੱਲ ਹੈ। ਰੀਸ ਉਹਨਾਂ ਦੀ ਮੈਂ ਨਹੀਂ ਕਰ ਸਕਦਾ, ਉਹਨਾਂ ਦੀ ਰੀਸ ਨਹੀਂ ਕਰ ਸਕਦਾ। ਵਿੱਤ ਆਪਣੇ ਦੀ ਛਾਲ ਲਾਏ ਕਿਤੇ, ਮੈਂ ਆਪਣੇ ਵਿੱਤ ਦੀ ਛਾਲ ਲਾਉਣਾ ਹਾਂ, ਉਹ ਪੰਥ ਉਹਨਾਂ ਦੇ ਪੈਰ ਮੈਂ ਧਰਦਾ ਹਾਂ, ਸਿੱਖਣੀ ਹੱਥ ਤੇਰੇ ਵਿੱਚ ਫੜਾਏ। ਮੈਂ ਸਿਰਫ ਕੋਸ਼ਿਸ਼ ਕਰਦਾ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਦੀ ਕੋਸ਼ਿਸ਼ ਕਰਦਾ, ਉਹਨਾਂ ਵਰਗਾ ਮੈਂ ਨਹੀਂ। ਸਾਥੀ ਜਦੋਂ ਇੰਨੀ ਗੱਲ ਸੁਣੀ ਲੋਕਾਂ ਆਖਿਆ ਵਾਕਿਆ ਆਈ ਮੀਆਂ ਸਿਆ ਤੂੰ ਕਬੀਰ ਹੈ ਤੇ ਇਹ ਲੋਈ ਉਹਦੇ ਹੱਥ ਸਿੱਖਣੀ ਫੜਾਈ। ਵਸਾਵਾ ਸਿੰਘ ਲੈ ਕੇ ਬਿਸ਼ਨ ਕੌਰ ਨੂੰ ਚਲਾ ਗਿਆ। ਉਹਦੇ ਭਰਾ ਨੂੰ ਕਿਸੇ ਦੱਸਿਆ ਆਹ ਕੰਮ ਕੀਤਾ ਅੱਜ ਮੀਆਂ ਸਿੰਘ ਨੇ, ਉਹਦੇ ਭਰਾ ਨੂੰ ਚੜ ਗਿਆ ਗੁੱਸਾ, ਫੜ ਲਈ ਡਾਂਗ, ਆ ਗਿਆ ਮੀਆਂ ਸਿੰਘ ਦੇ ਕੋਲ। ਕਹਿੰਦਾ ਓਏ ਕੀ ਕੀਤਾ ਜੀ? ਕੁਝ ਵੀ ਨਹੀਂ ਕੀਤਾ। ਅਸਾਂ ਤੇਰੇ ਤੂੰ ਬਿਸ਼ਨ ਕੌਰ ਕਿਸੇ ਮਸਤਾਨੇ ਨੂੰ ਦੇ ਛੱਡੀਏ, ਇਹ ਕੰਮ ਹੋ ਹੀ ਗਿਆ, ਅਸੀਂ ਨੱਕ ਸਾਡਾ ਵੱਢ ਛੱਡਿਆ ਹੀ ਨਾ ਫਿਰ। ਉਹ ਕਹਿੰਦਾ ਉਹ ਮੈਂ ਤੇ ਤੁਹਾਡਾ ਨੱਕ ਵਡੀਂਦਾ ਰੱਖ ਲਿਆ, ਸਗੋਂ ਮੈਂ ਤੇ ਤੁਹਾਡਾ ਨੱਕ ਵਡੀਂਦਾ ਰੱਖ ਲਿਆ, ਵਧਿਆ ਨਹੀਂ। ਉਹ ਕਹਿੰਦਾ ਉਹ ਗਏ ਕਿੱਧਰ ਦੇ? ਕਹਿੰਦਾ ਜੇ ਮੈਂ ਪਰਤ ਕੇ ਵੇਖਿਆ ਹੋਇਆ ਤੇ ਤਾਂ ਇਹਨਾਂ ਮੈਨੂੰ ਤੇ ਪਤਾ ਨਹੀਂ ਕਿੱਧਰ ਗਏ ਨੇ ਤੇ ਕਿੱਧਰ ਨਹੀਂ। ਮੈਂ ਤੇ ਪਰਤ ਕੇ ਵੇਖਿਆ ਵੀ ਨਹੀਂ ਉਹ ਕਿੱਧਰ ਗਏ ਨੇ ਤੇ ਕਿੱਧਰ ਨਹੀਂ ਗਏ। ਕਹਿੰਦਾ ਪੁੱਛਣਾ ਮੈਂ ਹੋਰਨਾਂ ਕੋਲ ਪੁੱਛਿਆ, ਉਹਨਾਂ ਆਖਿਆ ਇਸ ਰਾਹ ਗਏ ਨੇ ਦੋਵੇਂ ਜਣੇ। ਸਾਧ ਸੰਗਤ ਜੀ ਡਾਂਗ ਫੜ ਕੇ ਉਹਦਾ ਭਰਾ ਪਿੱਛੇ ਗਿਆ, ਮੀਰਪੁਰ ਪਿੰਡਾ ਜਿਸ ਵਕਤ ਗਿਆ ਨਾ ਇਹ ਵੀ ਮਗਰ ਚਲਾ ਗਿਆ, ਤੇ ਅੱਗੇ ਜਾ ਕੇ ਵੇਖਿਆ ਕਿ ਉਹ ਮਸਤਾਨਾ ਜਿਹੜਾ ਸੀ ਉਸ ਨੇ ਬਿਸ਼ਨ ਕੌਰ ਦੇ ਪੈਰ ਫੜੇ ਨੇ ਤੇ ਰੋਈ ਜਾਂਦਾ, ਤੇ ਬਿਸ਼ਨ ਕੌਰ ਨੇ ਉਹਦੇ ਪੈਰ ਫੜੇ ਨੇ ਤੇ ਰੋਈ ਜਾਂਦੀ। ਚਲਾ ਗਿਆ ਇਹਦਾ ਭਰਾ ਜਿਹੜਾ ਡਾਂਗ ਲੈ ਕੇ ਉੱਗਰੀ ਡਾਂਗ ਲੈ ਕੇ ਜਦੋਂ ਵੇਖਿਆ ਉਹ ਰੋਈ ਜਾਂਦੇ ਨੇ। ਕਹਿੰਦਾ ਓਏ ਕੀ ਗੱਲ ਹੈ, ਓਏ ਹੁਣ ਕੀ ਕਰਦੇ ਹੋ? ਉਹ ਮਸਤਾਨਾ ਕਹਿੰਦਾ ਮੈਂ ਆਪਣੇ ਗੁਨਾਹ 'ਤੇ ਪਛਤਾਅ ਕਰਨ ਲਈ, ਮੈਂ ਬੜਾ ਖੋਟਾ ਕਰਮ ਕੀਤਾ,
ਉਹ ਮੇਰੇ ਸਤਿਗੁਰੂ ਰਾਮ ਸਿੰਘ ਦਾ ਹੁਕਮ ਹੈ ਵਿਛੜਿਆਂ ਨੂੰ ਮਿਲਣਾ, ਤੇ ਮੈਂ ਤੇ ਵਿਛੜਿਆ ਮਿਲਿਆਂ ਨੂੰ ਵਿਛੋੜਨ ਦੀ ਆਇਆ। ਮੈਂ ਵੀ ਕਦੇ ਬਖਸ਼ਿਆ ਜਾਵਾਂਗਾ, ਮੈਂ ਜਿਹੜੇ ਮਿਲਿਆਂ ਦੇ ਵਿੱਚ ਵਿਛੋੜੇ ਪਾਉਣ ਦਿਆ ਆ, ਮੈਂ ਕਿਸ ਤਰ੍ਹਾਂ ਬਖਸ਼ਿਆ ਜਾਵਾਂਗਾ ਤੇ ਮੈਂ ਆਪਣੇ ਗੁਨਾਹ ਤੇ ਪਛਤਾਪ ਕਰ ਰਿਹਾ ਆ, ਤੇ ਮੈਂ ਇਹਦੇ ਪੈਰਾਂ ਤੇ ਹੱਥ ਲਾ ਗਿਆ ਨਾ, ਭੈਣ ਜੀ ਮੈਨੂੰ ਬਖਸ਼ ਦਿਓ ਤੇ ਤੁਸੀਂ ਵਾਪਸ ਚਲੇ ਜਾਓ। ਭੈਣ ਜੀ ਦਾ ਲਫ਼ਜ਼ ਨਿਕਲਿਆ ਉਹਦੀ ਜ਼ਬਾਨ, ਇਹਨੂੰ ਮੈਂ ਨਾ ਤੂੰ ਜਾ ਆਪਣੇ ਪਤੀ ਕੋਲ ਵਾਪਸ, ਮੇਰੀ ਤੂੰ ਭੈਣ ਲੱਗਣੀ ਹੈ। ਇਹ ਕਹਿੰਦੀ ਹੈ ਮੈਂ ਨਹੀਂ ਜਾਣਾ, ਮੇਰੇ ਪਤੀ ਦਾ ਹੁਕਮ ਹੈ ਤੇਰੇ ਨਾਲ ਜਾਣ ਦਾ, ਜਾਂ ਤੱਕ ਉਹ ਫਿਰ ਹੁਕਮ ਨਾ ਕਰੇ ਵਾਪਸ ਆ ਮੈਂ ਤੇਰੇ ਕੋਲ ਕਿਉਂ ਜਾ ਸਕਦਾ। ਉਹਦੇ ਭਰਾ ਨੇ ਆਖਿਆ ਤੁਸੀਂ ਦੋ ਵੀ ਸੱਚੇ ਹੋ, ਭਰਜਾਈ ਨੂੰ ਆਉਂਦਾ ਹੁਣ ਤੂੰ ਮੇਰੀ ਜ਼ਿੰਮੇਵਾਰੀ 'ਤੇ ਚੱਲ ਅਤੇ ਮੈਂ ਆਪੇ ਜਾਣਾਗਾ ਮੀਆਂ ਸੇ ਨਾਲ ਜਿਹੜੀ ਗੱਲ ਕਰਨੀ। ਸਾਧ ਸੰਗੀ ਉਹਨਾਂ ਦੋਵਾਂ ਨੂੰ ਵਾਪ ਨੂੰ ਲੈ ਆਇਆ ਵਾਪਸ ਬਿਸ਼ਨ ਕੌਰ ਨੂੰ, ਨਾਮਧਾਰੀ ਪੰਥ ਵਿੱਚ ਫਿਰ ਇਹਨਾਂ ਦੋਵਾਂ ਦਾ ਨਾਂ ਸਮਝੋ ਕਬੀਰ ਅਤੇ ਲੋਹੀ ਕਰਕੇ ਸਮਝੋ ਮਸ਼ਹੂਰ ਹੋ ਗਿਆ ਸੀ। ਇਹਨਾਂ ਦਾ ਇੱਕ ਪੁੱਤਰ ਸੀ, ਦੋ ਲੜਕੀਆਂ ਸਨ। ਪਾਕਿਸਤਾਨ ਬਣ ਗਿਆ, ਪਾਕਿਸਤਾਨ ਤੋਂ ਬਣ ਕੇ ਬਾਅਦ ਫਿਰ ਆ ਸ਼ੇਰਪੁਰ ਠਾਣਾ ਨਾ ਜਿਹੜਾ, ਉਹਦੇ ਨਾਲ ਲੋਹਗੜ੍ਹ ਦੇ ਉੱਥੇ ਕਸਬਾ ਪਿੰਡ ਹੈ, ਉਦੋਂ ਮੈਂ ਲੋਹਗੜ੍ਹ ਗਿਆ ਸਾਂ ਦੀਵਾਨ ਲਾਉਣ, ਅਤੇ ਉਹ ਸਾਰੇ ਉੱਥੇ ਆ ਕੇ ਮਿਲੇ, ਉਹਨਾਂ ਦੇ ਜਗ ਉਸੇ ਤਰ੍ਹਾਂ ਸਾਧੂ ਨੇ ਅਤੇ ਉੱਥੇ ਬੈਠੇ ਹਨ। ਸੋ ਮੇਰਾ ਮਤਲਬ ਸਿਰਫ ਕਹਿਣ ਤੋਂ ਇਹ ਸੀ, ਇਨਸਾਨ ਦੀ ਬਿਰਤੀ ਇੱਕ ਰਸ ਨਹੀਂ ਰਹਿੰਦੀ, ਕਦੇ ਗੁੱਸੇ 'ਚ ਆ ਜਾਂਦੀ ਹੈ, ਕਦੇ ਕਿਸੇ ਤਰ੍ਹਾਂ ਹੋ ਜਾਂਦੀ ਹੈ। ਇਹ ਬਿਰਤੀ ਜੇ ਇੱਕ ਰਾਹ ਹਰਾ ਤਾਂ ਫਿਰ ਤਾਂ ਸਾਡਾ ਸਮਝੋ ਕੰਮ ਹੀ ਸਰ ਜਾਂਦਾ। ਸੋ ਬਿਰਤੀ ਨੂੰ ਕੋਸ਼ਿਸ਼ ਕਰਨਾ ਚਾਹੀਦਾ, ਚੰਗੇ ਪਾਸੇ ਨੂੰ ਲਾਉਣ ਦੀ ਕੋਸ਼ਿਸ਼ ਕਰੋ, ਅਤੇ ਨਾਮ ਜਪਿਆ ਕਰੋ, ਸਿਮਰਨ ਕਰਿਆ ਕਰੋ। ਇਹ ਕਰਜ਼ ਕਰਕੇ ਮੈਂ ਖਤਮ ਕਰ ਦਿੱਤਾ। ਇੱਕ ਤਾਂ ਇੱਥੇ ਸਰੀਰ ਕੋਲ ਰਹਿੰਦੇ ਨੇ, ਉਹ ਭੱਬਾ ਨੂੰ ਆਉਂਦੇ ਨੇ ਖੂਹ ਤੋਂ, ਅਤੇ ਰਾਜ ਟੰਡੀ ਆ ਜਿਸ ਰਾਹ ਆਉਂਦੇ ਨੇ। ਉਹਨਾਂ ਨੇ ਸਵੇਰੇ ਸ਼ਿਕਾਇਤ ਕੀਤੀ ਆ ਵੀ ਕੁਝ ਦਾ ਪ੍ਰੋਗਰਾਮ ਹੈ, ਵੈਸੇ ਨਹੀਂ ਇਹਨੂੰ ਇਸ ਵਾਸਤੇ ਜ਼ਿਆਦਾ ਧਿਆਨ ਰੱਖਣਾ ਕਿ ਇਹਦੇ ਮੁਤਾਬਕ ਅੱਗੋਂ ਤੁਸੀਂ ਚੇਤਾ ਰੱਖਿਓ ਕਿ ਸਤਿਗੁਰੂ ਸੱਚੇ ਪਾਤਸ਼ਾਹ ਦਾ ਅੱਜ ਤੋਂ ਬਾਅਦ ਕੀ ਪ੍ਰੋਗਰਾਮ ਹੈ। ਸਭ ਤੋਂ ਪਹਿਲਾਂ 25 ਅੱਸੂ ਨੂੰ ਸੰਤ ਰੰਗ ਬਿਰੰਗੀ ਦਾ, ਮੈਨੂੰ ਆ ਸੰਤਾਂ ਦੇ ਹੁਕਮ ਕਰਨ ਤੋਂ ਅਤੇ ਲਿਖਣ ਤੋਂ ਹੀ ਪਤਾ ਲੱਗਿਆ ਕਿ ਉਹ ਚੜ੍ਹਾਈ ਕਰ ਗਏ ਨੇ। ਸੰਤ ਰੰਗ ਬਿਰੰਗੀ ਜਦੋਂ ਕਿਸੇ ਨਗਰ ਵਿੱਚ ਜਾਣ ਤਾਂ ਭਾਵੇਂ ਉਸ ਤਰ੍ਹਾਂ ਪਤਾ ਨਾ ਲੱਗੇ, ਪਰ ਜਦੋਂ ਅੰਮ੍ਰਿਤ ਵੇਲੇ ਕਿਤੇ ਬਾਹਰ ਜਾਂਦੇ ਸਨ ਅਤੇ ਉਦੋਂ ਉਹ ਜਦੋਂ ਪ੍ਰੇਮ ਨਾਲ ਕਿਤੇ ਸ਼ਬਦ ਪੜ੍ਹਦੇ ਸਨ ਸੁਰ ਵਿੱਚ, ਅਤੇ ਸਾਰੇ ਪਿੰਡ ਵਿੱਚ ਇੱਕ ਵਾਰੀ ਪਤਾ ਲੱਗ ਜਾਂਦਾ ਕਿ ਇੱਥੇ ਸੰਤ ਰੰਗ ਬਿਰੰਗੀ ਜੀ ਆਏ ਹੋਏ ਨੇ, ਅਤੇ ਉਹ ਇੱਥੇ ਆਣ ਕੇ ਪਤਾ ਲੱਗਿਆ ਕਿ ਉਹ ਚੜ੍ਹਾਈ ਕਰ ਗਏ ਨੇ। ਅਤੇ ਉਹਨਾਂ ਦਾ ਭੋਗ ਹੈ 25 ਅੱਸੂ ਨੂੰ, 3:30 ਵਜੇ ਭੋਗ ਪਵੇਗਾ। ਉਸ ਭੋਗ ਵਿੱਚ ਵੱਧ ਤੋਂ ਵੱਧ ਸਾਧ ਸੰਗਤ ਦਰਸ਼ਨ ਦੇਵੇ 3:30 ਵਜੇ 25 ਅੱਸੂ ਨੂੰ। ਅੱਗੇ ਇਸ ਤੋਂ ਬਾਅਦ 7 ਕੱਤਕ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਦਮਦਮੇ ਅੱਖਾਂ ਦਾ ਇੱਕ ਕੰਪ ਲੱਗੇਗਾ, ਜਿਸਦਾ ਉਦਘਾਟਨ ਚੌਧਰੀ ਦਲਵੀਰ ਸਿੰਘ ਜੀ ਕਰਨਗੇ। ਉਸ ਇਲਾਕੇ ਦੇ ਸਰੀਰਾਂ ਵਾਸਤੇ ਇਹ ਇੱਕ ਬੜਾ ਚੰਗਾ ਸਮਾਂ ਕਿ ਇਸ ਕੈਂਪ ਤੋਂ ਅੱਖਾਂ ਦੇ ਮਰੀਜ਼ ਵੱਧ ਤੋਂ ਵੱਧ ਫਾਇਦਾ ਉਠਾ ਸਕਦੇ ਨੇ, ਅਤੇ ਉਸ ਇਸ ਤਾਰੀਖ ਦੇ ਉੱਤੇ ਉਹ ਆਪਣਾ ਪ੍ਰਬੰਧ ਕਰਕੇ ਅਤੇ ਦਮਦਮੇ ਸ਼੍ਰੀ ਜੀਵਨ ਨਗਰ ਦੇ ਇਲਾਕੇ ਉੱਥੇ ਪਹੁੰਚਣ ਦੀ ਕਿਰਪਾ ਕਰਨ। ਇਸੇ ਤਰ੍ਹਾਂ 26 ਤਾਰੀਖ ਨੂੰ 26/10/81 ਨੂੰ ਦਮਦਮਾ ਹੀ ਭੋਗ ਪਵੇਗਾ। ਸੰਤ ਅਨੋਖ ਸਿੰਘ ਜੀ ਦਾ ਇਹ ਪਿਤਾ ਸੰਤ ਮੱਘ ਸਿੰਘ
ਅੱਛਾ ਸੰਤ ਬਸੰਤ ਸਿੰਘ ਜੀ ਦਮਦਮੇ ਵਾਲੇ ਜਿਹੜੇ ਬੜੇ ਸੇਵਕ ਸਨ ਗੁਰੂ ਘਰ ਦੇ, ਉਹਨਾਂ ਦੇ ਵਰੀਨੇ ਦਾ ਭੋਗ ਪੈਣਾ। ਸਤਿਗੁਰੂ ਸੱਚੇ ਪਾਤਸ਼ਾਹ ਦਮਦਮੇ ਇਸ ਦਿਨ ਵੀ ਦਰਸ਼ਨ ਦੇਣਗੇ ਤੇ ਸਾਰੀ ਸਾਧ ਸੰਗਤ ਇਸ ਮੁਤਾਬਕ ਇਹਨਾਂ ਤਾਰੀਖਾਂ ਨੂੰ ਯਾਦ ਰੱਖੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਰੋਜ਼ ਰਾਗੀਆਂ ਗੁਰਮੁਖਾਂ ਪਿਆਰਿਆਂ ਪਾਸੋਂ ਬਹੁਤ ਸੁੰਦਰ ਕੀਰਤਨ ਸ਼ਰਵਣ ਕਰਦੇ ਰਹੇ ਹੋ, ਅੱਜ ਤੁਸੀਂ ਵਾਰੇ ਵਾਲਿਆਂ ਗੁਰਮੁਖਾਂ ਕੋਲੋਂ ਵੀ ਅਲੌਕਿਕ ਵਾਰਾ ਸੁਣਿਆ ਹੈ। ਸੋ ਆਪ ਸੱਜਣਾਂ ਦੇ ਬੜੇ ਉੱਤਮ ਕਰਮ ਹਨ ਜਿਨ੍ਹਾਂ ਨੂੰ ਇਸੇ ਤਰ੍ਹਾਂ ਦਾ ਸੁਭਾਗ ਸਮਾਂ ਮਿਲਦਾ ਹੈ। ਹੁਣ ਮੈਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਖਸ਼ੀ ਬੁੱਧੀ ਅਨੁਸਾਰ ਕੁਝ ਪ੍ਰਾਰਥਨਾਵਾਂ ਕਰਾਂਗਾ। ਇਹ ਸਾਡਾ ਜਿਹੜਾ ਪ੍ਰਾਕਿਰਤਿਕ ਸਰੀਰ ਹੈ ਇਹਦੇ ਵਿੱਚ ਹਵਾ ਦੇ ਪ੍ਰਭਾਵ ਨਾਲ ਜਿਹੜਾ ਸਾਡਾ ਸਵਾਸਾਂ ਦਾ ਗੇੜਾ ਆਉਂਦਾ ਮਾਦੀ ਦੁਨੀਆਂ ਵਿੱਚ ਇਸ ਨੂੰ ਜੀਵਨ ਕਹਿੰਦੇ ਹਨ। ਜੇ ਤੇ ਸਵਾਸ ਆਉਂਦੇ ਰਹਿਣ ਆਖੀ ਦਾ ਬੰਦਾ ਜਿਉਂਦਾ ਤੇ ਜੇ ਸਵਾਸ ਮੁੱਕ ਜਾਣ ਤੇ ਫਿਰ ਆਖੀ ਦਾ ਬੰਦਾ ਮਰ ਗਿਆ। ਜਿਸ ਵਕਤ ਬੱਚਾ ਬਿਮਾਰ ਹੋ ਜਾਂਦਾ ਬੱਚੇ ਦੀ ਮਾਂ ਡਾਕਟਰ ਨੂੰ ਸੱਦ ਕੇ ਲਿਆਉਂਦੀ ਹੈ, ਡਾਕਟਰ ਉਸ ਨੂੰ ਦਵਾਈ ਦਿੰਦਾ ਆਰਾਮ ਨਹੀਂ ਆਉਂਦਾ, ਮਾਂ ਦੀ ਇਹ ਚੰਗੀ ਦਵਾਈ ਦਿਓ ਜਿਹਦੇ ਨਾਲ ਮੇਰਾ ਬੱਚਾ ਰਾਜ਼ੀ ਹੋ ਜਾਵੇ, ਵੇਖੋ ਕਿਸ ਤਰ੍ਹਾਂ ਦਾ ਇਹ ਤਕਲੀਫ ਵਿੱਚ ਬੇਹੋਸ਼ ਹੈ। ਡਾਕਟਰ ਕਹਿੰਦਾ ਮਾਤਾ ਫਿਕਰ ਨਾ ਕਰ, ਤੇਰੇ ਬੱਚੇ ਦੀ ਨਬਜ਼ ਅਜੇ ਚੱਲਦੀ ਹੈ, ਜਦੋਂ ਕਲਾਈ ਚੋਂ ਨਬਜ਼ ਖਤਮ ਹੋ ਜਾਂਦੀ ਹੈ ਫਿਰ ਡੌਲੇ ਵਿੱਚੋਂ ਨਬਜ਼ ਵੇਖਦੇ ਹਨ, ਉੱਥੋਂ ਖਤਮ ਹੋ ਜਾ ਫਿਰ ਉਹਦੇ ਦਿਲ ਦੀ ਧੜਕਣ ਵੇਖਦੇ ਹਨ, ਜੇ ਇੱਥੇ ਵੀ ਕੁਝ ਨਾ ਪ੍ਰਤੀਤ ਹੋਏ ਤੇ ਫਿਰ ਉਹਦੇ ਕੰਨ ਦੇ ਲੋਕ ਕੋਲ ਬੰਦੂਕ ਚਲਾਉਂਦੇ ਨੇ ਵੀ ਕਿਤੇ ਇਹਨੂੰ ਸਖਤਾ ਨਾ ਹੋ ਗਿਆ ਹੋਏ, ਜੇ ਫਿਰ ਉਹ ਬਿਲਕੁਲ ਨਾ ਹਿੱਲੇ ਤੇ ਨਾ ਹੀ ਬੋਲੇ ਤੇ ਫਿਰ ਡਾਕਟਰ ਕਹਿੰਦੇ ਨੇ ਵੀ ਹੁਣ ਮਰ ਗਏ। ਮਤਲਬ ਮਾਦੀ ਦੁਨੀਆਂ ਵਿੱਚ ਸਵਾਸਾਂ ਦਾ ਆਉਣਾ ਜੀਵਨ ਹੈ ਤੇ ਸਵਾਸਾਂ ਦਾ ਖਤਮ ਹੋ ਜਾਣਾ ਮੌਤ ਹੈ। ਇਸੇ ਤਰ੍ਹਾਂ ਹੀ ਪਿਆਰ ਦੀ ਜ਼ਿੰਦਗੀ ਵਿੱਚ ਲਿਵ ਲੱਗੀ ਰਹਿ ਤੇ ਜੀਵਨ ਹੈ, ਜੇ ਲਿਵ ਟੁੱਟ ਜਾ ਤੇ ਜੀਵਨ ਖਤਮ ਹੋ ਜਾਂਦਾ। ਸਰੀਰ ਭਾਵੇਂ ਨਾ ਵੀ ਰਹੇ ਉਹਦੀ ਲਿਵ ਲੱਗੀ ਰਹਿ ਫਿਰ ਵੀ ਉਹਦਾ ਪਿਆਰ ਜਿਹੜਾ ਉਹ ਬਣਿਆ ਰਹਿੰਦਾ ਹੈ। ਬੜੀ ਸੋਹਣੀ ਇੱਕ ਮਿਸਾਲ ਦਿੱਤੀ ਹੈ, ਮੱਛੀਆਂ ਫੜਨ ਵਾਲਾ ਦਰਿਆ ਤੇ ਚਲਾ ਜਾਂਦਾ ਕੁੰਡੀ ਲੈ ਲੈਂਦਾ, ਉਹਦੇ ਨਾਲ ਥੋੜਾ ਜਿਹਾ ਆਟਾ ਲਾ ਲੈਂਦਾ, ਪਿੱਛੇ ਉਹਨੇ ਕੋਈ ਧਾਗਾ ਜਿਹਾ ਬੱਧਾ ਹੈ ਉਹਨੂੰ ਪਾਣੀ 'ਚ ਸੁੱਟ ਦਿੰਦਾ। ਮੱਛੀ ਜਿਹੜੀ ਹੈ ਲਾਲਚ 'ਚ ਆ ਕੇ ਉਸ ਆਟੇ ਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ ਭਾਵੇਂ ਇਹਨੂੰ ਖਾ ਕੇ ਆਪਣਾ ਪੇਟ ਭਰ ਲਵਾਂ। ਜਦੋਂ ਉਸ ਆਟੇ ਨੂੰ ਫੜਦੀ ਹੈ ਉਹ ਇਸ ਤਰੀਕੇ ਨਾਲ ਉਹਨੇ ਪਿਛਲੇ ਨੇ ਬਣਾਇਆ ਹੁੰਦਾ ਵੀ ਜਦੋਂ ਆਟਾ ਫੜੇ ਉਹਦੇ ਸੰਗ ਦੇ ਵਿੱਚ ਉਹ ਜਿਹੜੀ ਲੋਹੇ ਦੀ ਹੈ ਉਹਦੇ ਫਸ ਜਾਂਦੀ ਹੈ, ਹਿੱਲ ਜਾਂਦੀ ਹੈ ਉਹਦੀ ਪਿੱਛੋਂ ਡੋਰ, ਉਹਨੂੰ ਪਤਾ ਲੱਗ ਜਾਂਦਾ ਵੀ ਸ਼ਿਕਾਰ ਕਾਬੂ ਆ ਗਿਆ, ਖਿੱਚ ਕੇ ਬਾਹਰ ਮੱਛੀ ਨੂੰ ਸੁੱਟ ਦਿੰਦਾ, ਪਾਣੀ 'ਚੋਂ ਕੱਢ ਕੇ ਬਾਹਰ ਥਲ 'ਤੇ ਸੁੱਟ ਦਿੱਤੀ ਹੈ, ਥੋੜ੍ਹਾ ਜਿਹਾ ਤੜਫੀ ਆ ਤੜਫ ਤੜਫ ਕੇ ਖਤਮ ਹੋ ਗਈ ਆ, ਸ਼ਿਕਾਰੀ ਨੇ ਸਮਝਿਆ ਮੱਛੀ ਮਰ ਗਈ। ਮਰ ਗਈ ਨੂੰ ਉਸਨੇ ਜਾਂਚ ਕੇ ਪਟਾਰੀ ਵਿੱਚ ਪਾ ਲਿਆ, ਪਟਾਰੀ ਵਿੱਚ ਪਾ ਕੇ
ਮਾਰਕੀਟ ਵਿੱਚ ਵੇਚਣ ਵਾਸਤੇ ਲੈ ਗਿਆ, ਉੱਥੇ ਪਾਓ ਉਸਨੇ ਜੋ ਕੀਮਤ ਸੀ ਉਸ ਨੂੰ ਵੇਚ ਕੇ ਤੇ ਪੈਸੇ ਲੈ ਆਂਦੇ। ਖਾਣ ਵਾਲਾ ਜਿਹੜਾ ਉਹ ਘਰ ਲੈ ਗਿਆ, ਨੌਕਰ ਨੂੰ ਕਹਿੰਦਾ ਲੈ ਬਈ ਆ ਮੱਛੀ ਬਣਾ, ਚੰਗੀ ਤਰ੍ਹਾਂ ਬਣਾਈ ਜਰਾ। ਚੰਗੀ ਤਰ੍ਹਾਂ ਕੀ ਬਣਾਉਣਾ ਸੀ, ਉਹਦੇ ਖੰਭ ਖੁੰਭ ਲਾ ਕੇ ਹੱਡੀਆਂ ਵੱਖੀਆਂ ਕਰਕੇ ਤੇ ਕੋਫਤੇ ਬਣਾ ਦਿੱਤੇ ਉਸਨੇ। ਅੱਗ ਉੱਤੇ ਤਰ ਕੇ ਮਾਰ ਮਾਰ ਕੇ ਪਾਣੀ ਦੇ ਛਿੱਟੇ ਤੇ ਫੂਕਾ ਮਾਰ ਕੇ ਉਹਨੂੰ ਚੰਗੀ ਤਰ੍ਹਾਂ ਭੁੰਨਿਆ, ਲੂਣ ਮਿਰਚ ਮਸਾਲਾ ਲਾਇਆ। ਸਰਦਾਰ ਹਰ ਨੇ ਬੜੀ ਚੰਗੀ ਤਰ੍ਹਾਂ ਚਿੱਥ ਚਿੱਥ ਕੇ ਉਸ ਮੱਛੀ ਨੂੰ ਖਾ ਲਿਆ। ਰਾਤ ਨੂੰ ਸੁੱਤਾ, ਨੌਕਰ ਕੋਲ ਸੁੱਤਾ, ਜਦੋਂ ਜਾਗ ਆਈ ਕਹਿੰਦਾ ਨੌਕਰ ਹਾਂ ਜੀ ਅਸੀਂ ਪਾਣੀ ਦਿਓ। ਉੱਠਿਆ ਨੌਕਰ, ਉਸਨੇ ਪਾਣੀ ਦਾ ਗਲਾਸ ਦੇ ਦਿੱਤਾ। ਫਿਰ ਤਰੇ ਲੱਗੀ ਆ, ਫਿਰ ਕਹਿੰਦਾ ਨੌਕਰ ਹਾਂ ਜੀ ਅਸੀਂ ਪਾਣੀ ਦਿਓ। ਫਿਰ ਉਸਨੇ ਪਾਣੀ ਦੇ ਦਿੱਤਾ। ਹੋਰ ਘੜੀ ਬਾਅਦ ਫਿਰ ਤਰੇ ਲੱਗੀ ਹੈ, ਫਿਰ ਆਵਾਜ਼ ਦਿੱਤੀ ਹੈ ਨੌਕਰ ਜੀ ਅਸੀਂ ਪਾਣੀ। ਸਰਦਾਰ ਜੀ ਤੁਸੀਂ ਝੋਨਾ ਲਾਇਆ ਅੱਜ ਇੰਨਾ ਪਾਣੀ ਮੰਗਣ ਡੇ ਹੋ, ਅੱਗੇ ਕਦੇ ਤੁਸੀਂ ਇੰਨਾ ਪਾਣੀ ਨਹੀਂ ਮੰਗਿਆ। ਅਸੀਂ ਨਹੀਂ ਤੈਨੂੰ ਨਹੀਂ ਪਤਾ ਵੀ ਮੈਂ ਮੱਛੀ ਖਾਧੀ ਹੋਈ ਹੈ। ਮਹਾਰਾਜ ਉਹ ਕਦੇ ਦੀ ਮੈਂ ਭੁੱਲੀ ਸੀ ਤੇ ਤੁਸਾਂ ਚਿੱਥ ਚਿੱਥ ਕੇ ਖਾ ਲਈ। ਕਹਿੰਦੇ ਨੇ ਉਹ ਮੱਛੀ ਜ਼ਰੂਰ ਮਰ ਗਈ ਹੈ ਪਰ ਉਹਦੀ ਲਿਵ ਜਿਹੜੀ ਹੈ ਜੇ ਪਾਣੀ ਨਾਲ ਉਸੇ ਤਰ੍ਹਾਂ ਲੱਗੀ ਹੋਈ ਹੈ। ਸਤਿਗੁਰਾਂ ਨੇ ਐਵੇਂ ਨਹੀਂ ਪਾਣੀ ਵਿੱਚ ਲਿਖ ਦਿੱਤਾ, ਨੀਨ ਪਕੜ ਫਲ ਕਿਉ ਵਰ ਕਾਟਿਓ, ਰਾਜ ਕਿਉ ਬਹੁ ਬਾਣੀ, ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ। ਪਾਣੀ ਫੇਰ ਵੀ ਮਿਲਿਆ। ਇੱਕ ਨਾ ਸੋਣ ਵਾਲਾ ਸਰੀਰ ਜਿਹੜਾ ਹੈ ਉਹਦਾ ਪਿਆਰ ਹੈ, ਜਿਹਦੀ ਦੇਹ ਵਿਨਾਸ਼ੀ ਹੈ ਤੇ ਪਿਆਰ ਜਿਹੜਾ ਉਹ ਸਦਾ ਅਵਿਨਾਸ਼ੀ ਹੈ। ਪਰ ਜੇ ਅਸੀਂ ਸਮਝੀ ਇਸੇ ਤਰ੍ਹਾਂ ਦਾ ਪਿਆਰ, ਉਹ ਸਤਿਗੁਰੂ ਜੀ ਦੀ ਦੇਹ ਵੀ ਅਵਿਨਾਸ਼ੀ ਹੈ ਤੇ ਪਿਆਰ ਵੀ ਅਵਿਨਾਸ਼ੀ ਹੈ, ਉਹਦੇ ਨਾਲ ਪਿਆਰ ਕਰਾਂਗੇ ਤੇ ਫੇਰ ਸਾਡਾ ਕਿੰਨਾ ਕੁ ਵੱਡਾ ਦਰਜਾ ਹੋ। ਨਾ ਸੋਣ ਵਾਲੀ ਚੀਜ਼ ਨਾਲ ਪਿਆਰ ਕੀਤਾ ਤੇ ਉਹਦਾ ਉਹਦੀ ਲਿਵ ਨਹੀਂ ਟੁੱਟੀ ਤੇ ਅਜੇ ਤੱਕ ਉਹਦੀਆਂ ਇਸੇ ਤਰ੍ਹਾਂ ਸਮਝੋ ਗੱਲਾਂ ਹੁੰਦੀਆਂ ਹਨ। ਸੋ ਅਸੀਂ ਤੇ ਇਹ ਸਮਝ ਰਹੇ ਹਾਂ ਵੀ ਜੇ ਸਵਾਸ ਖਤਮ ਹੋ ਗਿਆ ਜੀਵਨ ਖਤਮ ਹੈ ਤੇ ਗੁਰਮਤਿ ਵਿੱਚ ਇਸ ਨੂੰ ਸਮਝੋ ਨਹੀਂ ਆਖਿਆ ਗਿਆ। ਗੁਰਮਤਿ ਵਿੱਚ ਇਹ ਆਖਿਆ ਗਿਆ ਉਹਦੇ ਸਵਾਸ ਵੀ ਚੱਲਦੇ ਹਨ, ਕੰਮ ਵੀ ਕਰਦਾ ਹੈ, ਤੁਰਦਾ ਫਿਰਦਾ, ਖਾਂਦਾ ਪੀਂਦਾ, ਕੱਪੜੇ ਵੀ ਸਿਉਂ ਪਾਉਂਦਾ, ਪਰ ਫਿਰ ਵੀ ਉਹ ਮ੍ਰਿਤਕ ਹੈ। ਸਾਹਿਬਾਂ ਨੇ ਬਾਣੀ 'ਚ ਲਿਖਿਆ ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਉਹ ਇਨਸਾਨ ਮੁਰਦਾ ਹੈ, ਸਾਰੇ ਕਾਰ ਵਿਹਾਰ ਵੀ ਕਰਦਾ ਹੈ ਫਿਰ ਵੀ ਮੁਰਦਾ ਹੈ। ਤੋ ਸਤਿਗੁਰ ਸੱਚੇ ਪਾਤਸ਼ਾਹ ਸੰਸਾਰ ਤੇ ਇਸੇ ਵਾਸਤੇ ਅਵਤੀਰਨ ਹੁੰਦੇ ਨੇ ਭਈ ਜੀਆਂ ਨੂੰ ਇਹ ਦੱਸਣਾ ਭਈ ਤੁਸੀਂ ਜਿਉਂਦੇ ਮੁਰਦੇ ਨਾ ਬਣੋ ਤੇ ਮਰ ਕੇ ਵੀ ਜ਼ਿੰਦੇ ਰਹਿਣ ਵਾਲੀ ਤੁਹਾਡੀ ਜਿਹੜੀ ਪਦਤੀ ਹੈ ਉਹਦੇ ਉੱਤੇ ਚੱਲਣ ਦੀ ਕੋਸ਼ਿਸ਼। ਇੱਕ ਨਹੀਂ ਦੋ ਨਹੀਂ ਹਜ਼ਾਰਾਂ ਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਇਸ ਜੀਵਨ ਵਿੱਚ ਬਦਲ ਦਿੱਤਾ। ਜਿਹਨਾਂ ਦੇ ਕੁਕਰਮੀ ਜੀਵਨ ਸਨ, ਜਿਹਨਾਂ ਦੇ ਜਿਹੜੇ ਜਿਉਂਦੇ ਮਰਦੇ ਮਰੇ ਹੋਏ ਸਨ, ਉਹਨਾਂ ਨੂੰ ਮਰਿਆ ਤੋਂ ਬਾਅਦ ਵੀ ਜ਼ਿੰਦਾ ਰੱਖਣ ਵਾਲਾ ਕੰਮ ਜਿਹੜਾ ਉਹ ਸਤਿਗੁਰੂ ਹੀ ਕਰਦਾ। ਤੋ ਮੈਂ ਤੁਹਾਡੇ ਸਾਹਮਣੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਇੱਕ ਸਿੱਖ ਦੀ ਛੋਟੀ ਜਿਹੀ ਹਿਸਟਰੀ ਅਰਜ਼ ਕਰਾਂਗਾ। ਮੁਠੱਡੇ ਪਿੰਡ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਸ ਨਗਰ ਵਿੱਚ ਚਰਨ ਪਾਏ ਨੇ। ਸੰਗਤਾਂ ਦਰਸ਼ਨ ਕਰਦੀਆਂ ਨੇ, ਹੋਮਾ ਮਾ ਕੇ ਦੁਆਲੇ ਦੀਆਂ ਸੰਗਤਾਂ ਵੀ ਆਉਂਦੀਆਂ ਹਨ। ਦੂਰ ਦਰਾਜ ਤੱਕ ਪਤਾ ਲੱਗਾ ਕਿ ਮੁਠੱਡੀ ਗੁਰੂ ਆਇਆ। ਇੱਕ ਚੱਕ ਦੇਸ ਰਾਜ ਦਾ ਉਸਦਾ ਨਾਮ ਹੈ, ਪਹਿਲਾਂ ਉਹਨੂੰ ਅੰਨਿਆਂ ਦਾ ਚੱਕ ਆਉਂਦੇ ਸਨ, ਜਿੱਥੋਂ ਦੇ ਸੰਤ ਭੂਰੀ ਵਾਲੇ ਹਜੂਰਾ ਸਿੰਘ ਜੀ ਹੋਏ ਨੇ। ਇਹ ਸੰਤ ਹਜੂਰਾ ਸਿੰਘ ਜੀ ਛੋਟੇ ਭੂਰੀ ਵਾਲੇ ਸਨ। ਵੱਡੇ ਸੰਤ ਭੂਰੀ ਵਾਲੇ ਕਿਹੜੇ ਸਨ? ਮੇਰੇ ਭਜਨ ਗੁਰੂ ਪਰਮ ਸਤਿਕਾਰਯੋਗ ਬ੍ਰਹਮ ਸ਼੍ਰੋਤਰੀ ਬ੍ਰਹਮ ਨਿਸ਼ਠੀ ਸੰਤ ਸੰਤ ਸੁੰਦਰ ਸਿੰਘ ਜੀ ਮਾਨਾਵਾਲ ਵਾਲੇ ਭੂਰੀ ਵਾਲੇ, ਜਿਨ੍ਹਾਂ ਦਾ ਪਿਛਲਾ ਨਗਰ ਜਿਹੜਾ ਸੀ ਸਿਆਲਕੋਟ ਦੇ ਜ਼ਿਲ੍ਹੇ ਵਿੱਚ ਸ਼ਮੀਰਪੁਰ ਸੀ। ਇਹ ਸੰਤਾਂ ਹਜੂਰਾ ਸਿੰਘਾਂ ਦਾ ਪਿੰਡ ਸੀ। ਇੱਥੋਂ ਦੇ ਦੇਵਾ ਸਿੰਘ, ਹਰੀ ਸਿੰਘ ਤੇ ਕੁਸ਼ਾਲ ਸਿੰਘ
ਇਹਨਾਂ ਨੇ ਵੀ ਸੁਣਿਆ ਵੀ ਸੁਣਿਆ ਕੋਈ ਭਾਈ ਬੁੱਢੀ ਗੁਰੂ ਆਇਆ, ਚਲੋ ਆਪਾਂ ਵੀ ਦਰਸ਼ਨ ਕਰੀਏ। ਹੋਰ ਨਾ ਸਾਥੀਆਂ ਨੂੰ ਨਾਲ ਲੈ ਕੇ ਤੇ ਪਿਆਰੇ ਉਹ ਮੁਠੱਡੀ ਆ ਗਏ। ਜਦੋਂ ਮੁਠੱਡੀ ਆਏ ਸਤਿਗੁਰੂ ਦਾ ਦੀਵਾਨ ਲੱਗਾ, ਸੱਚੇ ਪਾਤਸ਼ਾਹ ਦੀਵਾਨ ਵਿੱਚ ਦਰਸ਼ਨ ਦੇ ਰਹੇ ਹਨ। ਸਭ ਤੋਂ ਪਹਿਲੀ ਗੱਲ ਹੈ, ਜਦੋਂ ਉਹਨਾਂ ਨੇ ਸਤਿਗੁਰਾਂ ਦਾ ਦਰਸ਼ਨ ਕੀਤਾ, ਸਾਧ ਸੰਗਤ ਜੀ ਉਹਨਾਂ ਦੇ ਸਰੀਰ ਵਿੱਚ ਕਿਰਨਾਟ ਦਿੱਤੇ। ਕਹਿੰਦੇ ਨੇ ਉਹ ਹਜ਼ਾਰਾਂ ਦਰਸ਼ਨ ਕੀਤੇ ਨੇ, ਲੱਖਾਂ ਇਨਸਾਨ ਵੇਖੇ ਨੇ, ਹੈ ਇਨਸਾਨਾਂ ਵਰਗਾ ਹੀ। ਜੇ ਕੋਈ ਇਨਸਾਨ ਦੀ ਸ਼ਕਲ ਹੈ, ਇਸੇ ਤਰ੍ਹਾਂ ਇਹਦੀ ਸ਼ਕਲ ਹੈ, ਪਰ ਇਹਨੂੰ ਵੇਖ ਕੇ ਖਿੱਚ ਕਿਉਂ ਪੈਂਦੀ ਹੈ ਦਿਲ ਨੂੰ? ਇਹਨੂੰ ਵੇਖ ਕੇ ਜੀ ਕਰਦਾ ਵੇਖਦੇ ਰਹੀਏ, ਜੀ ਕਰਦਾ ਅੱਖਾਂ ਲਾਂਭੇ ਨਾ ਕਰੀਏ, ਤੇ ਕਈਆਂ ਨੂੰ ਵੇਖ ਕੇ ਜੀ ਕਰਦਾ ਇਹਦਾ ਦਰਸ਼ਨ ਨਾ ਕਰੀਏ, ਅੱਖਾਂ ਮੀਟ ਲਈਏ ਤੇ ਤਾਂ ਹੀ ਚੰਗਾ। ਦੀਵਾਨ ਵਿੱਚ ਬੈਠ ਗਏ, ਬਰਾਕੀ ਕੀਰਤਨ ਕਰਦੇ ਸਨ। ਕੋਈ ਉੱਠਦਾ ਹੱਥ ਜੋੜ ਕੇ ਖਲੋ ਜਾਂਦਾ, ਗਰੀਬ ਨਵਾਜ ਮੇਰੇ ਤੇ ਬਖਸ਼ਿਸ਼ ਕਰੋ, ਕਈਆਂ ਜਨਮਾਂ ਦਾ ਮੈਂ ਪਾਪੀ ਹਾਂ, ਕਿਰਪਾ ਕਰਕੇ ਮੇਰਾ ਪਾਰ ਉਤਾਰਾ ਕਰ। ਕੋਈ ਉੱਠਦਾ ਸੱਚੇ ਪਾਤਸ਼ਾਹ ਮੇਰਾ ਮਨ ਭਟਕਦਾ ਰਹਿੰਦਾ ਹੈ, ਕਿਰਪਾ ਕਰੋ ਇਸ ਮਨ ਤੇ ਮਿਹਰਬਾਨੀ ਕਰੋ, ਮੇਰਾ ਮਨ ਜਿਹੜਾ ਇਹ ਵੀ ਟਿਕਾ ਵਿੱਚ ਹੋਇਆ। ਕੋਈ ਕਹਿੰਦਾ ਸੱਚੇ ਪਾਤਸ਼ਾਹ ਮੈਂ ਕੋਸ਼ਿਸ਼ ਬੜੀ ਕਰਦਾ ਪਰ ਮੇਰੇ ਕੋਲੋਂ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ, ਕਿਰਪਾ ਕਰੋ ਤੇ ਉਦਮ ਬਖਸ਼ੋ ਤਾਂ ਕਿ ਮੈਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸਿਮਰਾਂ। ਇਸੇ ਤਰ੍ਹਾਂ ਦੀਆਂ ਉਹ ਬੇਨਤੀਆਂ ਕਰਦੇ ਹਨ। ਸਤਿਗੁਰ ਹਰ ਇੱਕ ਦੇ ਮਨ ਦੀ ਮਨੋਕਾਮਨਾ ਪੂਰੀ ਕਰਦਾ ਹੈ। ਇਹਨਾਂ ਦੇ ਦਿਲ ਵਿੱਚ ਵੀ ਇੱਕ ਐਸਾ ਸਮਝੋ ਵਲਵਲਾ ਜਿਹਾ ਆਇਆ, ਇਹ ਤਿੰਨੇ ਜਣੇ ਉੱਠ ਕੇ ਸਾਹਮਣੇ ਸਤਿਗੁਰਾਂ ਦੇ ਹੋ ਗਏ। ਕਹਿੰਦੇ ਨੇ ਫਿਰ ਗਰੀਬ ਨਵਾਜ ਜੀ ਸਾਡੇ ਤੇ ਵੀ ਕਿਰਪਾ ਕਰੋ, ਅਸੀਂ ਤੇ ਕਈਆਂ ਜਨਮਾਂ ਦੇ ਪਾਪੀਆਂ ਤੇ ਅਜੇ ਤੱਕ ਨਾਮ ਨਹੀਂ ਪੁੱਛਿਆ, ਤੇ ਕਿਰਪਾ ਕਰੋ ਸਾਡੇ ਕੰਨ ਵਿੱਚ ਵੀ ਫੂਕ ਮਾਰ ਦਿਓ, ਸਾਡਾ ਵੀ ਪਾਰ ਉਤਾਰਾ ਕਰ। ਪ੍ਰਾਰਥਨਾ ਸਵੀਕਾਰ ਹੋਈ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕੰਨਾਂ ਦੇ ਵਿੱਚ ਫੂਕਾਂ ਮਾਰ ਦਿੱਤੀਆਂ, ਚਾੜ ਦਿੱਤੀ ਰੰਗਣ ਸਾਰਿਆਂ ਨਾਲ ਬਹੁਤੀ ਰੰਗਣ। ਕਿਹਨੂੰ ਚੜੀ? ਦੇਵਾ ਸਿੰਘ। ਦੇਵਾ ਸਿੰਘ ਮਸਤਾਨਾ ਹੋ ਗਿਆ, ਦੀਵਾਨ ਦੇ ਦੁਆਲੇ ਫਿਰਦਾ ਹੈ, ਗੇੜਾ ਦੇ ਕੇ ਆ ਜਾਂਦਾ, ਸਤਿਗੁਰੂ ਰਾਮ ਸਿੰਘ ਵਾਲਾ ਇਸੇ ਤਰ੍ਹਾਂ ਕਰਕੇ ਹੱਥ ਆਉਂਦਾ। ਉਹ ਲੋਕੋ ਜਨਮ ਮਰਨ ਨਾ ਤਿੰਨ ਕੋ ਜੋ ਹੜ ਲੜ ਲੱਗ ਆ ਜਾਓ, ਜਿਹਨਾਂ ਨੇ ਜੰਮਣ ਤੇ ਮਰਨ ਦਾ ਦੁੱਖ ਦੂਰ ਕਰਨਾ ਹੈ, ਇਹ ਸਤਿਗੁਰਾਂ ਦੀ ਚਰਨੀ ਆ ਜਾਓ, ਤੁਹਾਡੇ ਜੰਮਣ ਤੇ ਮਰਨ ਦੇ ਦੁੱਖ ਦੂਰ ਹੋ ਜਾਏ। ਦੀਵਾਨ ਦਾ ਭੋਗ ਪੈ ਗਿਆ, ਸੰਗਤਾਂ ਆਪੋ ਆਪਣੇ ਡੇਰਿਆਂ ਦੇ ਘਰਾਂ ਵੀ ਚਲਿਆ ਗਈਆਂ, ਇਹ ਤਿੰਨੇ ਹੀ ਇੱਕ ਵੱਖਰੀ ਜਗ੍ਹਾ ਤੇ ਜਾ ਕੇ ਖਲੋ ਗਿਆ। ਖਲੋ ਕੇ ਵਿਚਾਰਾਂ ਕਰਦੇ ਨੇ, ਵਿਚਾਰਾਂ ਕੀਤੀਆਂ ਤੇ ਇਹ ਆਖਰ ਫੈਸਲਾ ਕੀਤਾ, ਇਹਨਾਂ ਆਖਿਆ ਸਾਡੇ ਤੇ ਬੜੇ ਉੱਤਮ ਕਰਮ ਸਨ, ਸਾਨੂੰ ਸਤਿਗੁਰ ਪ੍ਰੇਰ ਕੇ ਤੁਸੀਂ ਆਪਣੇ ਆਪ ਨਹੀਂ ਇੱਥੇ ਆਏ, ਇੱਥੇ ਕਿਸੇ ਦੀ ਪ੍ਰੇਰਨਾ ਨਾ ਆਏ। ਇਹਦੇ ਤੇ ਫਿਰ ਮੈਂ ਕਦੀ ਅਰਜ਼ ਕਰਾਂਗਾ ਕਿ ਪ੍ਰੇਰਨਾ ਮਿਲਦੀ ਕਿਸ ਤਰ੍ਹਾਂ? ਇਹ ਕਿਸੇ ਦੇ ਭਾਊ ਜਿਹਨਾਂ ਨੇ ਨਹੀਂ ਆਉਣਾ, ਪਿੰਡ ਵਿੱਚ ਬੈਠੇ ਵੀ ਨਹੀਂ ਆਉਂਦੇ ਆ, ਤੇ ਜਿਹਨਾਂ ਨੇ ਆਉਣਾ ਉਹ ਸਮਝੋ ਮਾਰ ਕਿਤੋਂ ਦੇ ਕਿਤੋਂ ਆ ਕੇ ਇੱਥੇ ਦਰਸ਼ਨ ਕਰਦੇ ਹਨ। ਕਹਿੰਦੇ ਨੇ ਸਾਨੂੰ ਪ੍ਰੇਰਨਾ ਦੇ ਕੇ ਸਤਿਗੁਰਾਂ ਨੇ ਇੱਥੇ ਲੈ ਆਂਦਾ, ਤੇ ਜਿਹੜੇ ਸਾਡੇ ਪਿੰਡ ਦੇ ਨਹੀਂ ਜੀ ਆਏ ਉਹ ਕੁਕਰਮੀ ਸਾਡੇ ਨਾਲ ਏਡੇ ਵੱਡੇ ਨੇ ਸਾਡੇ ਵਰਗੇ ਹੀ, ਤੇ ਆਪਾਂ ਸਤਿਗੁਰਾਂ ਦੇ ਚਰਨਾਂ ਚਰਨ ਕਰੀਏ ਵੀ ਗਰੀਬ ਰਿਵਾਜ ਤੁਸੀਂ ਸਾਡੇ ਪਿੰਡ ਹੁਣ ਚਰਨ ਪਾਓ ਤੇ ਲੰਗਰ ਕਰੋ ਤਾਂ ਕਿ ਜਿਹੜੇ ਨਹੀਂ ਆਏ ਉਹ ਵੀ ਦਰਸ਼ਨ ਕਰਕੇ ਤੇ ਉਹਨਾਂ ਦਾ ਵੀ ਭਲਾ ਹੋ। ਮਨ ਚ ਕਿੰਨੀ ਸਤਰ ਹੈ ਚੰਗੀ, ਜੀ ਕਰਦਾ ਸਾਡਾ ਸਾਰਾ ਪਿੰਡ ਚੰਗਾ ਹੋ ਜਾਏ, ਜੀ ਕਰਦਾ ਹੋਰ ਵੀ ਭੈੜੇ ਜਿਹੜੇ ਨੇ ਚੰਗੇ ਹੋ ਜਾਣ। ਕਹਿੰਦੇ ਨੇ ਆਪਾਂ ਅਰਜ਼ ਕਰੀਏ ਸਤਿਗੁਰਾਂ ਅੱਗੇ, ਸਤਿਗੁਰ ਕਿਰਪਾ ਕਰਨ ਤੇ ਇਹਨਾਂ ਨੂੰ। ਫਿਰ ਸਤਿਗੁਰਾਂ ਨੇ ਉਪਦੇਸ਼ ਦਿੱਤਾ, ਫਿਰ ਦੱਸਦੇ ਨੇ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਭਜਨ ਦਿੱਤਾ, ਭਜਨ ਦੇ ਕੇ ਤੇ ਇਹਨਾਂ ਨੂੰ ਆਖਿਆ ਵੀ ਸੇਵਾ ਕਰਿਆ ਕਰੋ। ਤਿੰਨ ਚੀਜ਼ਾਂ ਦੱਸੀਆਂ, ਨਾਮ ਦਾਨ ਤੇ ਇਸ਼ਨਾਨ, ਸੇਵਾ ਕਰਿਆ ਕਰੋ। ਸਭ ਤੋਂ ਵੱਡੀ ਚੀਜ਼ ਹੈ ਸੇਵਾ, ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ, ਸੇਵਕ ਦਰਗਾਹ ਸੁਰਖਰੂ ਤੇ ਬੇਮੁਖ ਮੂੰਹ,
ਕਾਲਾ ਆਏਗਾ ਸਾਧ ਨੂੰ ਪ੍ਰਸ਼ਾਦਾ ਜ਼ਰੂਰ ਸ਼ਿਕਾਇਆ ਕਰੋ। ਇਹ ਬੜੀ ਵੱਡੀ ਚੀਜ਼ ਹੁੰਦੀ ਹੈ। ਸਾਂਝੀ ਇੱਕ ਆਨੰਦ ਸਿੰਘ ਹੋਇਆ ਮੋਰੋਂ ਦਾ ਆਨੰਦ ਸਿੰਘ, ਆ ਮੋਰੋਂ ਦੇ ਹੋਰ ਆ ਸੰਤ ਸਾਡੇ ਜਿਹੜੇ ਨੇ ਨਾ ਪੂਰਨ ਸ੍ਰੀ, ਇਹ ਵੀ ਮੋਰੋਂ ਦੇ ਨੇ, ਹੋਰ ਵੀ ਕਈ ਇੱਥੇ ਆਏ ਹੋਣਗੇ। ਮੋਰੋਂ ਦਾ ਇੱਕ ਆਨੰਦ ਸਿੰਘ ਹੋਇਆ, ਉਸਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕੋਲੋਂ ਭਜਨ ਪੁੱਛਿਆ ਸੀ। ਉਹ ਬੜਾ ਸੇਵਕ ਸੀ, ਸਿਮਰਨ ਕਰਦਾ ਸੀ, ਆਇਆ ਗਿਆ ਨੂੰ ਪ੍ਰਸ਼ਾਦਾ ਸਿਖਾਉਂਦਾ ਸੀ, ਪਰ ਘਰ ਗਰੀਬੀ ਬੜੀ ਸੀ, ਬਹੁਤ ਗਰੀਬ ਸੀ, ਪਰ ਮੂੰਹ ਨਹੀਂ ਸੀ ਮੋੜਦਾ ਸਾਧ ਸੰਗਤ ਵੱਲੋਂ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਪ੍ਰਦੇਸ਼ ਚਲੇ ਗਿਆ। ਬਾਅਦ ਵਿੱਚ ਬਾਬਾ ਕਾਨ ਸਿੰਘ ਜੀ ਜਿਹੜੇ ਗੜੀ ਵਾਲੇ ਸਨ, ਉਹਨਾਂ ਨੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦੀ ਅਰਜ਼ੀ ਕੀਤੀ ਕਿ ਗਰੀਬ ਨੂੰ ਆਜ ਨੰਦ ਸਿੰਘ ਸੇਵਕ ਬੜਾ ਆਏਗਾ ਜੀ, ਸੇਵਾ ਬੜਾ ਬੜੀ ਕਰਦਾ, ਘਰ ਦੇ ਭਾਂਡੇ ਵੇਚ ਕੇ ਵੀ ਇੱਕ ਸ਼ਿਕਾ ਦੇਦਾ ਸਾਰਾ ਨੂੰ, ਇਹ ਗਰੀਬ ਬੜਾ, ਇਹ ਕੀ ਕਾਰਨ ਹੈ, ਗਰੀਬ ਕਿਉਂ ਹੈ ਨਾ। ਸੱਚੇ ਪਾਤਸ਼ਾਹ ਦੋ ਤਿੰਨ ਮਿੰਟ ਚੁੱਪ ਕਰ, ਉਹ ਤਿੰਨ ਮਿੰਟ ਚੁੱਪ ਕਰਨ ਤੋਂ ਬਾਅਦ ਕਹਿੰਦੇ ਨੇ ਕਾਨ ਸਿੰਘ, ਇਹ ਜਿਹੜਾ ਨੰਦ ਸਿੰਘ ਹੈ ਨਾ, ਇਹ ਪਿਛਲੇ ਜਨਮ 'ਚ ਸ਼ੇਰ ਸੀ, ਇਹਦਾ ਪਿਛਲਾ ਜਨਮ ਸ਼ੇਰ ਦਾ ਸੀ ਤੇ ਜੀ ਮਾਰ ਮਾਰ ਖਾਂਦਾ ਹੁੰਦਾ ਸੀ, ਇਸ ਨੇ ਅੰਨ ਨਹੀਂ ਸੀ ਦਾਨ ਕੀਤਾ ਸੱਚੇ ਪਾਤਸ਼ਾਹ, ਫਿਰ ਸ਼ੇਰ ਤੋਂ ਬਦਲ ਕੇ ਇਹਦਾ ਜਾਮਾ ਕਿਸ ਤਰ੍ਹਾਂ ਬਣ ਗਿਆ ਆਦਮੀ ਦਾ। ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਕਾਨ ਸਿਆ, ਇਹ ਖਿਰਦਰਾਣੇ ਦੀ ਢਾਬ ਕੋਲ ਰਹਿੰਦਾ ਸੀ ਜਿਹੜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਮਝੋ ਪਵਿੱਤਰ ਕੀਤੀ ਸੀ ਉੱਥੇ ਜਾ ਕੇ, ਇਹ ਖਿਦਰਾਣੇ ਦੀ ਢਾਬ ਵਿੱਚ ਰਹਿੰਦਾ ਸੀ ਤੇ ਦੁਆਲੇ ਜੰਗਲ ਵਿੱਚ ਰਹਿੰਦਾ ਸੀ ਤੇ ਉੱਥੋਂ ਆ ਕੇ ਪਾਣੀ ਪੀਂਦਾ ਦਾ ਸੀ, ਉਸ ਪਾਣੀ ਪੀਣ ਦੀ ਕਿਰਪਾ ਨਾਲ ਫਿਰ ਇਹਨੂੰ ਸਮਝੋ ਸਿੱਖ ਦਾ ਜਾਮਾ ਮਿਲ ਗਿਆ। ਇਹਨੂੰ ਆਖ, ਉਹਨੂੰ ਆਖਦੇ ਤੂੰ ਕਿ ਇਹ ਜ਼ਰੂਰ ਦਾਨ ਕਰੀਦਾ ਪ੍ਰਸ਼ਾਦਾ, ਉਸ ਪਿਛਲੇ ਜਨਮ 'ਚ ਕੋਈ ਅੰਨ ਦਾਨ ਨਹੀਂ ਕੀਤਾ, ਇਹ ਉਸ ਵਾਸਤੇ ਅੱਗੋਂ ਇਹਨੂੰ ਹੁਣ ਮਿਲਦਾ ਨਹੀਂ, ਇਹ ਹੁਣ ਦਾਨ ਕਰਿਆ ਕਰੇਗਾ ਤਾਂ ਫਿਰ ਇਹਦਾ ਸਮਝੋ ਕੰਮ ਚੰਗਾ ਚੱਲ ਜਾਏਗਾ। ਸੋ ਸਾਧ ਸੰਗਤ ਜੀ, ਜਿਹੋ ਜਿਹਾ ਕੋਈ ਬੀਜ ਹੈ ਉਹ ਜਿਹਾ ਉਹ ਵੱਢਦਾ, ਅਸੀਂ ਜੇ ਪਿਛਲਾ ਬੀਜਾ ਵੱਢੀ ਜਾਂਦੇ ਹਾਂ ਨਾ ਤੇ ਅੱਗੋਂ ਬੀਜਾਂਗੇ ਨਾ ਤੇ ਫਿਰ ਵੀ ਸਾਡਾ ਅਗਲਾ ਕੰਮ ਤੇ ਨਹੀਂ ਨਾ ਉਡਾ ਸੌਣਾ। ਸੋ ਸਤਿਗੁਰ ਦਾ ਹੁਕਮ ਹੈ ਕਿ ਨਾਮ ਦਾਨ ਤੇ ਇਸ਼ਨਾਨ। ਨਾਮ ਕਿਆ ਚੀਜ਼ ਹੈ, ਬਹੁਤੀ ਵਿਆਖਿਆ ਤੇ ਜਿਹੜੇ ਸਾਧੂ ਨਾਮ ਜਪਣ ਵਾਲੇ ਨੇ ਉਹ ਕਰਨਗੇ, ਮੈਨੂੰ ਤੇ ਨਾ ਅਜੇ ਪਤਾ ਹੀ ਇਹ ਨਾਮ ਕਿਸ ਤਰ੍ਹਾਂ ਜਪਣਾ, ਐਵੇਂ ਸੁਣੀਆਂ ਸੁਣਾਈਆਂ ਗੱਲਾਂ ਕਰਨਾ। ਆਪਣੇ ਸਤਿਗੁਰ ਜੋ ਹੈ ਉਹਦਾ ਸਵਾਸ ਸਵਾਹ ਜਿਹੜਾ ਗੁਰਮੰਤਰ ਲਿਆ ਹੈ ਉਹਨੂੰ ਜਪੀ ਜਾਣਾ, ਉਹਨੂੰ ਅੰਤਰ ਜਾਮੀ ਤੇ ਸਰਬੰਗ ਜਾਣ ਕੇ ਪਾਪਾਂ ਵੱਲੋਂ ਰਹਿਤ ਹੋਣਾ, ਇਸ ਦਾ ਨਾਮ ਹੈ ਨਾਮ ਜਪਣਾ। ਦਾਨ, ਦਾਨ ਕੀ ਚੀਜ਼ ਹੈ, ਦਾਨ ਉਹ ਚੀਜ਼ ਹੈ ਜਿਹੜਾ ਆਪਣੀ ਨੇਕ ਕਿਰਤ ਕਰਕੇ, ਕੋਈ ਹੁਨਰ ਸਿੱਖ ਕੇ, ਕੋਈ ਵਿੱਦਿਆ ਪ੍ਰਾਪਤ ਕਰਕੇ ਫਿਰ ਆਪਣੀ ਉਪਜੀਵਿਕਾ ਪਾਸ ਕਰਦਾ ਹੈ, ਉਹਦੇ ਵਿੱਚੋਂ ਫਿਰ ਕਿਸੇ ਨੂੰ ਦਾਨ ਕਰਦਾ ਜਿਹੜਾ ਹੈ, ਇਹ ਜਿਹੜਾ ਹੈ ਨਾ ਇਹ ਦਾਨ ਫਲੀਭੂਤ ਹੁੰਦਾ। ਸੋ ਡਾਕੇ ਮਾਰ ਕੇ ਜਿਹੜਾ ਦਾਨ ਕਰਦਾ ਉਹ ਚੋਰੀ ਦਾ ਮਾਲ ਅਗਲੇ ਦਾ ਵਿਨਾਸ਼ ਕਰ ਦੇਗਾ ਤੇ ਆਪਣਾ ਵਿਨਾਸ਼ ਕਰ ਦੇ। ਛਣਾਰ, ਛਣਾਰ ਕੀ ਚੀਜ਼ ਹੈ, ਛਣਾਰ ਹੈ ਮਨ ਤੇ ਸਰੀਰ ਅੰਤਾਕਰਨ, ਕੱਪੜੇ ਸਰੀਰ ਦੇ ਜਿੱਥੇ ਰਹਿੰਦਾ ਇਹ ਸਾਰਾ ਥਾਂ ਜਿਹੜਾ ਇਹ ਸਾਫ਼ ਹੋਇਆ, ਇਹ ਨਹੀਂ ਵੀ ਕੱਪੜੇ ਦੇ ਗੰਦੇ ਪਾਈ ਫਿਰਦਾ। ਇਸ਼ਨਾਨ ਦੀ ਵੀ ਵਿਧੀ ਹੁੰਦੀ ਹੈ ਜੀ, ਕੁਛ ਸਤਿਗੁਰ ਦੱਸਦੇ ਹਨ ਕਿਸ ਤਰ੍ਹਾਂ ਜੰਗਲ ਜਾਈਦਾ, ਕਿਸ ਤਰ੍ਹਾਂ ਇਸ਼ਨਾਨ ਕਰਨਾ। ਅੱਜ ਕੱਲ੍ਹ ਅਸੀਂ ਸਵੇਰੇ ਉੱਠਦੇ ਹਾਂ ਪਾਇਆ ਗੜਵਾ, ਨਾ ਪਰਨੇ ਨਾਲ ਪੂਜਣਾ, ਅਗਲੀ ਮੈਲ ਸਗੋਂ ਉਗਲ ਆਉਂਦੀ ਹੈ ਉਹਦੇ ਉੱਤੇ ਫਿਰ ਸੁੱਕਾ ਕੁੜਤਾ ਪਾ ਲੈਣਾ, ਇਹ ਕੋਈ ਇਸ਼ਨਾਨ ਨਹੀਂ ਹੁੰਦਾ। ਇਸ਼ਨਾਨ ਬੜੀ ਸੁੰਦਰ ਚੀਜ਼ ਹੈ, ਇਸ਼ਨਾਨ ਬੜੇ ਤਰੀਕੇ ਨਾਲ ਕੀਤਾ ਜਾਂਦਾ। ਹਰ ਕਿਤਾਬੀ ਦੇ ਵਿੱਚ ਲਿਖਿਆ ਰਿਤ ਦੰਤ ਮੈਲ, ਮੈਂ ਅੱਗੇ ਵੇਖਿਆ ਨਹੀਂ, ਮੈਂ ਕਵੀ ਆਏ ਨਹੀਂ ਅੱਜ, ਮੈਂ ਹੁਣ ਵੇਖਿਆ ਜੀ, ਅਜੇ ਤੱਕ ਵੀ ਨਹੀਂ ਸੀ ਵੇਖਿਆ।
ਤ੍ਰਿਤ ਦੰਤ ਮੈਲ ਪਹਿਰੇ ਕੁਚੈਲ ਤਪਤਾਨ ਪ੍ਰੀਤ ਮਦਰੋ ਨਾ ਗੀਤ ਰਬ ਅੰਤ ਪੋਰ ਜੇ ਹਨੀਦ ਕੋਰ ਹੋਵੇ ਲੱਛ ਕੰਤ ਤੇ ਸ੍ਰੀ ਤਜੰਤ ਤ੍ਰਿਤ ਦੰਤ ਮੈਲ ਜਿਹੜਾ ਦੰਦਾਂ ਦੇ ਮੈਲ ਧਾਰਨ ਕਰਦਾ ਆਪਣੇ ਆਪਣੇ ਦੰਦ ਵੇਖਿਆ ਕਰੋ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨਾਲ ਇੱਕ ਨਾਈ ਰੱਖਿਆ ਹੁੰਦਾ ਸੀ ਜਿਹੜਾ ਭਜਨ ਪੁੱਛਦਾ ਸੀ ਪਹਿਲਾਂ ਵੇਖਦੇ ਹਨ ਇਹਦਾ ਦੰਦ ਠੀਕ ਨੇ ਜਿਹਦੇ ਦੰਦ ਨਹੀਂ ਸਨ ਠੀਕ ਹੁੰਦੇ ਉਹਦੇ ਨੇਰਨੇ ਨਾਲ ਦੰਦ ਸਾਫ਼ ਕਰਕੇ ਤੇ ਫਿਰ ਉਹਨੂੰ ਭਜਨ ਦਿੰਦੇ ਸੀ ਸਾਫ਼ ਦੰਦ ਰੱਖਿਆ ਕਰੋ ਅੱਜ ਕੱਲ੍ਹ ਮਾਈਆਂ ਬੀਬੀਆਂ ਨੂੰ ਵੇਖੋ ਕੱਪੜੇ ਬੜੇ ਸੋਹਣੇ ਪਾਉਣਗੀਆਂ ਨਹੁੰ ਵੇਖਿਆ ਕਰੋ ਇਹਨਾਂ ਵੀ ਨਹੁੰ ਅੱਜ ਕੀ ਹੁੰਦਾ ਇੰਨੇ ਨੇ ਨਹੁੰ ਵਧਾਸ਼ਰ ਨੇ ਫਿਰ ਇਹਨਾਂ ਦੀਆਂ ਪੈਰਾਂ ਦੀਆਂ ਅੱਡੀਆਂ ਵੇਖਿਆ ਕਰੋ ਹਲ ਵਾਏ ਹੁੰਦੇ ਨੇ ਅੱਡੀਆਂ 'ਤੇ ਜਿਹੜਾ ਮੂੰਹ ਜਿਹੜਾ ਸਮਝੋ ਵਲੈਤ ਬਣਾ ਕੇ ਪਾਉਂਦੀਆਂ ਫਿਰਦੀਆਂ ਨੇ ਕੱਪੜਾ ਵੀ ਸੋਹਣਾ ਪਾ ਲੈਣਾ ਇਹ ਨਹੀਂ ਮਤਲਬ ਕਿ ਬਾਹਰ ਦੇ ਕੱਪੜੇ ਨੀਰੇ ਸਾਡੇ ਸੋਹਣੇ ਹੋਣੇ ਨੇ ਸਾਰਾ ਸਰੀਰ ਜਿਹੜਾ ਉਹਦੀ ਵੀ ਇੰਨੀ ਪਵਿੱਤਰਤਾ ਹੋਵੇ ਤ੍ਰਿਤ ਦੰਤ ਮੈਲ ਦੰਦਾਂ ਤੇ ਜਿਹੜਾ ਮੈਲ ਧਾਰਨ ਕਰਦਾ ਪਹਿਰੇ ਕੁਚੈਲ ਜਿਹੜਾ ਮੈਲੇ ਕੱਪੜੇ ਪਾਉਂਦਾ ਇੱਕ ਸੰਤ ਸਨ ਨਾਂ ਨਹੀਂ ਮੈਂ ਲੈਣਾ ਉਹਨਾਂ ਦੀ ਦਾੜੀ ਨੂੰ ਦਾਲ ਲੱਗੀ ਹੋਈ ਸੀ ਤੇ ਕਿਸੇ ਨੇ ਆਖਿਆ ਸੰਤ ਜੀ ਆਤਮਕ ਅਵਸਥਾ ਬੜੀ ਉੱਚੀ ਹੈ ਨਾ ਆਤਮਾ ਏਦਾਂ ਹੋ ਜਾਏ ਮੇਰੇ ਮੈਲੇ ਕੱਪੜੇ ਪਾਉਣ ਨਾਲ ਨਹੀਂ ਇਨਸਾਨ ਸੰਤ ਬਣ ਸਕਦਾ ਪਹਿਰੇ ਕੁਚੈਲ ਜਿਹੜਾ ਆਪ ਨਹੀਂ ਨਾ ਧੋ ਸਕਦਾ ਕੱਪੜਾ ਉਹ ਸੰਜੀ ਚਿੱਟਾ ਕੱਪੜਾ ਪਾ ਹੀ ਨਹੀਂ ਸਕਦਾ ਪਹਿਰੇ ਕੁਚੈਲ ਤਪਤਾਨ ਪ੍ਰੀਤ ਕੱਚੀ ਚੀਜ਼ ਨਾਲ ਪ੍ਰੀਤ ਕਰਦੇ ਚਾਹ ਚੁੱਲ ਤੇ ਧਰੀ ਹੁੰਦੀ ਹੈ ਕਬਾਲੇ ਖਾਂਦੀ ਹੈ ਵਿੱਚੋਂ ਹੀ ਪਿਆ ਕੱਢ ਕੱਢ ਕੇ ਕੌਲੀ ਨਾਲ ਪਾਈ ਜਾਂਦੇ ਨੇ ਬਈ ਬੜੀ ਬਹਾਦਰੀ ਉਹਨਾਂ ਦੀ ਫੇਰ ਤਪਤਾਨ ਪ੍ਰੀਤ ਮਧਰਾ ਦਾ ਗੀਤ ਮਿੱਠਾ ਨਹੀਂ ਜਿਹੜਾ ਬੋਲਦਾ ਪੰਕਤੀ ਆਉਂਦੀ ਹੈ ਮੈਨੂੰ ਖਿਆਲ ਆਇਆ ਥੋੜੀ ਤੁਲਸੀਦਾਸ ਨੇ ਫਿਰ ਕਿੱਥੇ ਲਿਖਿਆ ਬਈ ਜਿਹੜਾ ਕੌੜਾ ਬਚਨ ਹੈ ਨਾ ਇਹ ਜ਼ਹਿਰ ਨਾਲੋਂ ਵੀ ਪੈਣਾ ਕੌੜਾ ਬਚਨ ਕੋਸ਼ਿਸ਼ ਕਰੋ ਨਾ ਬੋਲਣ ਦੀ ਮਗਰੋਂ ਨਾ ਗੀਤ ਫਿਰ ਰਬ ਅੰਤ ਪੋਰ ਰਬ ਅੰਤ ਸ਼ਾਮ ਵੇਲਾ ਤੇ ਪੋਰ ਅੰਮ੍ਰਿਤ ਵੇਲਾ ਰਬ ਅੰਤ ਪੋਰ ਜੇ ਨੀਂਦ ਘੋਰ ਇਹ ਦੋ ਵੇਲੇ ਜਿਹੜਾ ਤਗੜਾ ਘੁਰਾੜੇ ਮਾਰ ਕੇ ਸੁਣਦਾ ਕਹਿੰਦੇ ਨੇ ਹੋਵੇ ਲੱਛ ਕੰਤ ਤੇ ਹਿਸਰੀ ਤਜਨ ਲਕਸ਼ਮੀ ਦਾ ਕਰੰਤ ਪਤੀ ਵੀ ਹੋਏਗਾ ਤੇ ਉਸਨੂੰ ਵੀ ਸੋਭਾ ਜਿਹੜੀ ਉਹ ਛੱਡ ਜਾਏ ਸੋ ਇਸ ਵਾਸਤੇ ਇਸ਼ਨਾਨ ਪਾਣੀ ਕਰਕੇ ਇਸ਼ਨਾਨ ਦਾ ਇਹ ਮਤਲਬ ਆ ਕਿ ਤੁਹਾਡੇ ਕੱਪੜੇ ਸਾਫ਼ ਹੋਣ ਆਤਮਾ ਸਾਫ਼ ਹੋਏ ਸਰੀਰ ਸਾਫ਼ ਹੋਏ ਜਿੱਥੇ ਤੁਸੀਂ ਰਹਿੰਦੇ ਹੋ ਆਲਾ ਦੁਆਲਾ ਸਾਫ਼ ਹੋਏ ਔਰ ਉਹ ਜਿਹੜਾ ਇਸੇ ਤਰ੍ਹਾਂ ਦੀ ਪਵਿੱਤਰਤਾ ਜਿਹੜੀ ਆ ਇਹ ਕਰਕੇ ਤੇ ਫਿਰ ਜਾ ਕੇ ਇਸ਼ਨਾਨ ਕਰਕੇ ਤੇ ਸਿਮਰਨ ਕਰੋ ਤੇ ਫਿਰ ਵੇਖੋ ਤੁਹਾਡੀ ਕਿਸ ਤਰ੍ਹਾਂ ਬੀਤੀ ਸਾਡੇ ਪਿੰਡ ਚਰਨ ਪਾਣ ਤੇ ਲੰਗਰ ਕਰਨ ਦੇ ਨਾਲੇ ਸਾਧ ਸੰਗਤ ਦਾ ਉੱਥੇ ਦਰਸ਼ਨ ਮੇਲਾ ਹੋ ਜਾਂਦਾ ਇਹਨਾਂ ਨੇ ਆਖਿਆ ਹੁਣ ਸਿੱਧੀ ਤੇ ਸਾਡੇ ਨਾਲ ਅਜੇ ਸਤਿਗੁਰਾਂ ਨਾਲ ਕੋਈ ਗੱਲਬਾਤ ਨਹੀਂ ਅਸੀਂ ਤੇ ਕੱਲ ਹੀ ਅਜੇ ਸਿੱਖ ਬਣਿਆ ਫਿਰ ਕਹਿੰਦੇ ਨੇ ਨਾਲ ਦਿਆਂ ਨੂੰ ਪੁੱਛ ਲਈਏ ਉਹਨਾਂ ਨੂੰ ਅਰਜ਼ ਕਰੀਏ ਸਤਿਗੁਰਾਂ ਦੇ ਜਿਹੜੇ ਨਾਲ ਹੁੰਦੇ ਨੇ ਨਿਕਟਵਰਤੀ ਉਹਨਾਂ ਆ ਕੇ ਫਿਰ ਅਗਲਾ ਜਾ ਕੇ ਅਰਜ਼ ਕਰਦਾ ਭਈ ਕਿਰਪਾ ਕਰੋ ਤੇ ਸਤਿਗੁਰਾਂ ਦੇ ਅੱਗੇ ਸਾਡੀ ਅਰਜ਼ ਕਰ ਦਿਓ ਉਹਨਾਂ ਨੂੰ ਬਾਬਾ ਲੱਖਾਂ ਸੁਣੀ ਮਿਲਦਾ
ਬਾਬੇ ਲੱਖਾ ਸੁਰਾਣੇ ਨੇ ਤਿੰਨਾਂ ਨੇ ਜਾ ਕੇ ਆਖਿਆ ਗਰੀਬ ਨੂੰ ਆਜ ਅਸੀਂ ਕੱਲ ਹੀ ਸਿੱਖ ਬਣੇ ਆ ਤੇ ਤੁਸੀਂ ਕਿਰਪਾ ਕਰੋ ਤੇ ਸਤਿਗੁਰਾਂ ਅੱਗੇ ਅਰਜ ਕਰੋ ਤੇ ਸਾਡੇ ਪਿੰਡ ਚਰਨ ਪਾਉਣ ਤੇ ਲੰਗਰ ਕਰਨ ਤੇ ਉੱਥੇ ਸਾਧ ਸੰਗਤ ਦਰਸ਼ਨ ਦਿੱਤੇ। ਬਾਬੇ ਲੱਖਾ ਸੁਰਿਆਂ ਦੇ ਨੇ ਕਿੰਨਾ ਕੁ ਖਰਚ ਕਰ ਲਓਗੇ ਲੰਗਰ ਦਾ? ਕਹਿੰਦੇ ਨੇ ਖਰਚ ਕਾਹਦਾ ਕਰਨਾ ਜੀ ਤੇ ਗਰੀਬ ਆ, ਮਿੱਠਾ ਪ੍ਰਸ਼ਾਦਾ ਰੁੱਖਾ ਪ੍ਰਸ਼ਾਦਾ ਦੇ ਜਾ ਹੋਏਗਾ ਉਹ ਦੇ ਦਿਆ। ਲੱਖਾ ਸੁਰੇ ਜਾ ਕੰਮ ਕਰੋ, ਦਿੱਖੀਆਂ ਖਾਣ ਆਏ ਅਸੀਂ ਤੁਹਾਡੀਆਂ ਜੀ, ਜਾ ਆਨੰਦ ਲਵੋ, ਇਸ ਤਰ੍ਹਾਂ ਨਹੀਂ ਲੰਗਰ ਹੁੰਦੇ। ਸਾਧ ਸੰਗਤ ਜੀ ਇਹਨਾਂ ਦਾ ਦਿਲ ਜਿਹਾ ਟੁੱਟ ਗਿਆ ਤੇ ਕਹਿੰਦੇ ਨੇ ਤੁਲਸੀ ਇਹ ਸੰਸਾਰ ਵਿੱਚ ਵੀ ਜੇ ਵੱਡਿਆਂ ਨੂੰ ਪੈਸੇ ਵਾਲੇ ਨੂੰ ਮਾਣ ਮਿਲਦਾ ਇਹ ਤੇ ਅਸੀਂ ਸੁਣ ਕੇ ਆਇਆ ਸਾਂ, ਗਰੀਬ ਨੂੰ ਆ ਜਾ, ਗਰੀਬਾਂ ਦਾ ਦਰਵਾਜ਼ਾ ਇੱਥੇ ਸਮਝੋ ਖੁੱਲਦਾ, ਗਰੀਬਾਂ ਨੂੰ ਇੱਥੇ ਆਦਰ ਮਿਲਦਾ ਤੇ ਜੇ ਇੱਥੇ ਵੀ ਪੈਸੇ ਵਾਲਿਆਂ ਨੂੰ ਆਦਰ ਮਿਲਿਆ ਤੇ ਇਹਨਾਂ ਦੁਨੀਆਂ ਨਾਲੋਂ ਫਿਰ ਕੀ ਵਾਧਾ ਹੋਇਆ? ਮਾਇਆ ਕੋ ਮਾਇਆ ਮਿਲੇ ਤੇ ਕਰ ਕਰ ਲੰਬੇ ਹੱਥ ਤੇ ਤੁਲਸੀ ਦਾਸ ਗਰੀਬ ਕੀ ਕੋਈ ਨਾ ਪੁੱਛਦਾ ਬਾਤ। ਇੱਥੇ ਜਦੋਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਦੇਹ ਦਾ ਓਹਲਾ ਹੋਣ ਦਾ ਸਮਾਂ ਪਹਿਲਾਂ ਹੀ ਵੇਲਾ ਕੀਤਾ ਸੀ ਨਾ, ਉਦੋਂ ਵੀ ਇੱਕ ਸੰਤ ਆਏ ਸਨ ਜਿਹੜੇ ਆਪਣੇ ਥਾਂ ਬੜੇ ਮੱਥੇ ਟਿਕਾਉਂਦੇ ਸਨ, ਉਹ ਜਦੋਂ ਜਰਾ ਕੋ ਪਿਛਾਂ ਬਹਿ ਗਏ ਤੇ ਫਿਰ ਸੰਗਤ ਇੱਥੇ ਉਦੋਂ ਦਲੀ ਦੀ ਮਾਈ ਦੀ ਸੀ, ਵੱਡੇ ਵੱਡੇ ਦਾ ਪਤਾ ਨਹੀਂ ਸੀ, ਉਹਨਾਂ ਦੇ ਅੱਗੇ ਫਿਰ ਆ ਕੇ ਜਦੋਂ ਸੰਗਤ ਪੈ ਗਈ ਨਾ ਉਹ ਵੀ ਫਿਰ ਮਨ ਵਿੱਚ ਇਹ ਆ ਗਿਆ ਵੀ ਹੈ ਇੱਥੇ ਮੈਨੂੰ ਮੱਥੇ ਨਹੀਂ ਟੇਕਦੇ, ਉਹ ਵੀ ਫਿਰ ਇਹ ਸਲੋਕ ਪੜ੍ਹ ਕੇ ਤੇ ਇੱਥੋਂ ਤੁਰ ਕੇ ਉੱਠ ਕੇ ਤੇ ਤੁਰ ਗਏ ਸੀ। ਬੜੇ ਉਦਾਸ ਜਾ ਹੋ ਉਦਾਸ ਹੋ ਗਿਆ, ਰਾਤ ਘਰ ਚਲੇ, ਰਾਤ ਘਰ ਚਲੇਗਾ, ਨੀਂਦ ਨਹੀਂ ਆਉਂਦੀ, ਲਗਨ ਬਿਨ ਰਹਿਣ ਨਾ ਜਾਗੇ, ਲਗਨ ਤੋਂ ਬਗੈਰ ਨਹੀਂ ਜਾਗਿਆ ਜਾਂਦਾ। ਜਾਗਦੇ ਜਾਗਦੇ ਨੇ ਚੋਰ ਜਿਹਨਾਂ ਨੇ ਪਾੜ ਲਾਉਣੀਆਂ ਹੁੰਦੀਆਂ ਉਹ ਵੀ ਜਾਗਦੇ ਨੇ, ਤੇ ਜਾਗਦੇ ਨੇ ਪਹਿਰੇਦਾਰ, ਪਹਿਰੇਦਾਰ ਵੀ ਜਾਗਦਾ ਵੀ ਮੇਰੀ ਡਿਊਟੀ ਹੈ, ਤੇ ਜਾਂ ਵਿਯੋਗੀ ਜਾਗਦੇ ਨੇ ਜਿਹੜੇ ਕਿਸੇ ਦੇ ਵਿਯੋਗ ਵਿੱਚ ਸਨ ਜੀ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਵਿਯੋਗ, ਸਤਿਗੁਰਾਂ ਦਾ ਕੱਲ ਤੁਸੀਂ ਪਾਸ਼ਾ ਸੁਣਿਆ ਸੀ, ਸਭ ਜੀਵਨ ਸ੍ਰੀ ਸਾਰੀ ਰਾਤ ਕਦੇ ਉਸ ਪਾਵੇ ਦੇ ਉੱਤੇ ਧਰ ਲੈਣਾ ਕਲੇਜਾ, ਕਦੇ ਉਸ ਪਾਵੇ ਤੇ ਆਖਣਾ ਤੇ ਦਰਸ਼ਨ ਕਦੋਂ ਹੋਣਗੇ, ਸਾਰੀ ਸਾਰੀ ਰਾਤ ਸੌਂਦੇ। ਫਿਰ ਹੋਰ ਕੌਣ ਜਾਗਦੇ ਨੇ? ਫਿਰ ਰੋਗੀ ਜਾਗਦੇ ਨੇ, ਰੋਗੀ ਤੇ ਗੁਆਂਢੀਆਂ ਨੂੰ ਵੀ ਨਹੀਂ ਸੌਣ ਦਿੰਦੇ, ਹਾਏ ਹਾਏ ਮਰ ਗਿਆ ਕਰਦੇ ਰਹਿੰਦੇ ਨੇ, ਗੁਆਂਢੀਆਂ ਨੂੰ ਵੀ ਨਹੀਂ ਸੌਣ ਦਿੰਦੇ। ਜਾਂ ਫਿਰ ਚੰਨ ਅਸਮਾਨੀ ਜਾਗਦਾ, ਤੇ ਫਿਰ ਹੋਰ ਕੌਣ ਜਾਗਦਾ? ਸਤਿਗੁਰ ਜਾਗਦਾ ਹੈ, ਸਤਿਗੁਰ ਜਾਗਦਾ ਜਿਸ ਸਾਰੇ ਸੰਸਾਰ ਦਾ ਨਿਜ਼ਾਮ ਆਪਣੇ ਹੱਥ ਵਿੱਚ ਹੈ, ਲਗਨ ਬਿਨ ਰਹਿਣ ਨਾ ਜਾਗਾ ਕੋਈ। ਇਹਨਾਂ ਨੂੰ ਹੁਣ ਇਹ ਲਗਨ ਲੱਗ ਗਈ ਵੀ ਲੰਗਰ ਕਰਨਾ, ਲੰਗਰ ਦੀ ਅੱਗੋਂ ਜਵਾਬ ਮਿਲ ਗਈ ਹੈ, ਮਿਲ ਗਿਆ, ਮਨ ਵਿੱਚ ਵਿਚਾਰਾਂ ਕਰਦੇ ਨੇ ਤੇ ਸਾਰੀ ਰਾਤ ਹੀ ਨਹੀਂ ਤਿੰਨੇ ਸੁੱਤੇ। ਆਉਂਦੇ ਨੇ ਚੰਗੇ ਹੁੰਦੇ ਜੇ ਅਸੀਂ ਭਜਨ ਨਾ ਪੁੱਛਦੇ, ਉਹ ਸਤਿਗੁਰ ਦੇ ਸਿੱਖ ਧੁਣ ਬਣ ਗਿਆ ਤੇ ਹੁਣ ਹੱਕ ਨਹੀਂ ਸਕਦੇ, ਤੇ ਪਤਾ ਨਹੀਂ ਉਸਨੇ ਕੀ ਅੰਦਰ ਪਾ ਦਿੱਤਾ, ਹੁਣ ਨਿਕਲ ਵੀ ਨਹੀਂ ਸਕਦਾ, ਤੇ ਜੇ ਸਾਡੇ ਪਿੰਡ ਨਾ ਜਾਣ ਤੇ ਤਾਂ ਇੱਕੋ ਇਹ ਗੱਲ ਕਰਨੀ ਹੈ, ਜਾਂ ਤੇ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਨਗਰ ਦਰਸ਼ਨ ਦੇ ਦੇਣ, ਨਹੀਂ ਤੇ ਅਸੀਂ ਇੱਥੇ ਮਰ ਜਾਵਾਂਗੇ, ਅਸਾਂ ਵਾਪਸ ਪਿੰਡ ਨਹੀਂ ਜਾ। ਤੇ ਜੇ ਇਸੇ ਤਰ੍ਹਾਂ ਕਰਨਾ ਸਾਡੇ ਤੇ ਸਾਨੂੰ ਪ੍ਰੇਰ ਕੇ ਸਿੱਖ ਕਿਉਂ ਬਣਾਇਆ, ਸਾਡੇ ਕਿਉਂ ਪ੍ਰੇਰਨਾ ਦਿੱਤੀ ਸਾਡੇ ਦੁਆਰ ਚੋਂ ਵੀ ਉੱਠੋ ਬਈ ਤੁਸੀਂ ਭਜਨ ਪੁੱਛ ਲਓ, ਜੇ ਇਸੇ ਤਰ੍ਹਾਂ ਦੀ ਸਾਡੇ ਨਾਲ ਹੋਣੀ ਸੀ ਤੇ। ਸਾਰੀ ਰਾਤ ਨਿਕਲ ਗਈ, ਅੰਮ੍ਰਿਤ ਵੇਲਾ ਹੋਇਆ, ਆਸਾ ਜੀ ਦੀਵਾਰ ਦਾ ਕੀਰਤਨ ਹੋਇਆ, ਭੈਰਵੀ ਦੀ ਚੌਕੀ ਹੋਈ,
ਇਹ ਵੀ ਦੀਵਾਰ ਵਿੱਚ ਬੈਠੇ ਸਨ, ਪਰ ਅੱਜ ਸੰਜੀ ਆਸਾ ਦੀਵਾਰ ਵੀ ਚੰਗੀ ਨਹੀਂ ਲੱਗੀ, ਤਾਪ ਚੜਿਆ ਹੋਇਆ ਤੇ ਦੁੱਧ ਵੀ ਨਹੀਂ ਚੰਗਾ ਲੱਗਦਾ, ਮਨ ਵਿੱਚ ਬੇਸਵਾਦੀ ਜੀ ਹੋ ਗਈ। ਆਖਰੀ ਇਹਨਾਂ ਵਿਚਾਰਾਂ ਵਿੱਚ ਕਰਦੇ ਕਰਦੇ ਅੱਛਾ ਜੋ ਭਗਵਾਨ ਦੀ ਰਜ਼ਾ ਸਾਧ ਸੰਗੀ ਪੈ ਗਿਆ, ਸਾਰੀ ਸੰਗਤ ਇੱਧਰ ਉੱਧਰ ਚਲੀ ਗਈ, ਇਹ ਤਿੰਨੇ ਇੱਕ ਖੂੰਜੇ 'ਚ ਫਿਰ ਜਾ ਕੇ ਖਲੋਤੇ ਆਉਂਦੇ ਨੇ, ਦੱਸੋ ਹੁਣ ਕੀ ਕਰੀਏ, ਕਿਸ ਤਰ੍ਹਾਂ ਸਤਿਗੁਰਾਂ ਅਰਜ ਕਰੀਏ। ਆਖੋ ਤਾਂ ਸਤਿਗੁਰੂ ਰਾਮ ਸਿੰਘ ਅਣਬੋਲਤ ਮੇਰੀ ਬਿਰਥਾ ਖਲੋਤੇ ਨੇ ਵੱਖਰੇ ਚਿਹਰੇ ਮੁਰਝਾਏ ਹੋਏ ਨੇ, ਵਾਹ ਮੇਰੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਸਾਰੀ ਸੰਗਤ ਨੂੰ ਛੱਡ ਕੇ ਜਿੱਥੇ ਤਿੰਨੇ ਖਲੋਤੇ ਸਨ ਇਹਨਾਂ ਦੇ ਕੋਲ ਜਾ ਕੇ ਖਲੋ ਗਏ। ਜਦੋਂ ਜਾ ਕੇ ਕੋਲ ਖਲੋ ਗਿਆ ਨੇ, ਉਹਨਾਂ ਵੇਖਿਆ ਵੀ ਸਤਿਗੁਰ ਆ ਗਏ ਨੇ, ਸੱਚੇ ਪਾਤਸ਼ਾਹ ਦਾ ਦਰਸ਼ਨ ਕੀਤਾ, ਚਰਨਾਂ ਤੇ ਨਮਸਕਾਰ ਕੀਤੀ, ਨੇਤਰਾਂ ਵਿੱਚ ਜਲ ਆ ਗਿਆ। ਸਤਿਗੁਰ ਪੁੱਛਦੇ ਨੇ, ਸਿੱਖੋ ਕੀ ਕਿਰਿਆਦਾਰੀ ਕਰਨ ਦੇ ਹੋ, ਉਹ ਕੀ ਆਪਣੇ ਮਨ ਵਿੱਚ ਗੀਤੀਆਂ ਗਿਣਦੇ ਹੋ? ਕਹਿੰਦੇ ਨੇ, ਸੱਚੇ ਪਾਤਸ਼ਾਹ ਗਰੀਬਾਂ ਨੇ ਕਾਹਦੀਆਂ ਗੀਤੀਆਂ ਗਿਣੀਆਂ ਨੇ, ਕਾਹਲੀ ਭਜਨ ਪੁੱਛਿਆ ਤੁਹਾਡਾ, ਕਾਹਲੀ ਤੁਹਾਡੇ ਸਿੱਖ ਬਣੇ ਆ, ਮਨ ਵਿੱਚ ਵਿਚਾਰ ਕੀਤੀ ਸੀ ਵੀ ਸਾਧ ਸੰਗਤ ਦੇ ਤੇ ਤੁਹਾਡੇ ਚਰਨ ਪੈਣ, ਤੇ ਅਸਾਂ ਤੁਹਾਡੇ ਸਿੱਖ ਅੱਗੇ ਸੂਬੇ ਅੱਗੇ ਬੇਨਤੀ ਕੀਤੀ ਆ, ਸੂਬੇ ਸਾਨੂੰ ਝਿੜਕ ਛੱਡੀ। ਕਹਿੰਦੇ ਨੇ, ਜਾਓ ਚਲੇ ਜਾਓ, ਗਰੀਬਾਂ ਦਾ ਲੰਗਰ ਨਹੀਂ ਹੋ ਸਕਦਾ। ਇਹਨੀ ਗੱਲ ਆਖ ਕੇ ਤੇ ਹੁੱਪ ਨਿਕਲ ਗਈ ਸਿੱਖਾਂ, ਰੋ ਪਏ। ਜਿਸ ਵਕਤ ਇਹਨੀ ਗੱਲ ਆਖੀ ਤੇ ਰੋ ਪਏ ਤੇ ਮੇਰੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆ ਜਾਣ ਬਾਹੂ, ਐਡੀਆਂ ਲੰਮਾਂ ਜਾਂ ਬਾਹਾਂ ਜਿਹਦੇ ਕਲਾਵੇ ਵਿੱਚ ਸਾਰਾ ਸੰਸਾਰ, ਐਡੀਆਂ ਵੱਡੀਆਂ ਬਾਹਾਂ ਵਾਲੇ ਮੇਰੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਤਿੰਨਾਂ ਨੂੰ ਫੜ ਕੇ ਆਪਣੀ ਗਲਵੱਕੜੀ 'ਚ ਲੈ ਲਿਆ। ਔਰ ਕਿੱਡੇ ਭਾਗਾਂ ਵਾਲੇ ਸਨ ਸੰਤ ਜੀ ਉਹ ਜਿਹਨਾਂ ਨੂੰ ਸਤਿਗੁਰਾਂ ਨੇ ਆਪਣੀ ਗਲਵੱਕੜੀ 'ਚ ਲਿਆ, ਗਲਵੱਕੜੀ 'ਚ ਲੈ ਕੇ ਆਉਂਦੇ ਨੇ, ਸਿੱਖੋ ਉਹ ਜਿਹਦੇ ਨਾਲ ਤੁਸੀਂ ਗੱਲ ਕੀਤੀ ਉਹ ਐਵੇਂ ਆਉਂਦਾ ਸੀ, ਉਹ ਮੈਂ ਤੇ ਆਇਆ ਹੀ ਗਰੀਬਾਂ ਵਾਸਤੇ ਆ, ਮੈਂ ਸਰਦਾਰਾਂ ਵਾਸਤੇ ਤੇ ਆਇਆ ਹੀ, ਮੈਂ ਤੇ ਆਇਆ ਹੀ ਗਰੀਬਾਂ ਵਾਸਤੇ ਆ, ਮੈਂ ਗਰੀਬਾਂ ਨੂੰ ਉੱਚਾ ਕਰਨ ਵਾਸਤੇ ਆਇਆ। ਹਾਂ ਸੰਗਤ ਜੀ, ਇੰਨੀ ਗੱਲ ਜਦੋਂ ਸੁਣੀ ਬਾਬੇ ਦੇਵਾ ਸਿੰਘ ਨੇ ਮੱਛੀ ਵਾਂਗੂ ਤੜਪ ਕੇ ਸਤਿਗੁਰਾਂ ਦੀਆਂ ਬਾਹਾਂ 'ਚੋਂ ਬਾਹਰ ਚਲਾ ਗਿਆ, ਮਸਤਾਨਾ ਹੋ ਗਿਆ। ਮਸਤਾਨਾ ਹੋ ਕੇ ਤੇ ਨਿੱਕੀ ਜਿਹੀ ਧਾਰਨ ਪੜ ਲਈਏ, ਕਦੇ ਕਦੇ ਜੀ ਕਰ ਆਉਂਦਾ, ਇੱਕ ਪਾਸੇ ਮੈਂ ਪੜਾਂਗਾ, ਇੱਕ ਪਾਸੇ ਮੇਰੇ ਵੀਰ ਪੜਦੇ, ਇੱਕ ਪਾਸੇ ਮੇਰੀਆਂ ਮਾਤਾਵਾਂ ਦੇ ਪੈਣਾ ਪੜੇ। ਉੱਚੀ ਬਾਂਹ ਕਰਕੇ ਆਉਂਦਾ, ਉਹ ਦੁਨੀਆਂ ਦੇ ਲੋਕੋ, ਉਹ ਮੈਂ ਵੀ ਐਵੇਂ ਸਮਝੋ ਭੁਲੇਖੇ 'ਚ ਰਹਿ ਗਿਆ, ਹੁਣ ਮੇਰਾ ਭੁਲੇਖਾ ਲੈ ਗਿਆ ਜੀ, ਤੁਸੀਂ ਵੀ ਭੁਲੇਖੇ ਵਿੱਚ ਨਾ ਰਿਹਾ ਜੇ ਪਿਆਦਾ। ਉਹ ਮੇਰਾ ਸਤਿਗੁਰ ਯਾਰ ਗਰੀਬਾਂ ਦਾ, ਮੇਰਾ ਸਤਿਗੁਰ ਯਾਰ ਗਰੀਬਾਂ ਦਾ, ਸਤਿਗੁਰ ਯਾਰ ਗਰੀਬਾਂ ਦਾ, ਮੇਰਾ ਸਤਿਗੁਰ ਯਾਰ ਗਰੀਬਾਂ ਦਾ।